बैठा है जिसको सफलता के शिखर पे चढ़ना है वो भविष्य का प्लान बनाकर बैठा है हां जी बिल्कुल नया साल ਤੇ ਨਵਾਂ ਵਿਜ਼ਨ ਤੇ ਆਖਿਰ ਪੰਜਾਬ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ ਪੰਜਾਬ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ ਪੰਜਾਬ ਦੇ ਲੋਕਾਂ ਨੇ ਜਿਹੜੀਆਂ ਉਮੀਦਾਂ ਲਾ ਕੇ ਪੰਜਾਬ ਦੀ ਸਰਕਾਰ ਚੁਣੀ ਹੈ ਲੋਕਾਂ ਦੀਆਂ ਉਮੀਦਾਂ ਕਿ ਸਤਕ ਪੁਰੀਆਂ ਹੋਣਗੀਆਂ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਆ ਪੰਜਾਬ ਆਣੀਆਂ ਦੀ ਤਰਤੀ ਜ਼ਰਖੇ ਸਰਜ਼ਮੀ ਪੰਜਾਬ ਜਿੱਥੇ ਸੁਪਨਾ ਵੀ ਵੇਖ ਲਿਆ ਜਾਵੇ ਤਾਂ ਉਹ ਵੀ ਹਕੀਕਤ ਵਿੱਚ ਤਬਦੀਲ ਹੋਣ ਦਾ ਦਮ ਰੱਖਦਾ ਹੈ ਸੂਬਾਏ ਪੰਜਾਬ ਦੀ ਐਸੀ ਤਰਤੀ ਤੇ ਸਿਸਟਮ ਨੂੰ ਬਦਲਣ ਦੀਆਂ ਚਰਚਾਾਂ ਵਿੱਚ ਸਿਆਸੀ ਗਲਿਆਰਿਆਂ ਵਿੱਚ ਤਾਂ ਕਈ ਸਾਲਾਂ ਤੋਂ ਹੋ ਰਹੀਆਂ ਵਕਵਕ ਸਿਆਸੀ ਟੀਰਾਨੇ ਆਪੋਕ ਦੇ ਤਰੀਕੇ ਕੋਸ਼ਿਸ਼ਾਂ ਕੀਤੀਆਂ ਪਰ ਬਦਲਾਅ ਦਾ ਨਾਅਰਾ ਦੇ ਕੇ ਵਜ਼ਾਰਤ ਤੱਕ ਦਾ ਸਫ਼ਰ ਤੈਕਰਨ ਵਾਲੀ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬੇ ਦੀ ਸਿੱਖਿਆ ਸਿਹਤ ਰੋਜ਼ਗਾਰ ਪਾਵਰ ਸਪਲਾਈ ਕਾਨੂੰਨ ਵਿਵਸਥਾ ਅਤੇ ਕਿਸਾਨੀ ਨਾਲ ਜੁੜੇ ਹਾਲਾਤਾਂ ਨੂੰ ਬਦਲਣ ਦਾ ਜੋ ਦਾਵਾ ਕੀਤਾ ਉਹ ਆਪਣੇ ਆਪ ਵਿੱਚ ਕਿੰਨਾ ਵਫਾ ਹੋਇਆ ਇਸ ਸਵਾਲ ਦਾ ਜਵਾਬ ਜਾਣਨ ਦਾ ਹੱਕ ਹਰ ਉਸ ਸ਼ਖਸ ਨੂੰ ਹੈ ਜਿਸ ਨੇ ਬਦਲਾਅ ਦੀ ਇਸ ਤਾਬੀਰ ਨੂੰ ਸੱਚ ਹੁੰਦਿਆਂ ਵੇਖਣ ਲਈ ਆਪਣੇ ਸਭ ਤੋਂ ਖਾਸ ਵੋਟ ਹੱਕ ਦਾ ਇਸਤੇਮਾਲ ਕੀਤਾ ਸਾਲ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਤੇ ਪੰਜਾਬ ਪੰਜਾਬੀਅਤ ਅਤੇ ਪੰਜਾਬੀ ਨਾਲ ਪਿਆਰ ਮਹਿਸੂਸ ਕਰਨ ਵਾਲੇ ਲੋਕਾਂ ਦਾ ਇਹੀ ਸਵਾਲ ਅੱਜ ਨਿਊਜ਼ 18 ਪੰਜਾਬ ਪੁੱਛੇਗਾ ਵਜਾਰਤ ਵਜਾਰਤ ਦੇ ਚਿਹਰਿਆਂ ਨੂੰ ਅਤੇ ਵਜਾਰਤ ਦੀ ਅਗਵਾਈ ਕਰਨ ਵਾਲਿਆਂ ਨੂੰ ਤੇ ਕੋਸ਼ਿਸ਼ ਇਹੀ ਕਿ ਮੰਗਿਆ ਜਾਵੇ ਪੰਜਾਬੀਆਂ ਦੇ ਹੱਕਾਂ ਦਾ ਹਿੱਸਾ हर सवाल का जवाब तय हो सके कि अपनी मंजिल वाल कि अगे वाइजिंग स्टेशन वाल जिस जिसका नाम है खजाने दे साथी नपिंदर एस जो महकमे संभालना काफी चैलेंजिंग है इसलिए मैं स्टेज से सदा देना चाहूंगी अपने कुलीग गौरव शुक्ला से विजयपाल बराड़ ਜੀ ਤੇ ਖਜ਼ਾਨੇ ਦੇ ਸਾਰਥੀ ਦੀ ਜ਼ਿੰਮੇਵਾਰੀ ਹਰਪਾਲ ਸਿੰਘ ਚੀਮਾ ਹੋਰਾਂ ਨੂੰ ਮਿਲੀ ਹੈ ਕਹਿੰਦੇ ਨੇ ਕਿ ਜ਼ਿੰਮੇਵਾਰੀ ਵੱਡੀ ਹੈ ਕਿਉਂਕਿ ਕਿਸੇ ਵੀ ਵਿਭਾਗ ਦੇ ਵਿੱਚ ਕੋਈ ਕੰਮ ਕਰਨਾ ਹੈ ਤਾਂ ਖਜ਼ਾਨੇ ਬਿਨਾਂ ਗੱਲ ਨਹੀਂ ਬਾਨੀ ਤੇ ਖਜ਼ਾਨੇ ਦੇ ਹਾਲਾਤ ਕੀ ਨੇ ਖਜ਼ਾਨੇ ਦੇ ਵਿੱਚ ਕੀ ਕੁਝ ਪਿਆ ਇਸਦੇ ਲਈ ਸਾਨੂੰ ਅਪਡੇਟ ਕਰਨ ਦੇ ਲਈ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਜੀ ਸਾਡੇ ਵਿੱਚ ਪਹੁੰਚੇ ਨੇ ਕਿਉਂਕਿ ਕਿਸੇ ਵੀ ਵਿਭਾਗ ਨੇ ਕਹਿੰਦੇ ਕਿ ਕੋਈ ਕੰਮ ਕਰਨਾ ਤਾਂ ਖਜ਼ਾਨੇ ਵਾਲੇ ਪਾਸੇ ਝਾਕਦਾ ਤੇ ਚੀਮਾ ਜੀ ਵਾਲੇ ਪਾਸੇ ਝਾਕਦਾ ਹੈ ਕਿ ਜੀ ਇਹ ਕੰਮ ਕਰ ਲਈਏ ਜਨੀਦਰ ਚਿਮਾ ਜੀ ਦੀ ਅਪਰੂਵਲ ਨਹੀਂ ਮਿਲਨੀ ਖਜ਼ਾਨੇ ਦੀ ਅਪਰੂਵਲ ਨਹੀਂ ਮਿਲਣੀ ਉਨੀ ਦੇਰ ਗੱਡੀ ਲਈ ਤੇ ਨਹੀਂ ਤੁਰਨੀ ਤਾਂ ਕੀ ਗੱਡੀ ਲਈ ਤੇ ਤੁਰ ਰਹੀ ਹੈ ਕਿ ਖਜ਼ਾਨੇ ਨੂੰ ਲੈ ਕੇ ਪਹਿਲਾਂ ਵੀ ਬੜੇ ਸਵਾਲ ਉੱਠਦੇ ਰਹੇ ਆ ਖਜ਼ਾਨੇ ਨੂੰ ਖਾਲੀ ਖਜ਼ਾਨਾ ਵੀ ਕਿਹਾ ਜਾਂਦਾ ਰਿਹਾ ਪਰ ਕੀ ਹਲੇ ਵੀ ਪੰਜਾਬ ਦਾ ਖਜ਼ਾਨਾ ਖਾਲੀ ਹੈ ਕਿ ਲੋਕਾਂ ਦੇ ਲਈ ਖਜ਼ਾਨਾ ਭਰਿਆ ਹੈ ਅਸਲ ਹਾਲਾਤ ਕੀ ਨੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਹਰਪਾਲ ਸਿੰਘ ਚਿਮਾ ਜੀ ਨੇ ਦੇਣੇ ਨੇ ਜਿਹੜੇ ਖਜ਼ਾਨੇ ਦੇ ਸਰਪੰਚ ਨੇ ਤੇ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤਲਾਕਸ਼ਣ ਦੇ ਲਈ ਸਾਡੇ ਸਾਥੀ ਵਿਜੇਪਾਲ ਬਰਾੜ ਤੇ ਗੌਰਵ ਸ਼ਕਲਾ ਜੀ ਸਵਾਲ ਜਵਾਬ ਦਾ سلسلہ ਸ਼ੁਰੂ ਕਰਨਗੇ ਜੀ ਓਵਰ ਟੂ ਯੂ ਗੌਰਵ ਜੀ ਵਿਜੇ ਜੀ ਸ਼ੁਕਰੀਆ ਨਪਿੰਦਰ ਸ਼ੁਕਰੀਆ ਸਰਬਜੋਤ ਖਜ਼ਾਨੇ ਦੀ ਗੱਲ ਕਰਨੀ ਹੈ ਕਹਿੰਦੇ ਨੇ ਖਜ਼ਾਨਾ ਹੋਵੇ ਲਬ ਲਬ ਤਾਂ ਫਿਰ ਕਮ ਖੋ ਜਾਂਦੇ ਨੇ ਸਭ ਸਾਡੇ ਨਾਲ ਪੰਜਾਬ ਦੇ ਖਜ਼ਾਨਾ ਮੰਤਰੀ ਪੰਜਾਬ ਦੇ ਖਜ਼ਾਨੇ ਦੇ ਸਾਰਥੀ ਹਰਪਾਲ ਸਿੰਘ ਚੀਮਾ ਜੀ ਜੁੜ ਰਹੇ ਨੇ ਸਰ ਬਹੁਤ ਬਹੁਤ ਸਵਾਗਤ ਹੈ న్యూਸ ਇਟ ਇਨ ਪੰਜਾਬ ਦੇ ਇਸ ਮਹਾ ਮੰਚ ਦੇ ਉੱਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਅੱਜ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਹਾਡੇ ਸਾਰੇ ਸਰੋਤਿਆਂ ਦਾ ਕਿ ਤੁਸੀਂ ਅੱਜ ਮੈਨੂੰ ਇਹ ਮੰਚ ਪ੍ਰਦਾਨ ਕੀਤਾ ਬਹੁਤ ਬਹੁਤ ਸ਼ੁਕਰੀਆ ਦੇਖੋ ਮੈਂ ਸ਼ੁਰੂਆਤ ਕੀਤੀ ਕਿ ਖਜ਼ਾਨਾ ਹੋਵੇ ਲਬ ਲਬ ਤਾਂ ਫਿਰ ਕਮ ਹੁੰਦੇ ਨੇ ਸਭ ਲਬ ਲਬ ਹੈ ਖਜ਼ਾਨਾ ਉਮੀਦ ਕੀਤੀ ਜਾਵੇ ਅੱਜ ਦੀ ਖਜ਼ਾਨੇ ਦੀ ਸਥਿਤੀ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ 2024 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ 'ਚ 2022 ਦੇ ਵਿੱਚ ਮਾਰਚ 22 ਚ ਸਰਕਾਰ ਪੰਜਾਬ ਦੇ ਲੋਕਾਂ ਨੇ ਬਣਾਈ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਆਪਣੀ ਸੌ ਚੁੱਕੀ ਔਰ ਮੁੱਖ ਮੰਤਰੀ ਸਾਹਿਬ ਦਾ ਅਹੁਦਾ ਸੰਭਾਲਿਆ ਔਰ ਉਸ ਤੋਂ ਬਾਅਦ ਮੈਂ ਸਮਝਦਾ ਖਜ਼ਾਨੇ ਦੇ ਹਾਲਾਤ ਜਿਹੜੇ ਸੀ ਪੰਜਾਬ ਦੇ ਉਹ ਲਗਾਤਾਰ ਸੁਧਰਨੇ ਸ਼ੁਰੂ ਹੋਏ ਜਿਨ੍ਹਾਂ ਖੇਤਰਾਂ ਦੇ ਵਿੱਚ ਖੜੋਤ ਆਈ ਹੋਈ ਸੀ ਜਿਹੜੇ ਲੰਬੇ ਸਮੇਂ ਤੋਂ ਪੰਜਾਬ ਦੇ ਜਿੱਥੇ ਰੈਵਨਿਊ ਕਲੈਕਸ਼ਨ ਹੋਣਾ ਸੀਗਾ ਜਿੱਥੇ ਇੱਕ ਮਾਫੀਆ ਰਾਜ ਦੀ ਸਥਾਪਨਾ ਅਕਾਲੀ ਦਲ ਭਾਜਪੀ ਔਰ ਕਾਂਗਰਸ ਪਾਰਟੀ ਨੇ ਮਿਲ ਕੇ ਕੀਤੀ ਹੋਈ ਸੀ ਉਹ ਮਾਫੀਆ ਰਾਜ ਨੂੰ ਇੱਕ ਇੱਕ ਕਰਕੇ ਤੋੜਨਾ ਉਹ ਤੇ ਛੱਟ ਮਾਰਨੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼ੁਰੂ ਕੀਤੀ ਜਦੋਂ ਜਿਹੜਾ ਮਾਫੀਆ ਰਾਜ ਟੁੱਟਣਾ ਸ਼ੁਰੂ ਹੋਇਆ ਲਗਾਤਾਰ ਖਜ਼ਾਨਾ ਜਿਹੜਾ ਉਹ ਭਰਨਾ ਸ਼ੁਰੂ ਹੋਇਆ ਕਿਉਂਕਿ ਪਹਿਲਾ ਸਭ ਤੋਂ ਵੱਡੀ ਛੱਟ ਜਿਹੜੀ ਮਾਰੀ ਅਸੀਂ ਕਿ ਪੰਜਾਬ ਦੇ ਅੰਦਰ ਨਮੀ ਐਕਸਾਈਜ਼ ਦੀ ਪਾਲਿਸੀ ਲੈ ਕੇ ਆਏ ਜਦੋਂ ਨਮੀ ਐਕਸਾਈਜ਼ ਦੀ ਪਾਲਿਸੀ ਲੈ ਕੇ ਆਏ ਤਾਂ ਉਹਦੋਂ ਇੱਕ ਚੌਖਾ ਵਾਅਦਾ ਪੰਜਾਬ ਦੇ ਰੈਵਨਿਊ ਚ ਹੋਇਆ ਠੀਕ ਹੈ ਕਿਸੇ ਸਮੇਂ ਪੰਜਾਬ ਦਾ ਰੈਵਨਿਊ ਐਕਸਾਈਜ਼ ਦੇ ਵਿੱਚ 6000 ਕਰੋੜ ਤੱਕ ਸੀਮਤ ਸੀ ਅਕਾਲੀ ਦਲ ਭਾਜਪੀ ਔਰ ਕਾਂਗਰਸ ਸਮੇਂ ਦੇ ਵਿੱਚ ਇੱਕ ਮਾਫੀਆ ਸ਼ਰਾਬ ਦਾ ਮਾਫੀਆ ਪੰਜਾਬ ਚ ਵੱਡੇ ਪੱਧਰ ਤੇ ਖੜਾ ਕੀਤਾ ਗਿਆ ਸੀਗਾ ਉਹਦਾ ਲੱਕ ਤੋੜਿਆ ਉਹਨੂੰ ਖਤਮ ਕੀਤਾ ਉਸ ਮਾਫੀਏ ਨੂੰ ਨਵੀਂ ਐਕਸਾਈਜ਼ ਦੀ ਪਾਲਿਸੀ ਆਈ ਉਹ ਸਿੱਧਾ ਜਿਹੜਾ 6000 ਤੋਂ ਕਿੱਥੇ ਪਹੁੰਚ ਗਿਆ ਅੱਜ ਉਹ 10000 ਕਰੋੜ ਰੁਪਏ ਨੂੰ ਦੋਆਂ ਸਾਲਾਂ ਦੇ ਵਿੱਚ ਅਸੀਂ ਉਸ ਦੇ ਵਿੱਚ ਇੱਕ ਵੱਡੀ ਜਿਹੜੀ ਆ ਪ੍ਰਾਪਤੀ ਕੀਤੀ ਹੈ ਕਿ 10000 ਕਰੋੜ ਨੂੰ ਟੱਚ ਕਰ ਗਏ ਇਹ ਬਹੁਤ ਵੱਡਾ ਕੀਰਤੀਮਾਨ ਸਾਬਤ ਹੋਇਆ ਇਹ ਇੱਕ ਖਜ਼ਾਨਾ ਪਰੰਦੀ ਤੁਹਾਡੇ ਤੁਹਾਡੇ ਕੋਲੇ ਮੈਂ ਸਮਝਦਾ ਸਭ ਤੋਂ ਵੱਡੀ ਉਦਾਹਰਣ ਦੇ ਰਿਹਾ ਪੰਜਾਬ 'ਚ ਅੱਜ ਮੈਂ ਸਮਝਦਾ ਸ਼ਰਾਬ ਦਾ ਮਾਫੀਆ ਖਤਮ ਹੋ ਚੁੱਕਿਆ ਅੱਜ ਡੈੱਡ ਹੋ ਚੁੱਕਿਆਗਾ ਤੇ ਤਾਂ ਹੋਇਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਇੱਕ ਉਹ ਇਮਾਨਦਾਰ ਸੋਚ ਜਿਹੜੀ ਆ ਪੰਜਾਬ ਦੇ ਲੋਕਾਂ ਨੇ ਉਹਨੂੰ ਸਿਲੈਕਟ ਕੀਤਾ ਪੰਜਾਬ ਦੇ ਲੋਕਾਂ ਨੇ ਪ੍ਰਵਾਨ ਕੀਤਾ ਔਰ ਇਸੇ ਤਰ੍ਹਾਂ ਮੈਂ ਜੀਐਸਟੀ ਦੀ ਗੱਲ ਕਰਾਂ ਜੀਐਸਟੀ ਦੇ ਵਿੱਚ ਪੁਰਾਣੀ ਜਦੋਂ ਸਰਕਾਰ ਸੀ ਕਾਂਗਰਸ ਪਾਰਟੀ ਦੇ ਸਮੇਂ ਜੀਐਸਟੀ ਰਜੀਮ ਜਿਹੜੀ ਆਈਸੀ 1 ਨੇਸ਼ਨ 1 ਟੈਕਸ ਦਾ ਫਾਰਮੂਲਾ 2017 ਸ਼ੁਰੂ ਹੋਇਆ ਸੀ 17 ਤੋਂ ਲੈ ਕੇ 22 ਤੱਕ ਸੂਬਾ ਜਾਂ ਸਾਰੇ ਦੇਸ਼ ਦੇ ਸੂਬੇ ਸੀ ਜਿਹੜੇ ਉਹ ਜੀਐਸਟੀ ਕੰਪਨਸੇਸ਼ਨ ਤੇ ਡਿਪੈਂਡ ਕਰਦੇ ਰਹੇ ਯਾਨੀ ਗਵਰਨਮੈਂਟ ਆਫ ਇੰਡੀਆ ਇਨ ਐਡੀਸ਼ਨ ਕਿ ਤੁਸੀਂ ਕੀ ਕਮਾਉਨੇ ਹੋ ਤੁਹਾਡੀ ਕਿੱਟੀ ਚ ਕੀ ਆ ਤੁਹਾਡੇ ਪੱਲੇ ਕੀ ਆ ਉਹਦੇ ਐਡੀਸ਼ਨ ਤੁਹਾਨੂੰ ਅਸੀਂ ਕੰਪਨਸੇਟ ਦੇਵਾਂਗੇ ਠੀਕ ਹੈ ਅਰਸੀਂ ਪੈਸੇ ਦੇਵਾਂਗੇ ਇਹ ਚੱਲਦਾ ਰਿਹਾ ਯਾਨੀ ਕੀ ਹੋਇਆ ਜੇ ਅਸੀਂ 4000 ਕਮਾਇਆ ਸਟੇਟ ਨੇ ਤਾਂ ਉਹਨਾਂ ਨੇ 16000 ਦਿੱਤਾ ਜਿਉਂ ਉਹਨਾਂ ਨੇ ਅਸੀਂ 5000 ਕਰਾਇਆ ਤਾਂ ਉਹਨਾਂ ਨੇ 17000 ਮਤਲਬ ਇਦਾਂ ਇੱਕ ਰੇਸ਼ੋ ਦੇ ਹਿਸਾਬ ਦੇ ਨਾਲ ਜਿਹੜੀ ਵੰਡ ਸੀ ਦੇਸ਼ ਤੋਂ ਹੁੰਦੀ ਰਹੀ ਔਰ ਸੂਬੇ ਜਿਹੜੇ ਨੇ ਕਿਉਂ ਕੰਪਨਸੇਸ਼ਨ ਦੇ ਡਿਪੈਂਡ ਕਰਦੇ ਰਹੇ ਔਰ ਕੋਈ ਵੀ ਯਤਨ ਨਹੀਂ ਹੋਇਆ ਕਿ ਪੰਜਾਬ ਦੇ GST ਦੇ ਡਿਪਾਰਟਮੈਂਟ ਨੂੰ ਕਿਵੇਂ ਸੁਧਾਰਿਆ ਜਾਵੇ ਉਹਦੇ ਵਿੱਚ ਵੀ ਇੱਕ ਨਵਾਂ ਮਾਫੀਆ ਜਿਹੜਾ ਸੀਗਾ ਉਹ ਕਾਂਗਰਸ ਪਾਰਟੀ ਦੇ ਪੰਜਾਬ 'ਚ ਪੈਦਾ ਕੀਤਾ ਔਰ ਉਸ ਬਾਅਦ ਸਾਡੀ ਸਰਕਾਰ ਆਈ ਲਗਾਤਾਰ ਨਵੇਂ ਨਵੇਂ ਅਸੀਂ ਜਿਹੜੇ ਤਜਰਬੇ ਕੀਤੇ ਉਹ 'ਚ ਬਹੁਤ ਸਾਰੇ ਅਸੀਂ ਨਵੇਂ ਮੋਡਿਊਲ ਲੈ ਕੇ ਆਏ IIT ਹੈਦਰਾਬਾਦ ਨਾਲ ਅਸੀਂ ਇਕਰਾਰ ਕੀਤਾ ਕਿ ਜਿੱਥੇ ਕਿਤੇ ਟੈਕਸ ਦੀ ਚੋਰੀ ਹੋ ਰਹੀ ਆ ਜਿੱਥੇ ਕਿਤੇ ਲੱਗਦਾ ਕੇਸ ਤੇ ਇਹ ਪੈਸਾ ਜਿਹੜਾ ਖਜ਼ਾਨੇ ਚ ਆਉਣ ਦੀ ਬਜਾਏ ਕਿਤੇ ਹੋਰ ਜਾ ਰਿਹਾ ਕਿਸੇ ਹੋਰ ਲੋਕਾਂ ਦੀ ਜੇਬਾਂ ਜਾ ਰਿਹਾ ਉਹਨੂੰ ਕਿਵੇਂ ਰੋਕਣਾਗਾ ਉਹਦੇ ਨਾਲ ਇੱਕ ਬੈਸੰਵਦਾ ਇੱਕ ਵੱਡਾ ਵਾਅਦਾ ਹੋਇਆ ਇਸੇ ਤਰ੍ਹਾਂ ਟੈਕਸ ਇੰਟੈਲੀਜੈਂਟ ਜੁੰਟ ਦੀ ਸਥਾਪਨਾ ਹੋਈ ਟੈਕਸ ਇੰਟੈਲੀਜੈਂਟ ਜੁੰਟ ਦੀ ਸਥਾਪਨਾ ਹੋਈ ਉਹਦੇ ਨਾਲ ਜਿਹੜੀਆਂ ਚੋਰ ਮੋਰੀਆਂ ਸੀ ਉਹ ਬੰਦ ਹੋ ਜਾਂ ਰਹੀਆਂ ਅੱਜ ਪੰਜਾਬ ਦਾ ਰੈਵਨਿਊ ਜਿਹੜਾ ਹੈਗਾ ਉਹ ਵਧਿਆਗਾ ਕੰਪਨਸੇਸ਼ਨ ਬੰਦ ਹੋ ਗਿਆ ਜੀ ਕੰਪਨਸੇਸ਼ਨ 22 ਚ ਬੰਦ ਹੋ ਗਿਆ ਔਰ ਉਸ ਤੋਂ ਬਾਅਦ ਅਸੀਂ ਲਗਾਤਾਰ ਆਪਣਾ ਰੈਵਨਿਊ ਵਧਾ ਰਹੇ ਹਾਂ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਹੈਡ ਨੇ ਜਿਵੇਂ ਇਕੱਲਾ ਇਕੱਲਾ ਗਰਾਉਂਡ ਲੱਗ ਗਿਆ ਬਹੁਤ ਸਮਾਂ ਲੱਗ ਜੂ ਬਹੁਤ ਸਾਰੇ ਹੈਡ ਨੇ ਜਿਨ੍ਹਾਂ 'ਚ ਅਸੀਂ ਥੋੜਾ 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 ਕਰਕੇ ਉਹਨਾਂ ਸਾਰੀਆਂ ਚੋਰ ਮੋਰੀਆਂ ਜਿੱਥੇ 500 ਕਰੋੜ ਦੀ ਹੋ ਰਹੀ ਸੀ ਕਿਤੇ 200 ਕਰੋੜ ਦੀ ਹੋ ਰਹੀ ਸੀ ਕਿਤੇ 400 ਕਰੋੜ ਦੀ ਹੋ ਰਹੀ ਸੀ ਉਹ ਸਾਰੀਆਂ ਚੋਰ ਮੋਰੀਆਂ ਜਿਹੜੀਆਂ ਨੇ ਪਲੱਗ ਕੀਤੀਆਂ ਬੰਦ ਕੀਤੀਆਂ ਤਾਂ ਜ ਮੈਂ ਸਮਝਦਾ ਸਾਨੂੰ ਜਿਹੜਾ ਸੁੱਖ ਥੋੜਾ ਸਖਾਵਾ ਜਿਹੜਾ ਉਸਾਂ ਅੱਜ ਪੰਜਾਬ ਦੇ ਖਜ਼ਾਨੇ ਨੂੰ ਆ ਰਿਹਾ ਹੈ। ਖਜ਼ਾਨੇ ਬਾਰੇ ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਖਜ਼ਾਨਾ ਕੋਈ ਕਮਰਾ ਨਹੀਂ ਹੈ ਕਿ ਅੰਦਰ ਮੋਹਰਾਂ ਪਈਆਂ ਤੇ ਤੁਸੀਂ ਕੱਢ ਲੀਆਂ। ਇਹ ਆਈ ਚਲਾਈ ਹੁੰਦੀ ਹੈ ਕਿ ਤੁਸੀਂ ਰੈਵਨਿਊ ਜਨਰੇਟ ਕਿੱਥੋਂ ਕਰਦੇ ਹੋ ਤੇ ਫਿਰ ਉਸ ਤੋਂ ਬਾਅਦ ਉਹਨੂੰ ਖਰਚ ਕਿੱਥੇ ਕਰਦੇ ਹੋ। ਦੇਖੋ ਜਿਹੜਾ ਪੈਸਾ ਲੋਕਾਂ ਕੋਲੋਂ ਆਉਂਦਾਗਾ ਜਿਹੜਾ ਲੋਕ ਟੈਕਸ ਦੇ ਰੂਪ ਚ ਸਾਨੂੰ ਦਿੰਦੇ ਨੇਗੇ ਮੰਥਲੀ ਆਉਂਦਾਗਾ ਹਰੇਕ ਮਹੀਨੇ ਆਉਂਦਾਗਾ ਉਹਦਾ ਹਿਸਾਬ ਕਿਤਾਬ ਰੱਖਣਾ ਸਾਡੇ ਕੋਲੇ ਹਰੇਕ ਮਹੀਨੇ 20000 ਕਰੋੜ ਆ ਗਿਆ। ਉਹੀ ਪੈਸਾ ਲੋਕਾਂ ਕੋਲੇ ਜਾਣਾਗਾ ਉਹੀ ਦਿਵਾਨਿਆਂ ਦੇ ਰੂਪ ਚ ਉਹੀ ਐਜੂਕੇਸ਼ਨ ਦੇ ਰੂਪ ਚ ਉਹੀ ਤਨਖਾਹਾਂ ਦੇ ਰੂਪ ਦੇ ਵਿੱਚ ਉਹ ਇੱਕ ਸਿਸਟਮ ਦੇ ਤਹਿਤ ਜਾਣਾਗਾ ਉਹੀ ਪੈਸਾ ਤਾਂ ਉਹੀ ਆ ਜਿਹੜਾ ਲੋਕ ਦਿੰਦੇ ਨੇ ਕਿ ਉਹੀ ਲੋਕਾਂ ਦਾ ਪੈਸਾ ਲੋਕਾਂ ਤੇ ਲਾਉਣਾਗਾ ਤੁਸੀਂ ਉਹਨੂੰ ਬੈਲੈਂਸ ਕਰ پا ਰਹੇ ਹੋ ਜਾਂ ਹਲੇ ਵੀ ਮਿਸਮੈਚ ਨਹੀਂ ਕਿਉਂਕਿ ਕਰਜ਼ਾ ਲੈਣ ਦੀ ਗੱਲ ਜਦੋਂ ਹੁੰਦੀ ਹੈ ਤਾਂ ਫਿਰ ਕਾਫੀ ਜਸਟੀਫਿਕੇਸ਼ਨਸ ਦੇਣੀਆਂ ਪੈਂਦੀਆਂ ਬਿਲਕੁਲ ਕਈ ਜਗ੍ਹਾ ਤੇ ਮੈਸਾ ਬੰਦਾ ਬੈਲੈਂਸ ਕਰਨਾ ਪੈਂਦਾ ਹੈਗਾ ਬੈਲੈਂਸ ਕਰਨਾ ਪੈਂਦਾ ਕਈ ਜਗ੍ਹਾ ਤੇ ਮਿਸਮੈਚ ਵੀ ਹੋ ਜਾਂਦਾ ਪਰ ਲੇਕਿਨ ਅਸੀਂ ਉਹਨੂੰ ਠੀਕ ਕਰਨ ਦਾ ਯਤਨ ਲਗਾਤਾਰ ਕਰ ਰਹੇ ਹਾਂਗੇ ਪੰਜਾਬ ਦੇ ਖਜ਼ਾਨੇ ਨੂੰ ਪਹਿਲੀ ਵਾਰ ਹੋ ਰਿਹਾ ਕਿ ਅਸੀਂ ਠੀਕ ਕਰਨ ਲਈ ਲੱਗੇ ਹੋਏ ਹਾਂਗੇ ਪੁਰਾਣੀਆਂ ਸਰਕਾਰਾਂ ਨੇ ਬੜਾ ਵੱਡੇ ਪੱਧਰ ਤੇ ਜਿਹੜਾ ਹੈਗਾ ਪੰਜਾਬ ਦਾ ਖਜ਼ਾਨੇ ਨੂੰ ਕਦੇ ਧਿਆਨ ਨਹੀਂ ਦਿੱਤਾ ਹੈਗਾ ਔਰ ਲਗਭਗ 3 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਜਿਹੜਾ ਅਸੀਂ ਪੁਰਾਣੀ ਸਰਕਾਰ ਨੇ ਸਾਡੇ ਸਿਰ ਤੇ ਚੜਾਇਆਗਾ ਪੰਜਾਬ ਦੇ ਸਿਰ ਤੇ ਚੜਾਇਆਗਾ ਉਹਨੂੰ ਲਾਉਣ ਦੀ ਜ਼ਿੰਮੇਵਾਰੀ ਵੀ ਸਾਡੀ ਹੈਗੀ ਔਰ ਉਹਨੂੰ ਲਾਉਣ ਦੇ ਲਈ ਅਸੀਂ ਯਤਨ ਵੀ ਕਰ ਰਹੇ ਹਾਂਗੇ ਔਰ ਕਿਤੇ ਨਾ ਕਿਤੇ ਜਿਹੜਾ ਹੈਗਾ ਉਸ ਕਰਜ਼ੇ ਨੂੰ ਲਾਉਣ ਦੇ ਲਈ ਸਾਨੂੰ ਨਵੇਂ ਕਰਜ਼ਾ ਲੈਣਾ ਪੈਂਦਾ ਪਰ ਲੇਕਿਨ ਅਸੀਂ ਉਹਨੂੰ ਬੈਲੈਂਸ ਕਰ ਰਹੇ ਹਾਂ ਕਿਉਂਕਿ ਉਸ ਕਰਜ਼ੇ ਦਾ ਵਿਆਜ ਹੀ ਲਗਭਗ ਸਾਨੂੰ ਹਰ ਇੱਕ ਸਾਲ 20 ਤੋਂ ਲੈ ਕੇ 25000 ਕਰੋੜ ਰੁਪਈਆ ਜਿਹੜਾ ਉਹਦਾ ਵਿਆਜ ਹੀ ਅਦਾ ਕਰਨਾ ਪੈਂਦਾ ਉਹਦਾ ਜਿਹੜਾ ਇੰਟਰਸਟ ਦੇਣਾ ਪੈਂਦਾ ਹੈਗਾ ਸੋ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਸਾਨੂੰ ਠੀਕ ਕਰਨਾ ਪੈਂਦਾ ਲੇਕਿਨ ਫਿਰ ਵੀ ਅਸੀਂ ਜਿਹੜੀਆਂ ਸਾਨੂੰ ਗਾਈਡਲਾਈਨ ਗਵਰਨਮੈਂਟ ਆਫ ਇੰਡੀਆ ਨੇ ਜੀ ਐਫ ਆਰ ਬੀ ਐਮ ਐਕਟ ਦੇ ਉਹ ਤੋਂ ਅੱਗੇ ਵੱਧ ਕਦੇ ਕਰਜ਼ਾ ਨਹੀਂ ਲਿਆ ਹੈਗਾ ਕਦੇ ਨਹੀਂ ਹੈਗਾ ਕਿ ਅਸੀਂ ਕੋਈ ਪ੍ਰਾਪਰਟੀਆਂ ਵੇਚੀਆਂ ਅਸੀਂ ਸਿਰਫ ਤੇ ਸਿਰਫ ਉਹਨੂੰ ਉਦੋਂ ਥੱਲੇ ਰਹਿ ਕੇ ਆਪਣੀ ਲਿਮਟ 'ਚ ਰਹਿ ਕੇ ਯਾਨੀ ਆਪਣੇ ਬਿੱਟ 'ਚ ਰਹਿ ਕੇ ਕਿ ਸਾਡਾ ਕਿੰਨਾ ਬਿੱਤਾ ਅਸੀਂ ਉਹਦੇ 'ਚ ਹੀ ਰਹਿ ਕੇ ਅਸੀਂ ਕਰਜ਼ਾ ਲੈਂਦੇ ਉਦੋਂ ਬਾਅਦ ਅਸੀਂ ਕਦੇ ਕਰਜ਼ਾ ਨਹੀਂ ਲਿਆ ਠੀਕ ਮੈਂ ਕਰਜ਼ੇ ਵਾਲੇ ਪਾਸੇ ਆਵਾਂਗਾ ਪਰ ਉਸ ਤੋਂ ਪਹਿਲਾਂ ਮੈਂ ਬਜਟ ਵਾਲੇ ਪਾਸੇ ਜਾਵਾਂ 2024 ਚੜ ਚੁੱਕਿਆ ਹੈ ਇਸ ਸਾਲ ਦੀ ਤੁਹਾਡੀ ਕੀ ਪਲੈਨਿੰਗ ਹੈ ਪਿਛਲੇ ਸਾਲ ਦੇ ਮੈਂ ਬਜਟ ਦਾ ਜ਼ਿਕਰ ਕਰਾਂ 2023 ਦੇ ਤਾਂ ਕਰੀਬ-ਕਰੀਬ 1.90000 ਕਰੋੜ ਦੇ ਤੁਸੀਂ ਕਰੀਬ ਬਜਟ ਪੇਸ਼ ਕੀਤਾ ਸੀ ਉਹ ਮਤਲਬ ਲੱਗ ਰਿਹਾ ਹੈ ਕਿ لازمی ਤੌਰ ਤੇ ਇਸ ਵਾਰ 2 ਲੱਖ ਕਰੋੜ ਨੂੰ ਵੀ ਪੰਜਾਬ ਦਾ ਬਜਟ ਕਰਾਸ ਕਰੇਗਾ ਜਦੋਂ ਤੁਸੀਂ 2023 ਦੇ ਵਿੱਚ ਬਜਟ ਪੇਸ਼ ਕੀਤਾ ਪੰਜਾਬ ਦਾ ਉਸ ਸਮੇਂ ਤੁਹਾਡੇ ਵਿਰੋਧੀਆਂ ਨੇ ਸਵਾਲ ਚੁੱਕੇ ਕਿ ਜਿਹੜਾ ਤੁਸੀਂ 2022 ਚ ਬਜਟ ਪੇਸ਼ ਕੀਤਾ ਸੀ ਔਰ ਉਸ ਦਾ ਜਿਹੜਾ ਰੈਵਨਿਊ ਜਨਰੇਸ਼ਨ ਦਾ ਜ਼ਿਕਰ ਕੀਤਾ ਸੀ ਤੁਸੀਂ ਉਸ ਨੂੰ ਮੈਚ ਨਹੀਂ ਕਰ पाए ਉਸ ਦੇ ਲਈ ਕੀ ਪਲੈਨਿੰਗ ਹੈ ਕਿ ਤੁਸੀਂ ਬਜਟ ਦੇ ਵਿੱਚ ਤਜਵੀਜ਼ਾਂ ਰੱਖ ਦਿੱਤੀਆਂ ਕਿ ਅਸੀਂ ਇੱਥੇ-ਇੱਥੇ ਖਰਚ ਕਰਾਂਗੇ ਪਰ ਜਿਹੜੀ ਕਮਾਈ ਦੇ ਸਾਧਨ ਨੇ ਕਿ ਇਸ ਵਾਰ ਉਹ ਮੈਚ ਹੋ پا ਰਹੇ ਹਨ ਤੁਸੀਂ ਕਿੱਥੇ ਤੱਕ ਪਹੁੰਚ ਗਏ ਹੋ ਕਿਉਂਕਿ ਪਿਛਲੀ ਵਾਰ ਤੁਸੀਂ 10 ਮਾਰਚ ਨੂੰ ਬਜਟ ਪੇਸ਼ ਕੀਤਾ ਸੀ ਇਸ ਵਾਰ ਵੀ ਮਾਰਚ ਜ਼ਿਆਦਾ ਦੂਰ ਨਹੀਂ ਇਨਫੈਕਟ ਇਲੈਕਸ਼ਨ ਈਅਰ ਹੈ ਬਿਲਕੁਲ ਜਦੋਂ ਅਸੀਂ ਟਾਰਗੇਟ ਰੈਵਨਿਊ ਵਧਾਉਣ ਦੇ ਤੇ ਖਰਚੇ ਕਰਨ ਦੇ ਟਾਰਗੇਟ ਪਹਿਲਾਂ ਫਿਕਸ ਕੀਤੇ ਜਾਂਦੇ ਨੇ ਜੀ ਕਿ ਇੰਨਾ ਖਰਚਾ ਹੋਊਗਾ ਇਸ ਸੈਕਟਰ ਦੇ ਉੱਤੇ ਇੰਨਾ ਪੈਸਾ ਆਊਗਾ ਹੂੰ ਜੇ ਅਸੀਂ ਮੰਨ ਲਓ 100 ਰੁਪਏ ਖਰਚ ਕਰਨਾ ਕਿਤੇ ਉਹ 100 ਰੁਪਈਆ ਰੈਵਨਿਊ ਆਉਣਾ ਵੀ ਚਾਹੀਦਾ ਨਾ ਬਿਲਕੁਲ ਸੋ ਅਸੀਂ ਮੰਨ ਲਓ 120 ਰੁਪਏ ਰੱਖ ਲਏ ਇੱਥੇ 100 ਰੁਪਏ ਖਰਚ ਕਰ ਲਾਂਗੇ ਤਾਂ 120 ਰੁਪਏ ਦੀ ਪਹਿਲਾਂ ਕਮਾਈ ਕਰਨੀ ਆ ਤਾਂ ਅਸੀਂ 20 ਰੁਪਏ ਬਚਾ ਲਾਂਗੇ ਤੇ ਉੱਥੇ 100 ਰੁਪਏ ਅਸੀਂ ਖਰਚ ਹੋ ਜੂ ਤਾਂ ਸਾਡੀ ਥੋੜੀ ਬਚਤ ਵੀ ਹੋ ਜੂ ਉੱਥੇ ਹੋ ਸਕਦਾ ਹੈ ਕਿ ਉੱਥੇ 19 ਰੁਪਏ ਹੋ ਜਾਣ 18 ਰੁਪਏ ਹੋ ਜਾਣ ਉਹ ਵਿਰੋਧੀਆਂ ਨੂੰ 1-2 ਰੁਪਏ ਸਾਡੇ ਦਿਖਾਈ ਦਿੰਦੇ ਨੇਗੇ ਇਸ ਉਹਨਾਂ ਨੇ ਕੋਈ ਕੰਮ ਹੀ ਨਹੀਂ ਨ ਕੀਤਾ 5 ਸਾਲ ਉਹਨਾਂ ਨੇ ਕੰਮ ਨਹੀਂ ਕੀਤਾ ਐਸੀ ਗੱਲ ਕਰਕੇ ਪੰਜਾਬ ਦੇ ਫਾਈਨਾਂਸ ਤੇ ਬੋਲਦੇ ਨੇਗੇ ਉਹ ਤਾਂ ਕਹਿੰਦੇ ਸੀ ਉਹ ਤਾਂ ਪੱਲਾ ਝਾੜ ਲਾਉਂਦੇ ਸੀਗੇ ਕਿ ਖਜ਼ਾਨਾ ਖਾਲੀ ਆ ਜੀ ਖਜ਼ਾਨਾ ਖਾਲੀ ਆ ਜੀ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਨੇ ਕਿਹੜਾ ਯਤਨ ਕੀਤਾ ਕਿ 5 ਸਾਲ ਚ ਖਜ਼ਾਨਾ ਦਾ ਖਜ਼ਾਨਾ ਭਰਨ ਦੇ ਲਈ ਕਿਹੜਾ ਉਹਨਾਂ ਨੇ ਜੀਵੇ ਕੀ ਵਾਲਾ ਪ੍ਰੋਜੈਕਟ ਖਰੀਦ ਲਿਆ ਜਿਹੜਾ ਅਸੀਂ ਸਾਡੀ ਪ੍ਰਾਪਤੀ ਆ ਬਹੁਤ ਵੱਡੀ ਪ੍ਰਾਪਤੀ ਆ ਮੈਂ ਬੜਾ ਹਿੱਕ ਠੋਕੇ ਕਹਿਣਾਗਾ ਕਿ ਪੰਜਾਬ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਆ ਪੁਰਾਣੀਆਂ ਸਰਕਾਰਾਂ ਕਾਂਗਰਸ ਪਾਰਟੀ ਦੇ ਸਮੇਂ ਕੀ ਹੋਇਆ ਜਿੰਨੇ ਥਰਮਲ ਪਲਾਂਟ ਸੀਗੇ ਉਹ ਪ੍ਰਾਈਵੇਟ ਹੱਥਾਂ ਚ ਗਏ ਅਕਾਲੀ ਦਲ ਬੀਜੇਪੀ ਨੇ ਦੀ ਸ਼ੁਰੂਆਤ ਕੀਤੀ ਪੰਜਾਬ ਚ ਪ੍ਰਾਈਵੇਟ ਥਰਮਲ ਪਲਾਂਟ ਲੈ ਕੇ ਆਉਣ ਦੀ ਔਰ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਵੇਚਣ ਦਾ ਕੰਮ ਕੀਤਾ ਢਾਉਣ ਦਾ ਕੰਮ ਕੀਤਾ ਚਾਹ ਬਠਿੰਡੇ ਵਾਲੀ ਗੱਲ ਕਰ ਲਓ ਚਾਹ ਓਪਰ ਵਾਲੀ ਗੱਲ ਕਰ ਲਓ ਅਸੀਂ ਤਾਂ ਪ੍ਰਾਈਵੇਟ ਪਲਾਂਟ ਖਰੀਦ ਰਿਹਾ ਸੀ ਤੁਹਾਡੇ ਵਿਰੋਧੀ ਕਹ ਰਹੇ ਤੁਸੀਂ ਚਿੱਟਾ ਹੱਥ ਨਾਲ ਖਰੀਦ ਲਿਆ ਮੈਂ ਵੱਡੀ ਗੱਲ ਖਤਮ ਹੋ ਚੁੱਕਿਆ ਸੀ ਤੁਸੀਂ ਉਹਨੂੰ ਖਰੀਦ ਲਿਆ ਕਿਉਂ ਪ੍ਰਾਈਵੇਟ ਕੰਪਨੀ ਨਹੀਂ ਚਲਾਪ ਲਈ ਪਾਈ ਸਰਕਾਰ ਕਿੱਥੋਂ ਚਲਾਏਗੀ ਦੇਖੋ ਉਹਨਾਂ ਬੰਦਿਆਂ ਨੂੰ ਵਿਚਾਰਿਆਂ ਨੂੰ ਕੋਈ ਤਜਰਬਾ ਹੈ ਨਹੀਂ ਉਹ ਸਰਕਾਰ ਜ਼ਰੂਰ ਰਹੇ ਉਹਨਾਂ ਚ ਇੱਕ ਮੰਤਰੀ ਸੀਗਾ ਜਿਹਨੂੰ ਪਾਵਰ ਦਾ ਮਹਿਕਮਾ ਮਿਲਿਆ ਬਿਜਲੀ ਦਾ ਮਹਿਕਮਾ ਮਿਲਿਆ ਉਹ ਬਿਜਲੀ ਦਾ ਮਹਿਕਮੇ ਦਾ ਚਾਰਜ ਲੈਣ ਤੋਂ ਭੱਜ ਗਿਆ ਸਾਰਾ ਪੰਜਾਬ ਜਾਣਦਾ ਕਿ ਉਹਨੇ ਬਿਜਲੀ ਮਹਿਕਮੇ ਦਾ ਚਾਰਜ ਕਿਉਂ ਨਹੀਂ ਲਿਆ ਸੀ ਕਿਉਂਕਿ ਉਹਦੇ ਸਾਹਮਣੇ ਤਿੰਨ ਜਿਹੜੇ ਪੀਪੀਏ ਮੋੜ ਦੇ ਐਗਰੀਮੈਂਟ ਸੀਗੇ ਪਾਵਰ ਪਰਚੇਸ ਐਗਰੀਮੈਂਟ ਸੀਗੇ ਉਹ ਸਾਹਮਣੇ ਦਿਖਾਈ ਦਿੰਦੇ ਸੀਗੇ ਉਹ ਡਰਾਉਂਦੇ ਸੀਗੇ ਉਹ ਤਾਂ ਡਰਦਾ ਮਾਰਾ ਮਹਿਕਮੇ ਦਾ ਚਾਰਜ ਨਹੀਂ ਲਿਆ ਉਸ ਬੰਦੇ ਨੇ ਤੇ ਅੱਜ ਉਹ ਗੱਲਾਂ ਕਰਦਾ ਕਿ ਜੀਵੇ ਕੀ ਵਾਲਾ ਪਲਾਂਟ ਕਿਵੇਂ ਚਲਾ ਲੂ ਮੈਂ ਬੜਾ ਠੋਕੇ ਕਹਿਣਾ ਕਿ ਉਸ ਪਲਾਂਟ ਦੀ ਏਜ ਜਿਹੜੀ ਆ 25 ਸਾਲ ਉਹਦੀ ਇਹ ਜਿਹੜੀ ਆ ਹਜੇ 25 ਸਾਲ ਉਸ ਪਲਾਂਟ ਨੇ ਹੋਰ ਕੰਮ ਕਰਨਾਗਾ ਔਰ ਪਿਸ਼ਵਾੜਾ ਕੋਲ ਮਾਈਨ ਜਿਹੜੀ ਕਿ ਕਾਂਗਰਸ ਸਮੇਂ ਬੰਦ ਪਈ ਸੀ ਜਿਹੜੀਆਂ ਕਾਲੀ ਬੀਜੇਪੀ ਦੇ ਸਮੇਂ ਬੰਦ ਪਈ ਸੀ ਉਹ ਅਸੀਂ ਪਿਸ਼ਵਾੜ ਕੋਲ ਮਾਈਨ ਪਿਛਲੇ ਸਾਲ ਸ਼ੁਰੂ ਕੀਤੀ ਸਾਰਾ ਕੋਲਾ ਸਾਰਾ ਕੋਲਾ ਪਿਸ਼ਵਾੜ ਕੋਲ ਮਾਈਨ ਦਾ ਜੀਬੀਕੇ ਵਾਲੇ ਪ੍ਰੋਜੈਕਟ ਤੁਸੀਂ ਵਰਤਾਂਗੇ ਕਿਉਂ ਨਹੀਂ 440 ਕਰੋੜ ਦਾ ਫਾਇਦਾ ਹੋਣਾ ਜਿਹੜੀ ਪਾਵਰ ਪਰਚੇਸ ਐਗਰੀਮੈਂਟ ਦੇ ਤਹਿਤ 13 ਰੁਪਏ 17 ਰੁਪਏ 13 ਰੁਪਏ ਯੂਨਿਟ 17 ਰੁਪਏ ਯੂਨਿਟ ਮੈਂ ਇੰਨੀ ਮਹਿੰਗੀ ਬਿਲੀ ਪ੍ਰਾਈਵੇਟ ਪਲਾਂਟ ਤੋਂ ਪ੍ਰਾਣੀ ਸਰਕਾਰਾਂ ਖਰੀਦਦੀਆਂ ਸੀ ਉਹ ਸਾਰਾ ਐਗਰੀਮੈਂਟ ਇੱਕ ਇੱਕ ਐਗਰੀਮੈਂਟ ਤਾਂ ਰੱਦ ਹੋ ਗਿਆ ਨਾ ਜੀ ਜੀਵੇ ਕੀ ਵਾਲਾ ਪਲਾਂਟ ਖਰੀਦਣ ਦੇ ਨਾਲ ਐਗਰੀਮੈਂਟ ਰੱਦ ਹੋ ਗਿਆ ਉਹ ਸਾਨੂੰ ਕਿੰਨੇ ਰੁਪਏ ਪੈਣੀ ਆ ਉਹ ਸਾਨੂੰ 3.4 ਉਹ 5 ਉਹ 3 ਉਹ ਡਿਪੈਂਡ ਕਰਦੀ ਹੈ ਕਿਦੋਂ ਕਿੰਨੇ ਯਾਨੀ ਕਿੰਨਾ ਰੇਟ ਘਟ ਗਿਆ ਕਿੱਡਾ ਵੱਡਾ ਫਾਇਦਾ ਹੋਊਗਾ ਜੇ ਅੱਜ ਉਹ ਬੈਸਮੈਂਟ ਦਾ ਛੋਟਾ ਜਾਂ ਮੋਟਾ ਜਾਂ ਲਾ ਲਈਏ ਕਿ 10000 ਯੂਨਿਟ ਫਾਇਦਾ ਕੀਤਾ ਉਹਨੇ ਤੇ ਸਾਨੂੰ ਫਾਇਦਾ ਕਿੰਨਾ ਹੋ ਗਿਆ ਜੀ ਹੋਰ ਵੀ ਦੋ ਤਿੰਨ ਹੈਗੇ ਆ ਪ੍ਰਾਈਵੇਟ ਜਿਹੜੇ ਥਰਮਲ ਪਲਾਂਟ ਹੈ ਕੋਈ ਹੋਰ ਪਾਈਪਲਾਈਨ ਚ ਹੈ ਬਿਲਕੁਲ ਦੋ ਜਿਹੜੇ ਪਾਵਰ ਪਲਾਂਟ ਹੋਰ ਨੇ ਪੰਜਾਬ ਦੇ ਉਹਨਾਂ ਦੀ ਜਾਂਚ ਜਿਹੜੀ ਆ ਉਹ ਚੱਲ ਰਹੀ ਆ ਜਿੱਥੇ ਵੀ ਸਾਨੂੰ ਜਦੋਂ ਜਾਂਚ ਅਧਿਕਾਰੀ ਜਿਹੜੀ ਰਿਪੋਰਟ ਸਬਮਿਟ ਕਰਨਗੇ ਸਰਕਾਰ ਕੋਲੇ ਤਾਂ ਉਸ ਤੋਂ ਬਾਅਦ ਫੈਸਲਾ ਲਿਆ ਜਾਊਗਾ ਕਿ ਕੀ ਐਕਸ਼ਨ ਲੈਣਾਗਾ ਸੋ ਬਿਲਕੁਲ ਅਸੀਂ ਤੁਸੀਂ ਸਾਸੀ ਲੱਗੇ ਆਂਗੇ ਪੰਜਾਬ ਦੇ ਖਜ਼ਾਨੇ ਦੇ ਇੱਕ ਇੱਕ ਪੈਸਾ ਬਚਾਉਣ ਦੇ ਲਈ ਦੇਖੋ ਹੁਣ ਸਰ ਪਹਿਲਾਂ ਫੈਸਲਾ ਕੀ ਸੀ ਸਾਡਾ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਕੀਤਾ ਕਿ ਨਹੀਂ ਕੀਤਾ ਬਹੁਤ ਸਾਰੇ ਲੋਕ ਭੁੱਲ ਵੀ ਗਏ ਹੋਣੇ ਯਾਦਵਾ ਦਈਏ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਤੋਂ ਜਿਹੜੇ ਵਿਧਾਇਕ 8 8 ਪੈਨਸ਼ਨਾਂ ਲੈਂਦੇ ਸੀ ਅੱਜ ਉਹ ਇੱਕ ਪੈਨਸ਼ਨ ਤੇ ਆ ਗਏ ਤੇ ਕਿੰਨੇ ਕਰੋੜ ਦਾ ਬਜਟ ਫਾਇਦਾ ਹੋਇਆ ਸੀ ਮੈਂ ਬੜਾ ਦਾਅਵੇ ਨਾਲ ਕਹਿੰਦਾ 21 ਕਰੋੜ ਰੁਪਈਆ 21 ਕਰੋੜ ਰੁਪਈਆ 21 ਕਰੋੜ ਰੁਪਈਆ ਪਰ ਇਹਨਾਂ ਵਿੱਚ ਜਿਹੜਾ ਇੱਕ ਸਾਲ ਦਾ ਬਚਤ ਹੋਈ ਆ 5 ਸਾਲਾਂ 'ਚ ਕਿੰਨਾ ਹੋ ਗਿਆ ਜੀ 5 ਸਾਲਾਂ 'ਚ ਜੇ ਮੈਂ 5 ਸਾਲ ਦੀ ਗੱਲ ਕਰਦਾ 105 ਕਰੋੜ ਹੋ ਗਿਆ 105 ਕਰੋੜ ਹੋ ਗਿਆ 105 ਕਰੋੜ ਦੇ ਕਿੰਨੇ ਕਮਰੇ ਬਣ ਜਾਣਗੇ ਜੀ ਜੇ ਮੈਂ ਸਕੂਲਾਂ ਦੇ ਕਮਰਿਆਂ ਦੀ ਗੱਲ ਕਰਾਂ ਨੀ ਪਰ ਤੁਹਾਡੇ ਤੁਹਾਡੇ ਸੋ ਇਹ ਇੱਕ ਡਵੈਲਪਮੈਂਟ ਦਾ ਮਾਡਲ ਆਗਾ ਜੀ ਤੁਹਾਡੇ ਵਿਰੋਧੀ ਕਹਿੰਦੇ ਆ ਵੀ ਤੁਸੀਂ ਐ ਛੋਟੀ ਛੋਟੀਆਂ ਬਚਤਾਂ ਨਾਲ ਸਰਕਾਰਾਂ ਨਹੀਂ ਚੱਲਦੀਆਂ ਜਿਹੜੇ ਵੱਡੇ ਦਾਅਵੇ ਸੀ ਕਿ ਇੱਥੋਂ 20000 ਕਰੋੜ ਆਉਣਾ ਹੈ ਇੱਥੋਂ 40000 ਕਰੋੜ ਆਉਣਾ ਹੈ ਉਹਨੂੰ ਕਿਵੇਂ ਜਸਟੀਫਾਈ ਕਰੋਗੇ ਦੇਖੋ ਚਾਹੇ ਤੁਸੀਂ ਆਪਣੇ ਘਰ ਦੀ ਗੱਲ ਕਰ ਲਓ ਜੇ ਤੁਸੀਂ ਛੋਟੀਆਂ ਛੋਟੀਆਂ ਬਚਤਾਂ ਘਰ 'ਚ ਨਹੀਂ ਕਰੋਗੇ ਤਾਂ ਮੈਂ ਸਮਝਦਾ ਜਦੋਂ ਛੋਟੀਆਂ ਛੋਟੀਆਂ ਬਚਤਾਂ ਕਰਦੇ ਕਰਦੇ ਜੇ ਹੋਰ 5 ਸਾਲਾਂ 'ਚ 100 ਕਰੋੜ ਹੋ ਗਿਆ ਕਿਸੇ ਹੋਰ ਹੈਡ 'ਚ ਜਿੱਤੋ ਜਿੱਤੋ 20 25 25 ਕਰੋੜ ਬਣਾਉਣ ਲੈ 100 100 ਕਰੋੜ ਹੋ ਕਿੰਨੇ ਕਿੰਨੇ ਹੈ ਕਿੰਨੇ ਮੱਦਾਂ ਨੇ ਪੰਜਾਬ ਦੀਆਂ ਕਿੰਨੇ ਉਹਨਾਂ ਹੈਡਾਂ 'ਚ ਜੇ 2-200 ਕਰੋੜ ਰੁਪਏ ਬਚਾਉਣ ਲੱਗਾਗੇ ਤਾਂ ਮੈਂ ਸਮਝਦਾ 10000 ਕਰੋੜ ਰੁਪਏ ਉੱਚੋ ਬਚ ਗਿਆ ਉਹਦੇ ਨਾਲ ਹੀ ਕਮਾਈ ਦਾ ਜਦੋਂ ਵਾਅਦਾ ਕਰਾਂਗੇ ਤਾਂ ਕਮਾਈ ਦਾ ਲਗਾਤਾਰ ਵਾਅਦਾ ਹੋਊਗਾ ਜਦੋਂ ਅਸੀਂ ਉਹ ਕਮਾਈ 'ਚ ਵਾਅਦਾ ਕਰਾਂਗੇ ਇਧਰੋਂ ਪੈਸੇ ਬਚਾਵਾਂਗੇ ਤਾਂ ਪੰਜਾਬ ਦਾ ਬੈਲੈਂਸ ਹੋਊਗਾ ਪੰਜਾਬ ਦਾ ਖਜ਼ਾਨਾ ਕਿਉਂ ਨਹੀਂ ਤੰਦਰੁਸਤ ਹੋਊਗਾ ਤੁਸੀਂ ਕਹਿੰਦੇ ਚਲੋ ਤੁਸੀਂ ਇੱਕ ਪੋਲੀਟੀਕਲ ਸਟੇਟਮੈਂਟ ਦਿੱਤੀ ਹੈ ਮੈਂ ਬਹੁਤ ਕਲੀਅਰ ਸ਼ਬਦਾਂ 'ਚ ਕਹਿ ਰਿਹਾ ਤੁਸੀਂ ਮੰਤਰੀ ਦਾ ਨਾਮ ਨਹੀਂ ਲਿਆ ਤੁਸੀਂ ਕਹਿ ਰਹੇ ਹੋ ਨਵਜੋਤ ਸਿੰਘ ਸਿੱਧੂ ਤਿੰਨ ਪਾਵਰ ਪਲਾਂਟ ਤੋਂ ਡਰ ਗਏ ਇਸ ਕਰਕੇ ਉਹਨਾਂ ਨੇ ਬਿਜਲੀ ਮੰਤਰੀ ਦਾ ਚਾਰਜ ਨਹੀਂ ਸੰਭਾਲਿਆ ਬਿਲਕੁਲ ਸੱਚਾ ਪੰਜਾਬ ਦਾ ਬੱਚਾ-ਬੱਚਾ ਜਾਣਦਾ ਕਿ ਜਦੋਂ ਪੁਰਾਣੀ ਸਰਕਾਰ ਦੇ ਸਮੇਂ ਉਹਨਾਂ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਪਾਵਰ ਦਾ ਵਿਭਾਗ ਦਿੱਤਾ ਬਿਜਲੀ ਦਾ ਵਿਭਾਗ ਦਿੱਤਾ ਤਾਂ ਉਹਨਾਂ ਨੇ ਲਗਾਤਾਰ ਲਗਾਤਾਰ ਡੇਢ ਸਾਲ ਚਾਰਜ ਵੀ ਲਿਆ ਸੀਗਾ ਲਗਾਤਾਰ ਬਿਦੌਂਤ ਵਿਭਾਗ ਉਹ ਬਿਦੌਂਤ ਚੜੀ ਮੰਤਰੀ ਉਹ ਵਿਭਾਗ ਕੰਮ ਕਰਦਾ ਸੀਗਾ ਇਹਦਾ ਮਤਲਬ ਸਪਸ਼ਟਾ ਕਿ ਸਾਹਮਣੇ ਡਰ ਸੀ ਉਹਨਾਂ ਦੇ ਜੇ ਉਹ ਕੰਮ ਕਰਨ ਦੀ ਉਹਨਾਂ ਚ ਇੱਛਾ ਸ਼ਕਤੀ ਹੁੰਦੀ ਜੋ ਤਾਕਤਵਰ ਹੁੰਦੇ ਜੋ ਕੰਮ ਕਰਨ ਦਾ ਉਹਨਾਂ ਦੇ ਜਜ਼ਬਾ ਹੁੰਦਾ ਪੰਜਾਬ ਨੂੰ ਬਚਾਉਣ ਦਾ ਜਜ਼ਬਾ ਹੁੰਦਾ ਜਿਹੜੀਆਂ ਵੱਡੀਆਂ-ਵੱਡੀਆਂ ਡਿੰਗਾ ਮਾਰਦੇ ਨੇ ਵੱਡੀਆਂ-ਵੱਡੀਆਂ ਗੱਲਾਂ ਮਾਰਦੇ ਨੇ ਤਾਂ ਕਿਉਂ ਨਹੀਂ ਮਹਿਕਬਾ ਸਵਾਰ ਕੇ ਇਮੀਡੀਏਟਲੀ ਉਹ ਤਿੰਨੇ ਪਾਵਰ ਪਰਚੇਜ਼ ਐਗਰੀਮੈਂਟ ਰੱਦ ਕਰ ਦਿੰਦੇ ਜਿਹੜੀਆਂ ਆਕਰ ਬਾਡੀਜ਼ ਸੀ ਉਹ ਕਹਿੰਦੇ ਸੀ ਲੋਕਲ ਬਾਡੀਜ਼ ਵੀ ਰਵੇ ਮੇਰੇ ਕੋਲੇ ਲੋਕਲ ਬਾਡੀ ਚ ਬਹੁਤ ਸੁਧਾਰ ਦੀ ਲੋੜ ਆ ਮੈਂ ਤਾਂ ਹੁਣ ਮੀਟਿੰਗਾਂ ਕਰ ਰਿਹਾ ਉਹਨਾਂ ਚ ਬਹੁਤ ਵੱਡੇ ਸੁਧਾਰਾਂ ਦੀ ਲੋੜ ਸੀ ਇੱਕ ਵੀ ਸੁਧਾਰ ਦਿਖਾ ਦੇਣਾ ਚ ਕੀਤਾ ਹੋਵੇ ਕਿਸੇ ਵੀ ਡਿਪਾਰਟਮੈਂਟ ਲੋਕਲ ਬਾਡੀ ਡਿਪਾਰਟਮੈਂਟ ਦੀ ਗੱਲ ਕਰ ਲੈਣੇ ਕਿਸੇ ਇੱਕ ਮਿਊਸਪਲ ਕਮ ਇਸੇ ਇੱਕ ਕਾਰਪੋਰੇਸ਼ਨ ਦੀ ਕੀਤਾ ਅਮਦੰਦਾਬਾਦਾ ਦਿਖਾ ਦਨ ਉਹ ਇੱਕ ਜਗ੍ਹਾ ਦੇ ਉੱਤੇ 5 ਸਾਲ ਚ ਸੋ ਦੇਖੋ ਜੀ ਐਵੇਂ ਗੱਲਾਂ ਮਾਰਨੀਆਂ ਤਾੜੀਆਂ ਮਾਰਨੀਆਂ ਇਹ ਜਿਹੜੇ ਕੰਮ ਹੁੰਦੇ ਨੇ ਉਹ ਨਿਚਾਰਾਂ ਦੇ ਹੁੰਦੇ ਨੇ ਕਿ ਕੰਮ ਕਰਨ ਦੇ ਲਈ ਤੁਹਾਨੂੰ ਇੱਕ ਵਿਜ਼ਨ ਚਾਹੀਦਾ ਤੁਹਾਡੇ ਲਈ ਕਮਿਟਮੈਂਟ ਚਾਹੀਦੀ ਆ ਗੱਲਾਂ ਨਾਲ ਕਰਾ ਨਹੀਂ ਬਣਦਾ ਹੈਗਾ ਕੰਮ ਤਾਂ ਤੁਹਾਨੂੰ ਕੁਝ ਕਰਨਾ ਪਊਗਾ ਉਹਨਾਂ ਨੇ ਕਦੇ ਕੀਤਾ ਨਹੀਂ ਹੁਣ ਜੋ ਕੁਝ ਮਰਜ਼ੀ ਕਰਦੇ ਰਹਿਣ ਮਾਈਨਿੰਗ ਦੇ ਇਸ਼ੂ ਤੇ ਅੱਜ ਵੀ ਉਹ ਤੁਹਾਡੀ ਸਰਕਾਰ ਨੂੰ ਘਟਾਰੇ 'ਚ ਖੜਾ ਕਰ ਰਹੇ ਨੇ ਰੀਸੈਂਟਲੀ ਕੱਲ ਪਰਸੋਂ ਹੀ ਇਹ ਜਿਹੜੇ ਇਸ਼ੂ ਹੋਏ ਨੇ ਉਹਨਾਂ ਨੇ ਰੇਜ਼ ਕੀਤੇ ਐ ਔਰ ਉਹਨਾਂ ਨੇ ਕਿਹਾ ਕਿ ਇਸ ਵੇਲੇ ਵੀ ਜਿਹੜੇ ਜਿਹੜੇ ਦਾਅਵੇ ਸੀ ਉਹ ਪੂਰੇ ਨਹੀਂ ਹੋਏ ਔਰ ਉਸਦੇ ਨਾਲ-ਨਾਲ ਬੇਨਿਜ਼ਮੀਆਂ ਉਵੇਂ ਹੀ ਚੱਲ ਰਹੀਆਂ ਨੇ ਮਾਈਨਿੰਗ ਦੇ ਮਾਮਲੇ ਦੇਖੋ ਪੰਜਾਬ 'ਚ ਜਿਹੜਾ ਰੇਤ ਦਾ ਮਾਫੀਆ ਸੀ ਜੀ ਉਹਨੂੰ ਤਹਸ ਤਹਸ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਵਾਈ ਵਾਲੀ ਸਰਕਾਰ ਨੇ ਸਾਡੀ ਸਰਕਾਰ ਨੇ ਉਹਨੂੰ ਤੋੜਿਆ ਉਸ 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 ਜਿਹੜਾ ਰੇਤ ਦਾ ਮਾਫੀਆ ਸੀ ਉਹਨੂੰ ਖਤਮ ਕੀਤਾ ਅੱਜ ਪੰਜਾਬ ਦੇ ਵਿੱਚ ਜਿਹੜੀਆਂ ਜਨਤਕ ਖੱਡਾਂ ਨੇਗੀਆਂ ਜਿਹੜੀਆਂ ਜਨਤਕ ਖੱਡਾਂ ਨੇ ਜਿੱਥੇ ਜਾ ਕੇ ਲੋਕ ਆਪਣੀ ਟਰਾਲੀ ਲਿਜਾ ਕੇ ਆਪਣੀ ਟਰਾਲੀ ਲਿਜਾ ਕੇ 5 ਰੁਪਏ ਜਿਹੜੀ ਉਹਦੇ ਚੋ ਕਯੂਬਿਕ ਫਿਟ ਜਿਹੜਾ ਹੈਗਾ ਪੂਰੇ ਢਾਲ ਲੈ ਕੇ ਆ ਸਕਦੇ ਨੇਗੇ ਸਭ ਤੋਂ ਸਸਤਾ ਰੇਟਾ ਕਿੱਥੇ ਹੈ ਪੰਜਾਬ ਚ ਹੈਗਾ ਕਿ 5 ਰੁਪਏ ਦੇ ਰੇਟੇ ਦੇ ਹਿਸਾਬ ਨਾਲ ਜਿਹੜੀ ਆ ਸਾਨੂੰ ਮਿਲ ਰਿਹਾ ਹੈਗਾ ਸੋ ਇਹਨਾਂ ਦੇ ਸਮੇਂ ਦੇ ਉੱਤੇ ਸਾਰਾ ਕੁਝ ਪ੍ਰਾਈਵੇਟ ਸੀਗਾ ਸੋ ਦੇਖੋ ਸੁਧਾਰ ਕਰਨ ਲਈ ਸਮਾਂ ਲੱਗਦਾ ਹੈਗਾ ਸੋ ਪਹਿਲੀ ਵਾਰ ਹੋਇਆ ਕਿ ਪੰਜਾਬ ਵਿੱਚੋਂ ਰੇਤ mafia ਨੂੰ ਖਤਮ ਕੀਤਾ ਗਿਆ ਜਿਸ ਤਰ੍ਹਾਂ ਮੈਂ ਪਹਿਲਾਂ ਮੈਂ ਜ਼ਿਕਰ ਕੀਤਾ ਕਿ ਸ਼ਰਾਬ mafia ਕੀਤਾ ਬਿਜਲੀ ਦਾ mafia ਜਿਹੜਾ ਨੇ ਪੈਦਾ ਕੀਤਾ ਸੀਗਾ ਹੌਲੀ ਹੌਲੀ ਇੱਕ ਇੱਕ ਕਰਕੇ ਸਾਰੇ mafia ਪੰਜਾਬ ਤੋਂ ਮਨਫੀ ਹੋ ਰਹੇ ਨੇ ਪੰਜਾਬ ਤੋਂ ਖਤਮ ਹੋ ਰਹੇ ਨੇਗੇ ਸੋ ਜਦੋਂ ਦੇਖੋ ਜਦੋਂ ਹੁਣ ਸਸਤਾ ਅਸੀਂ ਤਾਂ ਉਹਦੇ ਚ ਰੈਵਨਿਊ ਤਾਂ ਘੱਟਦਾ ਹੋਣੇ ਹੈਗੇ ਸੀਗਾ ਕਿ ਅਸੀਂ ਉਹਨੂੰ ਬਿਲਕੁਲ ਹੀ ਲੋਕਾਂ ਨੂੰ ਸਸਤਾ ਹੀ ਦੇਤਾ ਫ੍ਰੀ ਆਫ ਕਾਸਟ ਆ 5 ਰੁਪਏ ਤਾਂ ਕੋਈ ਮਤਲਬ ਕਾਸਟ ਹੀ ਹੈ ਨਹੀਂ ਸੋ ਪਹਿਲਾਂ ਉਹ ਕਿੰਨੇ ਦਾ ਹੁੰਦਾ ਸੀਗਾ 100 ਰੁਪਏ ਫੁੱਟ ਮਿਲਦਾ ਸੀ ਜਿਹੜਾ 100 ਰੁਪਏ ਫੁੱਟ ਮਿਲਦਾ ਸੀਗਾ ਉਹ ਅਸੀਂ ਉਹ 5 ਰੁਪਏ ਫੁੱਟ ਤੇ ਲਿਆਂਦਾ ਸੋ ਇਸੇ ਗੱਲ ਕਰ ਪਰ ਲੇਕਿਨ ਉਸ ਤੋਂ ਬਾਅਦ ਵੀ ਆਮਦਨ ਜਿਹੜੀ ਆ ਉਸ ਤੋਂ ਬਾਅਦ ਵੀ ਜਿਹੜੀ ਤੁਸੀਂ ਗੱਲ ਕਰਦੇ ਹੋ ਰੇਟ ਦੇ ਮਾਮਲੇ 'ਚ ਪੁਣੇ ਜੀ ਆਮ ਦਾ ਜਿਹੜੀਆਂ ਬਹੁਤ ਵੱਡਾ ਵਾਅਦਾ ਹੋਇਆਗਾ ਮੈਂ ਤੁਹਾਨੂੰ ਬੜੀ ਜਲਦੀ ਅੰਕੜੇ ਦੇ ਦੇਣਾ ਤੇ ਕਿੰਨੇ ਵਧ ਗਿਆ ਤੁਸੀਂ ਤੁਸੀਂ ਬੀਇੰਗ ਐ ਫਾਈਨਾਂਸ ਮਿਨਿਸਟਰ ਇਹ ਚੀਜ਼ ਮਹਿਸੂਸ ਕੀਤੀ ਹੈ ਕਿ ਜੇ ਅਸੀਂ ਰੈਵਨਿਊ ਵਾਲੇ ਪਾਸੇ ਬਹੁਤ ਜ਼ਿਆਦਾ ਜਾਵਾਂਗੇ ਮਾਈਨਿੰਗ ਚ ਤਾਂ ਫਿਰ ਉਹਦਾ ਰੇਟ ਉਨਾ ਹੀ ਵਧੂਗਾ ਔਰ ਪਬਲਿਕ ਨੂੰ ਮਹਿੰਗਾ ਮਿਲੂਗਾ ਤੇ ਜੇ ਪਬਲਿਕ ਨੂੰ ਸਸਤਾ ਦੇਣਾ ਫਿਰ ਰੈਵਨਿਊ ਵਾਲੇ ਪਾਸੇ ਕੰਪਰੋਮਾਈਜ਼ ਕਰਨਾ ਪਏਗਾ ਇਹ ਚੀਜ਼ ਕੀਤੀ ਹੈ ਰੈਲਾਈਜ਼ ਤੁਸੀਂ ਬਿਲਕੁਲ ਡਿਪਾਰਟਮੈਂਟ ਵੱਲੋਂ ਜਿਹੜੀ ਰਿਪੋਰਟ ਆਈ ਸੀਗੀ ਕਿ ਲੋਕਾਂ ਨੂੰ ਸਸਤਾ ਰੇਟਾ ਰੇਟਾ ਦੇਣ ਦੇ ਲਈ ਸਾਨੂੰ 5 ਰੁਪਏ ਫਟ ਕਰ ਦੇਣਾ ਚਾਹੀਦਾ ਔਰ ਜਨਤਕ ਕਰ ਦੇਣਾ ਚਾਹੀਦਾ ਕਿ ਤੁਸੀਂ ਜਾ ਕੇ ਖੁਦ ਆਪਦਾ ਪਟਕੇ ਲਿਆ ਸਕਦੇ ਹੋ ਤੁਸੀਂ ਖੁਦ ਜਾਈਏ ਉਹਨੂੰ ਉੱਥੋਂ ਕੱਢ ਕੇ ਲਿਆ ਸਕਦੇ ਹੋ ਰੇਟੇ ਨੂੰ ਸੋ ਤਾਂ ਬਹੁਤ ਵੱਡਾ ਫਾਇਦਾ ਪੰਜਾਬ 'ਚ ਹੋਇਆਗਾ ਪੰਜਾਬ ਸਸਤੇ ਘਰ ਬਣਨ ਲੱਗੇ ਕਿਉਂਕਿ ਜਦੋਂ ਅਸੀਂ ਇਸੇ ਮਾਮਲੇ ਨੂੰ ਜੀਐਸਟੀ 'ਚ ਲੈ ਕੇ ਜਾਂਦੇ ਹਾਂ ਨਾ ਜੋ ਦੇਖਦੇ ਆਂਗੇ ਕਿ ਲੋਕਾਂ ਦੀ ਕੰਸਟਰਕਸ਼ਨ ਆਫ ਕੋਸਟ ਕਿੰਨੀ ਆ ਰਹੀ ਆ ਕੰਸਟਰਕਸ਼ਨ ਆਫ ਕੋਸਟ ਘਟ ਗਈ ਕਿਉਂਕਿ ਰੈਵਨਿਊ ਤਾਂ ਉਹਦੇ 'ਚ ਵੀ ਆਉਂਦਾਗਾ ਸਾਨੂੰ ਜੇ ਘਰ ਜ਼ਿਆਦਾ ਪਹਿਣਗੇ ਤਲ ਸਰੀਆ ਵੀ ਵਰਤਿਆ ਜਾਂਦਾ ਹੈਗਾ ਉਹਦੇ ਚ ਇੱਟਾਂ ਵੀ ਵਰਤੀਆਂ ਜਾਂਦੀਆਂ ਨੇ ਕਿਉਂ ਸਿਮਿੰਟ ਵੀ ਵਰਤਿਆ ਜਾਂਦਾ ਹੈਗਾ ਉਹਦਾ ਉਹਨਾਂ ਹੈੱਡਾਂ ਤੋਂ ਜਿਹੜਾ ਰੈਵਨਿਊ ਆ ਉਹ ਵੱਧ ਕੇ ਆ ਰਿਹਾ ਹੈਗਾ ਉਹ ਵੱਧ ਕੇ ਆ ਰਿਹਾ ਇਹਦਾ ਮਤਲਬ ਕੀ ਆ ਕਿ ਪੰਜਾਬ 'ਚ ਜਿਹੜੇ ਘਰ ਨੇਗੇ ਜਾਂ ਕੰਸਟਰਕਸ਼ਨ ਜਿਹੜੀ ਆ ਉਹ ਪਹਿਲਾਂ ਨਾਲੋਂ ਜ਼ਿਆਦਾ ਹੋ ਰਹੀ ਆ ਕਿਉਂਕਿ ਜੇ ਰੇਤਾ ਲੱਗ ਰਿਹਾ ਜੇ ਸਿਮਿੰਟ ਲੱਗ ਰਿਹਾ ਤਾਂ ਰੇਤਾ ਵੀ ਲੱਗੂਗਾ ਨਾ ਜੀ ਜੇ ਰੇਤਾ ਲੱਗ ਰਿਹਾ ਤਾਂ ਇੱਟਾਂ ਵੀ ਲੱਗਣਗੀਆਂ ਜੇ ਇੱਟਾਂ ਲੱਗ ਰਹੀਆਂ ਤਾਂ ਸਰੀਆ ਵੀ ਲੱਗੂਗਾ ਜਦੋਂ ਇੱਟਾਂ ਰੇਤਾ ਸਰੀਏ 'ਚੋਂ ਰੈਵਨਿਊ ਵੱਧ ਕੇ ਆ ਰਿਹਾ ਤਾਂ ਇਹਦਾ ਮਤਲਬ ਹੈਗਾ ਪ ਉਹ ਤਰੱਕੀ ਦੀ ਰਾਹ ਤੇ ਆ ਪੰਜਾਬ ਚ ਕੰਸਟਰਕਸ਼ਨ ਨਮੀ ਹੋ ਰਹੀ ਆ ਨਵੀਆਂ ਬਿਲਡਿੰਗਾਂ ਬਣ ਰਹੀਆਂ ਨੇ ਨਵੇਂ ਘਰ ਬਣ ਰਹੇ ਨੇ ਕਿ ਔਰ ਜੇ ਸਸਤੇ ਘਰ ਬਣ ਰਹੇ ਨੇ ਤਾਂ ਹੀ ਲੋਕ ਬਣਾ ਰਹੇ ਨੇ ਕਿ ਠੀਕ 2024 ਦੇ ਵਿੱਚ ਕਿਸਾਨਾਂ ਦੇ ਲਈ ਖਜ਼ਾਨਾ ਮੰਤਰੀ ਦੇ ਪਟਾਰੇ ਚ ਕੀ ਆ ਦੇਖੋ ਕਿਸਾਨਾਂ ਦੇ ਲਈ ਸਭ ਤੋਂ ਪਹਿਲਾਂ ਜਦੋਂ ਸਰਕਾਰ ਆਈ ਸੀਗਾ ਕਿ ਜਿੰਨੇ ਬਕਾਏ ਖਾਸ ਕਰਕੇ ਜੇ ਮੈਂ ਗੰਨੇ ਦੀ ਗੱਲ ਕਰਾਂ ਜਿੰਨੇ ਬਕਾਏ ਗੰਨੇ ਦੇ ਸੀ ਅੱਜ ਸਰਕਾਰ ਵੱਲ 1 ਰੁਪਿਆ ਵੀ ਗੰਨੇ ਦੇ ਬਕਾਇਦਾ ਨਹੀਂ ਖੜਾ ਪੁਰਾਣੀ ਸਰਕਾਰ ਸੀ ਮੇਰੇ ਯਾਦ ਆ ਕਾਂਗਰਸ ਪਾਰਟੀ ਵੇਲੇ ਮੈਂ ਲੀਡਰ ਆਪਾ ਜੀ ਸੀਗਾ ਤਾਂ ਉਸ ਸਮੇਂ ਸੀ ਵਿਧਾਨ ਸਭਾ 'ਚ ਹਮੇਸ਼ਾ ਬੋਲਦੇ ਸੀਗੇ ਕਿ ਕਿਸਾਨਾਂ ਦਾ 100 ਕਰੋੜ ਰੁਪਏ ਖੜਾ ਜੀ 150 ਕਰੋੜ ਖੜਾਗਾ ਤਾਂ ਉਹ ਕਦੇ ਕਹਿੰਦੇ ਸੀ 20 ਕਰੋੜ ਜਾਰੀ ਕਰਤਾ 25 ਕਰੋੜ ਜਾਰੀ ਕਰਤਾ ਇਸ ਵਾਰ ਇਹ ਹੋਇਆ ਕਿ ਇੱਕ 0 ਇੱਕ ਰੁਪਿਆ ਵੀ ਜਿਹੜਾ ਕਿਸਾਨ ਦਾ ਸਰਕਾਰ ਵੱਲ ਨਹੀਂ ਖੜਾ ਹੈਗਾ ਧਰਨਾ ਪ੍ਰਦਰਸ਼ਨ ਫੇਰ ਵੀ ਕਰਦੇ ਰਹੇ ਸਰਕਾਰ ਵੱਲ ਕੋਈ ਨਹੀਂ ਖੜਾ ਹੈਗਾ ਹਾਂ ਇੱਕ ਦੋ ਪ੍ਰਾਈਵੇਟ ਮਿਲਾਂ ਦੇ ਖਿਲਾਫ ਖੜੇ ਸੀਗੇ ਅਸੀਂ ਉਹ ਮਿਲ ਜੇ ਦੋ ਮਿਲਾਂ ਦੇ ਰਹੇ ਨੇਗੇ ਇੱਕ ਫਗਵਾੜੇ ਦਾ ਤੇ ਇੱਕ ਧੂਰੀ ਦਾ ਉਹਨਾਂ ਮਿਲਾਂ ਦੇ ਖਿਲਾਫ ਸਖਤ ਕਾਰਵਾਈ ਹੋ ਰਹੀ ਉਹ ਥੋੜੇ ਬਹੁਤੇ ਪੈਸੇ ਨੇ ਕਿ ਕਿਤੇ 14 ਕਰੋੜ ਰੁਪਏ ਕਿਤੇ 5-7 ਕਰੋੜ ਰੁਪਏ ਹੈਗਾ ਉਹ ਵੀ ਬੜੀ ਜਲਦੀ ਜਿਹੜੇ ਨੇ ਕਿ ਉਹ ਕਿਸਾਨਾਂ ਨੂੰ ਮਿਲ ਜਾਣਗੇ ਸੋ ਪਹਿਲਾਂ ਤਾਂ ਜੇ ਮੈਂ ਫਗਵਾੜੇ ਦੀ ਗੱਲ ਕਰਾਂ ਤਾਂ 80 ਕਰੋੜ ਰੁਪਏ ਖੜਾ ਸੀਗਾ ਜੇ ਮੈਂ ਧੂਰੀ ਦੀ ਗੱਲ ਕਰਾਂ ਘੱਟੋ ਘੱਟ 40-45 ਕਰੋੜ ਰੁਪਏ ਤੋਂ ਵੱਧ ਪੈਸੇ ਖੜੇ ਸੀਗੇ ਉਹ ਆਜੋ ਡਿਕਲਾਈਨ ਹੋਏ ਨੇ ਘਟੇ ਨੇਗੇ ਕਿਸਾਨਾਂ ਦੇ ਜਿਹੜੀ ਕਿਸਾਨਾਂ ਨੂੰ ਪੇਮੈਂਟ ਹੋ ਚੁੱਕੀ ਆ ਸੋ ਇਸ ਗੱਲ ਕਰਕੇ ਲਗਾਤਾਰ ਇਸੇ ਤਰ੍ਹਾਂ ਜਿਹੜਾ ਸਾਡਾ ਕਿਸਾਨਾਂ ਦਾ ਕੋਆਪਰੇਟਿਵ ਬੈਂਕ ਆ ਸੋ ਉਹ ਨੂੰ ਅਸੀਂ ਐਨਪੀ ਹੋ ਰਿਹਾ ਸੀਗਾ ਉਹ ਬੰਦ ਹੋਣ ਦੇ ਕਿਨਾਰੇ ਆ ਗਿਆ ਸੀਗਾ ਉਹਨੂੰ ਅਸੀਂ ਲਗਭਗ 800 ਕਰੋੜ ਰੁਪਏ ਦੀ ਸਹਾਇਤਾ ਦੇ ਕੇ ਉਹਨੂੰ ਅਸੀਂ ਜਿੰਦਾ ਰੱਖਿਆ ਉਹਨੂੰ ਅਸੀਂ ਜਿਹੜਾ ਤਾਕਤਵਰ ਬਣਾਇਆ ਤਾਂ ਕਿ ਉਹ ਕਿਸਾਨ ਦੇ ਲਈ ਕਿਸਾਨਾਂ ਦੇ ਕੰਮ ਆ ਸਕੇ ਉਹ ਬੈਂਕ ਅੱਛਾ ਚੀਮਨ ਸਾਹਿਬ ਬੀਇੰਗ ਅ ਫਾਈਨਾਂਸ ਮਨਿਸਟਰ ਤੁਸੀਂ ਜਿਹੜਾ ਸੈਂਟਰ ਦੇ ਨਾਲ ਕੋਆਰਡੀਨੇਸ਼ਨ ਹੁੰਦੀ ਹੈ ਉਸ ਚੀਜ਼ ਨੂੰ ਲੈ ਕੇ ਬਹੁਤ ਅਸੀਂ ਸਿਆਸੀ ਬਿਆਨ ਵੀ ਸੁਣਦੇ ਹਾਂ ਅਕਸਰ ਪਰ ਉਸ ਦੇ ਵਿੱਚ ਟੈਕਨੀਕਲ ਚੀਜ਼ਾਂ ਵੀ ਹੁੰਦੀਆਂ ਜਦੋਂ ਆਰ ਡੀ ਐਫ ਦਾ ਜ਼ਿਕਰ ਹੁੰਦਾ ਹੈ ਜੀ ਐਸ ਟੀ ਰਿਫੰਡ ਦਾ ਜ਼ਿਕਰ ਹੁੰਦਾ ਹੈ ਇਹ ਚੀਜ਼ਾਂ ਤੁਹਾਨੂੰ ਕਿੰਨਾ ਕੁ ਪ੍ਰਭਾਵਿਤ ਕਰ ਰਹੀਆਂ ਆ ਜਾਂ ਤੁਸੀਂ ਕਿੰਨਾ ਕਿਸ ਨੂੰ ਸੌਟ ਆਊਟ ਕਰਨ ਚ ਹੁਣ ਤੱਕ ਸਕਸੈਸਫੁਲ ਹੋ ਪਾਏ ਹੋ ਬਿਲਕੁਲ ਲਗਾਤਾਰ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਕੇਂਦਰ ਸਰਕਾਰ ਉਹ ਪੰਜਾਬ ਨੂੰ ਨਫ਼ਰਤ ਕਰਦੀ ਆ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਫ਼ਰਤ ਦੀ ਅੱਖ ਨਾ ਦੇਖਦੀ ਆ ਉਹ ਪੰਜਾਬ ਦੇ ਨਾਲ ਬਿਤਕਰਾ ਕਰਦੀ ਆ ਭੇਦ ਭਾਪ ਕਰਦੀ ਆ ਕਿੰਨੇ ਹੀ ਪੈਸੇ ਨੇ ਸਾਡੇ ਆਰਡੀਐਫ ਦਾ ਪੈਸਾ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਅੰਸ਼ੁਮਾਨ ਯੋਜਨਾ ਦੇ ਪੈਸੇ ਇਸੇ ਤਰ੍ਹਾਂ ਸੀਸੀਐਲ ਲਿਮਿਟ ਦੇ ਪੈਸੇ ਇਸੇ ਤਰ੍ਹਾਂ ਕਪੈਕਸ ਦੇ ਯਾਨੀ ਕਿ ਕੈਪੀਟਲ ਇਨਵੈਸਟਮੈਂਟ ਦੇ ਪੈਸੇ ਯਾਨੀ ਕਿ ਇੱਥੇ ਪੈਸੇ ਖਰਚ ਹੋਣੇ ਸੀ ਜਿਹੜੇ ਪੰਜਾਬ ਦੀ ਓਵਰਆਲ ਤਰੱਕੀ ਚ ਉਹ ਸਾਰੇ ਪੈਸੇ ਕੇਂਦਰ ਸਰਕਾਰ ਨੇ ਇੱਕ ਸੋਚੀ ਸਮਝੀ ਮੈਂ ਸਮਝਦਾ ਸਿਆਸੀ ਜਿਹੜੀ ਉਹਨਾਂ ਦੀ ਸੋਚ ਆ ਉਹਦੇ ਤਹਿਤ ਰੋਕੇ ਹੋਏ ਨੇਗੇ ਆਰਡੀਐਫ ਦਾ ਪੈਸਾ ਕਿਹਦਾਗਾ ਪੰਜਾਬ ਦੇ ਕਿਸਾਨ ਦਾਗਾ ਕਿਉਂਕਿ ਕਿਸਾਨਾਂ ਨੇ ਸੰਘਰਸ਼ ਕੀਤਾ ਸੀ ਬੀਜੇਪੀ ਦੇ ਖਿਲਾਫ ਅੱਜ ਕਿਸਾਨਾਂ ਦੇ ਨਾਲ ਪੰਜਾਬ ਦੇ ਨਾਲ ਬੀਜੇਪੀ ਕਿੱਡ ਘੱਟ ਰਹੀ ਆ ਸਵਸਪਾਰ ਦਾ ਅੰਸ਼ੁਮਨ ਪਾਰ ਜਿਹੜਾ ਹੈਗਾ ਆਯੂਸ਼ਮਾਨ ਯੋਜਨਾ ਜਿਹੜੀ ਆ ਜੀ ਨੈਸ਼ਨਲ ਹੈਲਥ ਮਿਸ਼ਨ ਦੀ ਉਹਦੇ ਪੈਸੇ ਕਿਹਦੇ ਨੇਗੇ ਪੰਜਾਬ ਦੇ ਲੋਕਾਂ ਦੀ ਸਿਹਤ ਤੇ ਖਰਚ ਹੋਣੇ ਨੇਗੇ ਜੀ ਉਹ ਪੈਸਾ ਰੋਕਿਆ ਹੋਇਆ ਹੈਗਾ ਜਿਹੜੇ ਮਹਾਰਾਜਪਾ ਸਰ ਪਰ ਤੁਹਾਡੇ ਤੇ ਇਲਜ਼ਾਮ ਲਾਉਂਦੇ ਕਿ ਤੁਹਾਡੀ ਪਾਰਟੀ ਤੇ ਕਿ ਤੁਸੀਂ ਜਾਣਬੁੱਝ ਕੇ ਕਨਟਰਡਿਕਸ਼ਨ ਚ ਪੈਨੇ ਹੋ ਬਿਲਕੁਲ ਜਾਣ ਕਰਦੇ ਹੋ ਇਸ਼ੂ ਬਿਲਕੁਲ ਜਾਣਬੁੱਝ ਕੇ ਨਹੀਂ ਪੈ ਜੀ ਜਦੋਂ ਆਰਡੀਐਫ ਦਾ ਪਹਿਲਾ ਇੱਥੇ ਇਹਨਾਂ ਦਾ ਆਬਜੈਕਸ਼ਨ ਆਇਆ ਸੀ ਗਵਰਨਮੈਂਟ ਆਫ ਇੰਡੀਆ ਦਾ ਆਇਆ ਸੀਗਾ ਜੀ ਕਿ ਤੁਸੀਂ ਪੁਰਾਣੀ ਸਰਕਾਰ ਨੇ ਹਾਲਾਂਕਿ ਉਹ ਸਾਰੇ ਲੀਡਰ ਜਿਹੜੇ ਜਿਹੜੇ ਕਾਂਗਰਸ ਪਾਰਟੀ ਦੇ ਅੱਜ ਭਾਜੀਪੀ ਸ਼ਾਮਲ ਲਏ ਕਿਉਂ ਉਹਨਾਂ ਨੇ ਪੈਸੇ ਦੀ ਦੁਰਵਰਤੋਂ ਕੀਤੀ ਆ ਹੂੰ ਇਹ ਆਇਆ ਸੀ ਪੈਸਾ ਡਾਇਵਰਟ ਕੀਤਾ ਗਿਆ ਡਾਇਵਰਟ ਇਹ ਇਹ ਉਹਨਾਂ ਨੇ ਰੋਕਤਾ ਸੀ ਜੀ ਤਾਂ ਹੁਣ ਸਾਰ ਅਸੀਂ ਕੀ ਕੀਤਾ ਸਭ ਤੋਂ ਪਹਿਲਾਂ ਐਕਟ ਬਣਾਤਾ ਹੂੰ ਕਿ ਜਿਹੜਾ ਆਰਡੀਐਫ ਦਾ ਪੈਸਾ ਹੈਗਾ ਰੂਰਲ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਹੈਗਾ ਉਹ ਕਿਤੇ ਜਿੱਤੇ ਕਿ ਪਿੰਡ ਦੀ ਸਰਕਾ ਅਸੀਂ ਸਾਰਾ ਡਿਟੇਲ ਚ ਡਿਟੇਲ ਚ ਪੰਜਾਬ ਦੀ ਵਿਧਾਨ ਸਭਾ ਦੀ ਵਿਧਾਨ ਸਭਾ ਜਿਸ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਨਮਾਇंदे ਚੁਣ ਕੇ ਭੇਜੇ ਨੇ ਉਸ ਵਿਧਾਨ ਸਭਾ ਦੇ ਵਿੱਚ ਅਸੀਂ ਐਕਟ ਪਾਸ ਕਰਕੇ ਉਹਦੀ ਕਾਪੀ ਗਵਰਨਮੈਂਟ ਆਫ ਇੰਡੀਆ ਨੂੰ ਭੇਜੀ ਠੀਕ ਹੈ ਹੂੰ ਉਹਨਾਂ ਅਸੀਂ ਕਿਹਾ ਕਿ ਆ ਐਕਟ ਅਸੀਂ ਲਾਗੂ ਕਰਤਾ ਪੰਜਾਬ ਤੋਂ ਉਸ ਤੋਂ ਬਾਅਦ ਫਿਰ ਰੋਕ ਲਿਆ ਵੇਤਾ ਕੁ ਰੋਕਣ ਦੀ ਤਕਨੀ ਸੀ ਤੁਸੀਂ ਦੱਸੋ ਕੋਈ ਹੋਰ ਤਾਂ ਲੈਟਰ ਕੋਈ ਆ ਨਹੀਂ ਉਹਨਾਂ ਦਾ ਉਹਬਜੈਕਸ਼ਨ ਕੀ ਲਗਾਉਂਦੇ ਨੇ ਹੁਣ ਕਿ ਕਿਉਂ ਪੈਸੇ ਨਹੀਂ ਦੇ ਰਹੇ ਕੋਈ ਫਾਈਲ ਦੇ ਉੱਪਰ ਤੋਂ ਲਿਖਦੇ ਤਾਂ ਆਉਣੇ ਆ ਨਾ ਚਲੋ ਉਸ ਵੇਲੇ ਹੋ ਸਕਦੀ ਅੱਜ ਕੀ ਓਬਜੈਕਸ਼ਨ ਹੁਣ ਕਹਿ ਰਹੇ ਨੇ ਕਿ ਆਰਡੀਐਫ ਦੀ ਤੁਸੀਂ ਜਿਹੜੀ ਪਰਸੈਂਟੇਜ ਆ 3% ਤੋਂ 2% ਤੇ ਰੱਖੋ 1% ਤੇ ਰੱਖੋ ਕਿਉਂਕਿ ਉਹ ਆ ਅਲਟੀਮੇਟਲੀ ਉਹ ਕੀ ਚਾਹੁੰਦੇ ਨੇਗੇ ਉਹਨਾਂ ਦਾ ਮੋਟਿਵ ਕੀ ਆ ਮੋਟੇ ਬਿਹਾਈਂਡ ਦੇ ਸੇ ਦੇ ਪਿੱਛੇ ਕਾਰਨ ਕੀ ਆ ਸਭ ਤੋਂ ਵੱਡਾ ਕਿ ਪੰਜਾਬ ਦਾ ਜਿਹੜਾ ਮੰਡੀਕਰਨ ਸਿਸਟਮ ਆ ਜੀ ਕਿਉਂਕਿ ਪੰਜਾਬ ਦਾ ਮੰਡੀਕਰਨ ਦੇਸ਼ ਦਾ ਸਭ ਤੋਂ ਸਰਬੋਤਮ ਮੰਡੀਕਰਨ ਉਸ ਮੰਡੀਕਰਨ ਨੂੰ ਤੋੜਨਾ ਕਿਵੇਂ ਆ ਕਿਉਂਕਿ ਪੰਜਾਬ ਚ ਐਮਐਸਪੀ ਲਾਗੂ ਆ ਪੰਜਾਬ ਦੇ ਵਿੱਚ ਕਣਕ ਦੇ ਉੱਤੇ ਝੋਨੇ ਦੇ ਉੱਤੇ ਹੋਰ ਬਹੁਤ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਲਾਗੂ ਆ ਜਿਸ ਐਮਐਸਪੀ ਦੇ ਕਾਨੂੰਨ ਦੇ ਕਰਕੇ ਰੌਲਾ ਪਿਆ ਐਡਾ ਵੱਡਾ ਅੰਦੋਲਨ ਹੋਇਆ ਉਹ ਕਿੱਥੇ ਲਾਗੂ ਆ ਉਹ ਪੰਜਾਬ ਚ ਲਾਗੂ ਆ ਉਹ ਹਰਿਆਣਾ ਚ ਲਾਗੂ ਆ ਉਹ ਦੋਨਾਂ ਸੂਬਿਆਂ ਚ ਲਾਗੂ ਉਹਨਾਂ ਨੂੰ ਪਤਾ ਕਿ ਹਰਿਆਣਾ ਨਹੀਂ ਬੋਲਦਾ ਹਰਿਆਣਾ ਉਹਨਾਂ ਦੇ ਹੱਕ ਚ ਆ ਪੰਜਾਬ ਇਕੱਲਾ ਬੋਲਦਾ ਇਹਦੇ ਮੰਡੀਕਰਨ ਦੇ ਸਿਸਟਮ ਨੂੰ ਤੋੜੋ ਉਹਦੇ ਸਿਸਟਮ ਦੇ ਸੱਟ ਮਾਰੋ ਜੇ 5000 ਕਰੋੜ ਰੁਪਇਆ ਰੋਕ ਲਿਆ ਤਾਂ 5000 ਰੋਕਦੇ ਗਏ ਰੋਕਦੇ ਗਏ ਤਾਂ ਅਲਟੀਮੇਟਲੀ ਉਹਨੂੰ ਪਤਾ ਕਿ ਮੰਡੀਆਂ ਅਸੀਂ ਤਬਾਹ ਕਰ ਦੇਾਂਗੇ ਜਦੋਂ ਮੰਡੀਆਂ ਤਬਾਹ ਹੋ ਗਈਆਂ ਤਾਂ ਪੰਜਾਬ ਦਾ ਕਿਸਾਨ ਆਪਣਿਆ ਪਰੋੜ ਜਾਊਗਾ ਪਰ ਲੇਕਿਨ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾਗਾ ਕਿ ਮੰਡੀ ਕਨ ਸਿਸਟਮ ਨੂੰ ਅਸੀਂ ਮਜ਼ਬੂਤ ਰੱਖਾਂਗੇ ਬਿਲਕੁਲ ਪੈਸੇ ਦੀ ਅਸੀਂ ਕਾਰ ਜਿਹੜੀ ਉਹ ਮੰਡੀ ਕਨ ਸਿਸਟਮ ਵਿੱਚ ਨਹੀਂ ਆਉਣ ਦੇਵਾਂਗੇ ਅਸੀਂ ਕੇਂਦਰ ਸਰਕਾਰ ਨਾਲ ਲੜਾਈ ਲੜਾਂਗੇ ਉਹ ਲੜਦੇ ਲੜਾਈ ਲੜਾਂਗੇ ਅਸੀਂ ਆਨਰੇਬਲ ਸੁਪਰੀਮ ਕੋਰਟ 'ਚ ਵੀ ਗਏ ਆਂ ਹੰਦਰਬਲ ਸੁਪਰੀਮ ਕੋਰਟ ਵਿੱਚ ਵੀ ਕੇਸ ਪਾਇਆ ਹੈਗਾ ਸੋ ਬਿਲਕੁਲ ਉਹ ਅਸੀਂ ਪੈਸਾ ਲੈ ਕੇ ਰਾਵਾਂਗੇ ਪੰਜਾਬ ਦਾ ਪੈਸਾ ਹੈਗਾ ਸੋ ਇੱਥੋਂ ਪਤਾ ਲੱਗਦਾ ਹੈਗਾ ਕਿ ਅਲਟੀਮੇਟ ਜਿਹੜਾ ਹੈਗਾ ਗਵਰਨਮੈਂਟ ਆਫ ਇੰਡੀਆ ਦਾ ਗੋਲ ਬੀਜੇਪੀ ਦਾ ਇਹ ਇਰਾਦਾ ਹੈਗਾ ਕਿ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਮੰਡੀਕਰਨ ਸਿਸਟਮ ਨੂੰ ਪੰਜਾਬ ਦੇ ਖੇਤੀਬਾੜੀ ਸਿਸਟਮ ਨੂੰ ਇਹਨੂੰ ਕਿਵੇਂ ਤਬਾਹ ਕਰਨਾ ਹੈ ਇਸ ਦੇ ਪਿੱਛੇ ਜਿਹੜੀ ਆ ਬੀਜੇਪੀ ਦੀ ਸੋਚ ਕੰਮ ਕਰ ਰਹੀ ਹੈ ਚੀਮਾ ਸਾਹਿਬ ਹਰਿਆਣਾ ਦੇ ਵਿੱਚ ਵੀ ਹੋਏਗਾ ਨਾ ਦੇਖੋ ਐਮਐਸਪੀ ਮਿਲਦੀ ਹੈ ਪੰਜਾਬ ਚ ਹਰਿਆਣਾ ਦੇ ਵਿੱਚ ਵੈਸਟ ਯੂਪੀ ਚ ਕੁਝ ਹਿੱਸਾ ਜਿੱਥੇ ਮਿਲਦੀ ਹੈ ਜੋ ਜਿਹੜਾ ਆਰਡੀਐਫ ਦਾ 3% ਤੋਂ 2% ਜਾਂ 1% ਕਰਨ ਵਾਲੀ ਗੱਲ ਹੈ ਤਾਂ ਸਭ ਦੇ ਉੱਤੇ ਇੰਪਲੀਮੈਂਟ ਹੋਏਗਾ ਨਾ ਹਰਿਆਣਾ ਕਿਉਂ ਨਹੀਂ ਰੌਲਾ ਪਾਉਂਦਾ ਇਹ ਪੰਜਾਬ ਨੂੰ ਕਿਉਂ ਇਸ ਤਰ੍ਹਾਂ ਲੱਗ ਰਿਹਾ ਹੈ ਦੇਖੋ ਪੰਜਾਬ ਦਾ ਪੈਸਾ ਜਾ ਰਿਹਾ ਉਹ ਨਹੀਂ ਜਾਣਾ ਦੇਖੋ ਹਰਿਆਣਾ ਦੀ ਸਰਕਾਰ ਕੀ ਦੀ ਆ ਹਰਿਆਣਾ ਦੀ ਸਰਕਾਰ ਬੀਜਾਰ ਹੈ ਇਸ ਕਰਕੇ ਉਹ ਆਪਣੇ ਸੂਬੇ ਦਾ ਨੁਕਸਾਨ ਚੱਲ ਰਹੇ ਨੇ ਹਰਿਆਣੇ ਚ ਬੀਜਪੀ ਦੀ ਸਰਕਾਰ ਅਚੋ ਬੈਠੀਆਂ ਹਨ ਹੋਰ ਹੋਰ ਜਗ੍ਹਾ ਤੇ ਪੈਸੇ ਮਿਲ ਜਾਂਦੇ ਨੇਗੇ ਉਹਨੂੰ ਇੱਕ ਹੈਡ ਚ ਰੋਕੇ ਹੋਣਗੇ ਇੱਕ ਹੈਡ ਚ ਘਟਾਤੇ ਹੋਣਗੇ ਪਰ ਹੋਰ ਹੈਡਾਂ ਚ ਪੈਸੇ ਮਿਲੀ ਜਾਂਦੇ ਨੇ ਉਹਨਾਂ ਨੂੰ ਕੇਂਦਰ ਸਰਕਾਰ ਉਹਦੀ ਹੋਰ ਪਾਸੇ ਤਰੀਕੇ ਨਾਲ ਦੂਜੇ ਤਰੀਕੇ ਦੇ ਨਾਲ ਉਹਦੀ ਮਦਦ ਕਰੀ ਜਾਂਦਾ ਹਰਿਆਣੇ ਦੀ ਪਰ ਲੇਕਿਨ ਪੰਜਾਬ ਨਾਲ ਦਾ ਸਪਸ਼ਟ ਆ ਜੀ ਕਿ ਬੀਜੇਪੀ ਜਿਹੜੀ ਆ ਉਹ ਇੱਕ ਬਹੁਤ ਹੀ ਵੱਡਾ ਬੈਰ ਰੱਖਦੀ ਐ ਇੱਕ ਬਹੁਤ ਹੀ ਵੱਡਾ ਮੈਂ ਸਮਝਦਾ ਦੁਸ਼ਮਣੀ ਰੱਖਦੀ ਐ ਬੀਜੇਪੀ ਪੰਜਾਬ ਦੇ ਨਾਲ ਇਹੀ ਕਾਰਨ ਨਾਲ ਕਿ ਸਾਰੇ ਪੈਸੇ ਰੁਕੇ ਹੋਏ ਨੇ ਮੇਰੀ ਤਾਂ ਇਹ ਸਾਰੇ ਨੇਤਾਵਾਂ ਨੂੰ ਵੇਚੀ ਆ ਕਿ ਸਾਰੇ ਜਣੇ ਆਓ ਇਕੱਠੇ ਹੋ ਕੇ ਚੱਲਦੇ ਆਂ ਪ੍ਰਧਾਨ ਮੰਤਰੀ ਸਾਹਿਬ ਕੋਲੇ ਚੱਲਦੇ ਆ ਕਿ ਪੰਜਾਬ ਦੇਸ਼ ਦਾ ਹਿੱਸਾ ਹੈਗਾ ਪੰਜਾਬ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੇ ਹਿੱਸੇ ਆਈਆਂ। ਹਮ ਸਰਹੱਦ ਦੇ ਉੱਤੇ ਸਭ ਤੋਂ ਵੱਧ ਸਰਹੱਦ ਸਹਾਤਾ ਸਭ ਤੋਂ ਵੱਧ ਸ਼ਹੀਦ ਕਿੱਥੇ ਦੇ ਹੁੰਦੇ ਨੇ ਪੰਜਾਬ ਦੇ ਲੋਕ ਹੁੰਦੇ ਲਗੇ। ਸੋ ਸਭ ਤੋਂ ਵੱਧ ਵਿਤਕਰਾ ਕੌਣ ਕਿਸ ਦੇ ਨਾਲ ਕੀਤਾ ਜਾਂਦਾਗਾ ਪੰਜਾਬ ਨੇ ਕਿਹਦੀ ਰੂਲ ਚ ਬੀਜੇਪੀ ਦੇ ਰੂਲ ਚ। ਨਹੀਂ ਮੈਂ ਇਹ ਸਮਝਣਾ ਚਾਹ ਰਿਹਾ ਐ ਬੈਰ ਪੰਜਾਬੀਆਂ ਨਾਲ ਐ ਜਾਂ ਬੈਰ ਆਮ ਆਦਮੀ ਪਾਰਟੀ ਨਾਲ ਐ। ਬਿਲਕੁਲ ਇਹ ਬੈਰ ਪੰਜਾਬੀਆਂ ਦੇ ਨਾਲ ਆ ਕਿਉਂਕਿ ਪੰਜਾਬੀਆਂ ਨੇ ਪਾਰਟੀ ਦੀ ਨਹੀਂ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਚੁਣੀ ਐ ਨਾ। ਪੰਜਾਬੀਆਂ ਨੇ ਆਮ ਆਦਮੀ ਪਾਰਟੀ ਚੁਣੀ ਆ। ਸੋ ਪੰਜਾਬੀਆਂ ਦੇ ਲੈ ਬੈਰ ਜਿਹੜਾ ਉਹ ਬੀਜੇਪੀ ਕਮਾਰਾ ਨੇ ਪਿਛਲੇ ਦਿਨੀ ਜਿਹੜੀਆਂ ਹੈਲਥ ਨਾਲ ਰਿਲੇਟਡ ਸਕੀਮਾਂ ਸੀ ਲੋਕ ਸਭਾ ਦੇ ਵਿੱਚ ਇਹ ਬਿਆਨ ਦਿੱਤਾ ਜਿਹੜੇ ਉਹਨਾਂ ਦੇ ਮਨਿਸਟਰ ਨੇ ਕਿ ਤੁਸੀਂ ਕੇਂਦਰ ਦੀਆਂ ਸਕੀਮਾਂ ਤੇ ਆਪਣਾ ਪ੍ਰਚਾਰ ਕਰਦੇ ਹੋ ਤੁਸੀਂ ਉਹਨਾਂ ਨੂੰ ਹੀ ਪਾਲਿਸ਼ ਕਰਕੇ ਨਵੇਂ ਤਰੀਕੇ ਨਾਲ ਪੇਸ਼ ਕਰਦੇ ਹੋ ਉਹਨਾਂ ਨੇ ਗੱਲ ਗਈ ਖਾਸ ਤੌਰ ਤੇ ਐਨ ਐਚ ਐਮ ਦਾ ਪੈਸਾ ਜਿਹੜਾ ਤੁਸੀਂ ਆਮ ਆਦਮੀ ਕਲੀਨਿਕ ਤੇ ਲਗਾਤਾ ਕਹਿੰਦੇ ਬਿਲਕੁਲ ਨਹੀਂ ਆਮ ਆਦਮੀ ਕਲੀਨਿਕ ਦੇ ਉੱਤੇ ਪੰਜਾਬ ਦਾ ਪੈਸਾ ਲੱਗ ਰਿਹਾਗਾ ਜੀ ਦਿਲੀਆਂ ਵਿਵਾਂਜਾਂ ਨੇ ਅਸੀਂ ਪੰਜਾਬ ਤੇ ਪੈਸੇ ਤੋਂ ਦੇ ਰਹੇ ਹਾਂਗੇ ਜਿਹੜੀ ਆ ਸਕੀਮਾਂ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਆਉਂਦੀਆਂ ਸੀਗੀਆਂ ਜੀ ਆਯੂਸ਼ਮਨ ਭਾਰਤ ਦੇ ਜਿਹੜੀ ਸਕੀਮਾਂ ਤਹਿਤ ਆਉਂਦੀਆਂ ਸੀਗੀਆਂ ਉਹਨਾਂ ਤੇ ਕੋਈ ਨਾ ਕੋਈ ਛੋਟੀਆਂ-ਛੋਟੀਆਂ ਆਬਜੈਕਸ਼ਨ ਲਾ ਕੇ ਪੈਸਾ ਰੋਕਣਾ ਮੈਂ ਸਮਝਦਾ ਪੰਜਾਬ ਦੇ ਲੋਕਾਂ ਦੇ ਸਿਹਤ ਨਾਲ ਖਿਲਵਾੜ ਕਰਨਾ ਫੇਰ ਗੱਲ ਉੱਥੇ ਹੀ ਆਉਂਦੀ ਆ ਕਿ ਪੰਜਾਬ ਪੰਜਾਬੀਆਂ ਦੇ ਖਿਲਾਫ ਕਿਹੜ ਕਿਵੇਂ ਕੱਢਣੀ ਆ ਪੰਜਾਬੀਆਂ ਨੂੰ ਤੰਗ ਕਿਵੇਂ ਕਰਨਾਗਾ ਉਹਨਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੱਕ ਆ ਗਈ ਬੀਜੇਪੀ ਤਾਂ ਇਤੱਕ ਇਦੋਂ ਵੱਡਾ ਯਾਰ ਮਨੁੱਖੀ ਬਤੀਰਾ ਬੀਜੇਪੀ ਦਾ ਕੀ ਹੋ ਸਕਦਾਗਾ ਕਿ ਐਡਾ ਵੱਡਾ ਹੋ ਕੇ ਇੱਕ ਮਨੁੱਖ ਦੇ ਖਿਲਾਫ ਵੀ ਜਾ ਕੇ ਬੰਦਿਆਂ ਦੇ ਖਿਲਾਫ ਵੀ ਕਿ ਜਿਹੜਾ ਪੰਜਾਬ ਚ ਰਹਿੰਦਾਗਾ ਆਪਾਂ ਉਹਦੀਆਂ ਸੇ ਸਹੂਲਤਾਂ ਵੀ ਖੋਲੋ ਜਦ ਕਿ ਸੇ ਸਹੂਲਤਾਂ ਪੂਰੇ ਦੇਸ਼ ਦੇ ਵਿੱਚ ਕੇਂਦਰ ਸਰਕਾਰ ਜਿਹੜਾ ਕੇਂਦਰ ਸਰਕਾਰ ਦਾ ਹਿੱਸਾ ਬਣਦਾ ਉਹ ਦਿੰਦੀ ਆ ਤੇ ਸਟੇਟਾ ਆਪਣਾ ਆਪਣਾ ਚਲਾਉਂਦੀਆਂ ਰਹਿ ਗਈਆਂ ਅਸੀਂ ਅਸੀਂ ਪੰਜਾਬ ਦੇ ਲੋਕਾਂ ਦੀ ਸੇ ਦਾ ਖਿਆਲ ਰੱਖ ਰਹੇ ਹਾਂਗੇ ਪਰ ਕੇਂਦਰ ਸਰਕਾਰ ਤਾਂ ਇੱਥੋਂ ਤੱਕ ਆ ਗਈ ਕਿ ਬੀਜੇਪੀ ਤਾਂ ਇੱਥੋਂ ਤੱਕ ਆ ਗਈ ਕਿਉਂ ਤਾਂ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਵੀ ਖਲਵਾੜ ਕਰਨ ਲੱਗੀ ਉਹ ਤਾਂ ਕਹਿੰਦੇ ਅਸੀਂ ਆਪਣਾ ਬੇਸ ਮਜ਼ਬੂਤ ਕਰ ਰਹੇ ਹਾਂ ਪੋਲੀਟਿਕਲੀ ਵੀ ਤੇ ਹੁਣ ਤੁਹਾਨੂੰ ਦਿਖਾਵਾਂਗੇ ਇਲੈਕਸ਼ਨਾਂ ਦੇ ਵਿੱਚ ਕਿ ਬੀਜੇਪੀ ਪੰਜਾਬ 'ਚ ਕਿੱਥੋਂ ਤੱਕ ਪਹੁੰਚ ਚੁੱਕੀ ਹੈ ਜਦੋਂ ਤੁਸੀਂ ਫੀਲ ਕਰਦੇ ਹੋ ਜਦੋਂ ਪੰਜਾਬ 'ਚ ਇਲੈਕਸ਼ਨ ਹੋਈ ਪੰਜਾਬ ਦੇ ਲੋਕਾਂ ਨੇ ਬੀਜੇਪੀ ਨੂੰ ਸ਼ੀਸ਼ਾ ਦਿਖਾਉਣਾਗਾ ਪੰਜਾਬ ਦੇ ਲੋਕ ਇਸ ਵੱਲੋਂ ਬੜੇ ਅਣਖੀ ਨਿਗੇ ਅਣਖੀਲੇ ਨਗੇ ਜਿਹੜਾ ਵੀ ਕੋਈ ਭਾਜੀ ਪਾਉਂਦਾਗਾ ਉਹਨੂੰ ਭਾਜੀ ਮੋੜਦੇ ਨੇਗੇ 31 ਦੀ ਭਾਜੀ ਪਾਉਣਗੇ ਬੀਜੇਪੀ ਵਾਲੇ ਤਾਂ 52 ਕਰਕੇ ਮੋੜਾਂਗੇ ਪੰਜਾਬ ਦੇ ਲੋਕਾਂ ਨੇ ਜਿਹੜਾ 2024 ਦੇ ਇਲੈਕਸ਼ਨ ਆਉਣੀਆਂ ਨੇਗੀਆਂ ਬੀਜੇਪੀ ਦੇ ਜਿਹੜੇ ਕੈਂਡੀਡੇਟ ਹੋਣਗੇ ਉਹਨਾਂ ਦੇ ਜ਼ਮਾਨਤਾਂ ਜਬਤ ਪੰਜਾਬ ਦੇ ਲੋਕ ਕਰਾਉਣਗੇ ਪੰਜਾਬੀਆਂ ਨੂੰ ਪਤਾ ਹੈਗਾ ਕਿ ਕਿਸ ਤਰ੍ਹਾਂ ਬੀਜੇਪੀ ਜਿਹੜੀ ਆ ਉਹਦੇ ਕਾਰਨ 750 ਤੋਂ ਉੱਪਰ ਕਿਸਾਨ ਪੰਜਾਬ ਦਾ ਸ਼ਹਾਦਤ ਦਾ ਜਾਮ ਪੀ ਗਿਆ ਪੰਜਾਬ ਦਾ 750 ਤੋਂ ਉੱਪਰ ਕਿਸਾਨ ਜਿਹੜਾ ਉਹ ਕਿਸਾਨੀ ਅੰਦੋਲਨ ਕਰਕੇ ਮਾਰਿਆ ਗਿਆ ਉਹ ਆਪਣੀ ਜਾਨ ਗਵਾ ਬੈਠਿਆ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਖਲਵਾੜ ਜਿਹੜੀ ਆ ਉਹ ਬੀਜੇਪੀ ਦੀ ਕੇਂਦਰ ਸਰਕਾਰ ਕਰ ਰਹੀ ਆ ਜਿਸ ਤਰ੍ਹਾਂ ਪੰਜਾਬ ਦੇ ਕਿਸਾਨ ਦਾ ਆਰਡੀਫ ਦਾ ਪੈਸਾ ਰੁਕਿਆ ਹੋਇਆ ਹੈਗਾ ਕਿਸ ਤਰ੍ਹਾਂ ਲੋਕਾਂ ਦੀਆਂ ਸੜਕਾਂ ਨੂੰ ਵੀ ਤੁਹਾਡੀਆਂ ਸੜਕਾਂ ਵੀ ਖਰਾਬ ਹੋ ਜਾਣ ਤੁਹਾਡੀ ਸਿਹਤ ਵੀ ਖਰਾਬ ਹੋ ਜਾਏ ਇਹਦਾ ਮਤਲਬ ਤੁਸੀਂ ਦੇਖੋ ਕਿ ਕਿੱਡਾ ਗੈਰ ਮਨੁੱਖੀ ਵਤੀਰਾ ਜਿਹੜਾ ਉਹ ਬੀਜੇਪੀ અપਨਾ ਰਹੇ 13 0 ਬੀਜੇਪੀ ਦੇ ਲੀਡਰ ਦਾਵਾ ਕਰਦੇ ਨੇ 13 0 ਬਿਲਕੁਲ ਸੱਚ ਆ ਉਹ ਜ਼ੀਰੋ ਤੇ ਹੋਣਗੇ 13 ਆਮ ਆਦਮੀ ਪਾਰਟੀ ਹੋਊਗੀ ਚਲੋ ਮੈਂ ਤੁਸੀਂ ਪੋਲੀਟੀਕਲ 2024 ਦੇ ਇਲੈਕਸ਼ਨ ਤੇ ਗੱਲ ਤੋਰ ਹੀ ਲਈ ਤੁਸੀਂ ਆਮ ਆਦਮੀ ਪਾਰਟੀ ਦੇ ਬਹੁਤ ਵੱਡੇ ਲੀਡਰ ਹੋ ਪੰਜਾਬ ਦੇ ਵਿੱਚ ਅਲਾਈਅੰਸ ਆ ਦੇਖੋ ਹਜੇ ਇੰਡੀਆ ਅਲਾਈਅੰਸ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਦੂਜੇ ਤੀਜੇ ਦੌਰ ਦੇ ਵਿੱਚ ਦੇਸ਼ ਚ ਜਾਰੀ ਆ ਕਿਹੜੇ ਸਟੇਟਾਂ ਦੇ ਅੰਦਰ ਗਠਜੋੜ ਚ ਇਲੈਕਸ਼ਨ ਲੜੀ ਜਾਣੀ ਆ ਕਿਹੜੇ ਸਟੇਟਾਂ ਦੇ ਵਿੱਚ ਸਿੰਗਲ ਕਰਕੇ ਇਲੈਕਸ਼ਨ ਲੜਨੀ ਆ ਇਹ ਹਜੇ ਮੈਂ ਸਮਝਦਾ ਗੱਲਬਾਤ ਦਾ ਵਿਸ਼ਾ ਹੈਗਾ ਉਹ ਗੱਲਬਾਤ ਦਾ ਦੌਰ ਜਿਹੜਾ ਉਹ ਜਾਰੀ ਹੈ ਅਸਰਵਾਤ ਮੰਨਿਆ ਜਾ ਰਿਹਾ ਮੈਂ ਕਿਹਾ ਆਪਾਂ ਚੰਡੀਗੜ੍ਹ 'ਚ ਬੈਠੇ ਆਂ ਅਸਰ ਪੰਜਾਬ ਵਾਲੇ ਪਾਸੇ ਨੂੰ ਜਾ ਸਕਦਾ ਨਹੀਂ ਦੇਖੋ ਚੰਡੀਗੜ੍ਹ 'ਚ ਜਿਹੜਾ ਅਲਾਈਅੰਸ ਹੋਇਆਗਾ ਉਹ ਸਿਰਫ ਤੇ ਮੇਅਰ ਦੀ ਇੱਕ ਪੋਸਟ ਨੂੰ ਲੈ ਕੇ ਹੋਇਆਗਾ ਮੇਅਰ ਤੇ ਡਿਪਟੀ ਮੇਅਰ ਦੀ ਉਹ ਕੋਈ ਜਨਰਲ ਇਲੈਕਸ਼ਨ ਦਾ ਅਲਾਈਅੰਸ ਨਹੀਂ ਹੈਗਾ ਜਨਰਲ ਇਲੈਕਸ਼ਨ ਦਾ ਅਲਾਈਅੰਸ ਨਹੀਂ ਹੈਗਾ ਉਹ ਸਿਰਫ ਮੇਅਰ ਦੀ ਜਿਹੜੀ ਚੋਣਾਂ ਨੂੰ ਉਹ ਲੈ ਕੇ ਹੋਇਆਗਾ ਕਿਉਂਕਿ ਬੀਜੇਪੀ ਲਗਾਤਾਰ ਜਿਹੜਾ ਹੈਗਾ ਉਹ ਦੇਸ਼ ਦੇ ਵਿੱਚ ਅਨਿਆਖ ਕਰ ਰਹੀ ਆ ਲਗਾਤਾਰ ਜਿਹੜਾ ਹੈਗਾ ਲੋਕਾਂ ਦੇ ਜ਼ੁਲਮ ਟਾਰ ਰਹੀ ਆ ਉਹਨੂੰ ਜ਼ੁਲਮ ਨੂੰ ਰੋਕਣ ਦੇ ਲਈ ਮੈਂ ਸਮਝਦਾ ਚੰਡੀਗੜ੍ਹ ਤੋਂ ਸ਼ੁਰੂਆਤ ਹੋਈ ਆ ਪਰ ਲੇਕਿਨ ਅਜੇ ਜਿਹੜੀਆਂ ਜਨਰਲ ਇਲੈਕਸ਼ਨ ਆ 2024 ਦੀ ਇਲੈਕਸ਼ਨ ਆ ਉਹਦੇ ਉੱਤੇ ਜਿਹੜਾ ਜਿਹੜਾ ਗੱਠਜੋੜ ਦਾ ਮੰਤਨ ਆ ਗੱਠਜੋੜ ਹੋਣਾ ਕਿਹੜੇ-ਕਿਹੜੇ ਸੂਬਿਆਂ 'ਚ ਹੋਣਾਗਾ ਕਿਹੜੇ ਸੂਬਿਆਂ ਸੀਟ ਸ਼ੇਅਰਿੰਗ ਕਰਨੀ ਆ ਕਿਹੜੇ ਸੂਬਿਆਂ ਸੀਟ ਸ਼ੇਅਰਿੰਗ ਨਹੀਂ ਹੋਣੀ ਉਹ ਮੈਂ ਸਮਝਦਾ ਅਜੇ ਭਵਿੱਖ ਦੇ ਗਰਭ ਦੇ ਵਿੱਚ ਆ ਅਜੇ ਉਹਦਾ ਸਮਾਂ ਲੱਗੂਗਾ ਤੁਸੀਂ ਪੰਜਾਬ 'ਚ ਸੀਟ ਸ਼ੇਅਰਿੰਗ ਨੂੰ ਸਿਰੇ ਤੋਂ ਨਹੀਂ ਨਕਾਰਦੇ ਇਹ ਜੇ ਮੈਂ ਸਾਡੀ ਜਿਹੜੀ ਕੇਂਦਰੀ ਲੀਡਰਸ਼ਿਪ ਆ ਫੈਸਲਾ ਲਾਉਗੀ ਸੈਂਟਰ ਸਾਡੀ ਦੀ ਡਿਸਪੀਸਿਸ਼ਨ ਨੇ ਫੈਸਲਾ ਕਰਨਾਗਾ ਕਿ ਕਿੱਥੇ ਕਿੱਥੇ ਸ਼ੀਟ ਸ਼ੇਅਰਿੰਗ ਕਰਨੀ ਆ ਕਿੱਥੇ ਨਹੀਂ ਕਰਨੀ ਨਹੀਂ ਪਰ ਮਾਨ ਸਾਹਿਬ ਜਿਸ ਤਰੀਕੇ ਨਾਲ ਕਹਿੰਦੇ ਨੇ ਆਪਣੀ ਸਪੀਚ ਕੇ ਇੱਕ ਥੀ ਕਾਂਗਰਸ ਕਿ ਉਸ ਤੋਂ ਬਾਅਦ ਲੱਗਦਾ ਹੈ ਕਿ ਪੋਸਿਬਿਲਿਟੀ ਹੈ ਜਦੋਂ ਕਾਂਗਰਸ ਦੇ ਲੀਡਰ ਪ੍ਰਤਾਪ ਬਾਜਵਾ ਤੁਹਾਨੂੰ ਗਾਲਾਂ ਕੱਢਦੇ ਨੇ ਰਾਜਾ ਵੜਿੰਗ ਤੁਹਾਨੂੰ ਗਾਲਾਂ ਕੱਢਦੇ ਨੇ ਹੋਰ ਲੀਡਰ ਬੋਲਦੇ ਨੇ ਚਰਨਜੀਤ ਚੰਨੀ ਬੋਲਦੇ ਨੇ ਤੁਸੀਂ ਕਹਿੰਦੇ ਹੋ ਕਿ ਇੱਕ ਥੀ ਕਾਂਗਰਸ ਐਸੇ ਜਿ ਕਿਵੇਂ ਗੜ ਜੋੜ ਦੀ ਪੋਸੀਬਿਲਿਟੀ ਹੈ ਤੁਸੀਂ ਪਬਲਿਕ ਨੂੰ ਕਿਵੇਂ ਕਿਵੇਂ ਮੈਂ ਫੇਰ ਦੁਹਰਾ ਰਿਹਾ ਕਿ ਇੰਡੀਆ ਅਲਾਈਅንስ ਜਿਹੜਾਗਾ ਜੀ ਉਹ ਦੇਸ਼ ਦੇ ਵਿੱਚ ਜਿਹੜੀਆਂ ਬੀਜੇਪੀ ਦੀਆਂ ਦਮਨਕਾਰੀ ਨੀਤੀਆਂ ਨੇਗੀਆਂ ਜਿਹੜੀਆਂ ਬੀਜੇਪੀ ਨੇ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨ ਦਾ ਨਿਸ਼ਚਾ ਕੀਤਾ ਉਹਨੂੰ ਰੋਕਣ ਦੇ ਲਈ ਜਿਹੜੀਆਂ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਇੰਸਟੀਚੂਨ ਨੇ ਬਹੁਤ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਜਿਨ੍ਹਾਂ ਦਾ ਭਗਮਾ ਕਰਨ ਹੋ ਰਿਹਾ ਜਿਨ੍ਹਾਂ ਨੂੰ ਮਤਲਬ ਖਤਮ ਕਰਨ ਦੀ ਸਾਜ਼ਿਸ਼ ਜਿਹੜੀ ਆ ਬੀਜੇਪੀ ਰਚ ਰਹੀ ਆ ਉਹਨੂੰ ਰੋਕਣ ਦੇ ਲਈ ਇੰਡੀਆ ਅਲਾਈਅንስ ਹੋਇਆਗਾ ਬਹੁਤ ਸਾਰੀਆਂ ਪਾਰਟੀਆਂ ਦੇਸ਼ ਦੀਆਂ ਖੇਤਰੀ ਪਾਰਟੀਆਂ ਨੇ ਰੀਜਨਲ ਪਾਰਟੀਆਂ ਛੋਟੀਆਂ ਪਾਰਟੀਆਂ ਨੇ ਉਹਦਾ ਹਿੱਸਾ ਲਏ ਗਿਆ ਹਜੇ ਉਹਦੀ ਗੱਲਬਾਤ ਜਿਹੜੀ ਆ ਉਹ ਹੋ ਰਹੀ ਆ ਹਜੇ ਗੱਲਬਾਤ ਜਿਹੜੀ ਮੈਂ ਸਮਝਦਾ ਮੋੜ ਦੇ ਦੌਰ ਦੇ ਵਿੱਚ ਜਾਰੀ ਹੈਗਾ ਸੋ ਹਜੇ ਕਹਿਣਾ ਉਚਿਤ ਨਹੀਂ ਹੋਊਗਾ ਕਿ ਕਿੱਥੇ ਸੀਟ ਸ਼ੇਰਿੰਗ ਹੋਊਗੀ ਕਿੱਥੇ ਨਹੀਂ ਹੋਊਗੀ ਇਹ ਸਾਡੀ ਨੈਸ਼ਨਲ ਲੀਡਰਸ਼ਿਪ ਔਰ ਇੰਡੀਆ ਆਲਾਈਂਸ ਦੀ ਜਿਹੜੀ ਲੀਡਰਸ਼ਿਪ ਆ ਉਹ ਤੱਕ ਵਿੱਚ ਸੰਭਾਵਨਾ ਰੱਖਣੀ ਪੈਂਦੀ ਹੈ ਇਕ ਸਾਹਿਬ ਸਾਹਿਬ ਬਿਲਕੁਲ ਸਵਾਭ ਨਾਲ ਪਸਾ ਚਲੋ ਮੈਂ ਵਾਪਸ ਤੁਹਾਡੇ ਡਿਪਾਰਟਮੈਂਟ ਵਾਲੇ ਪਾਸੇ ਜਾਂਦਾ ਮੈਂ ਐਕਸਾਈਜ਼ ਵਾਲੇ ਪਾਸੇ ਫੋਕਸ ਕਰੂੰਗਾ ਐਕਸਾਈਜ਼ ਦੇ ਵਿੱਚ ਤੁਸੀਂ 10000 ਦਾ ਜ਼ਿਕਰ ਕਰ ਦਿੱਤਾ ਕਿ 10000 ਤੱਕ 10000 ਕਰੋੜ ਤੱਕ ਅਸੀਂ ਰੈਵਨਿਊ ਨੂੰ ਲੈ ਕੇ ਗਏ ਹਾਂ ਟਾਰਗੇਟ ਕੀ ਹੈ ਦੇਖੋ ਆਮ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਜਾਂਦੀ ਹੈ ਕਿ ਜਦੋਂ ਸ਼ਰਾਬ ਦੇ ਵਿੱਚੋਂ ਪੈਸਾ ਜ਼ਿਆਦਾ ਆਂਦਾ ਹੈ ਤਾਂ ਇਸ ਦਾ ਮਤਲਬ ਕੰਜ਼ਮਪਸ਼ਨ ਜ਼ਿਆਦਾ ਹੋ ਰਹੀ ਹੈ ਉਸ ਦਾ ਇੱਕ ਇੰਪੈਕਟ ਇਹ ਪੈਂਦਾ ਹੈ ਕਿ ਸ਼ਰਾਬ ਕੋਈ ਬਹੁਤੀ ਵਧੀਆ ਚੀਜ਼ ਤਾਂ ਨਹੀਂ ਹੈ ਮੈਂ ਬਹੁਤ ਕਲੀਅਰਲੀ ਇੱਥੇ ਕਹਿ ਰਹੇ ਹਾਂ ਪਰ ਕਿ ਟਾਰਗੇਟ ਹੋਰ ਵੱਡਾ ਰੱਖਿਆ ਗਿਆ ਜੇ ਟਾਰਗੇਟ ਵੱਡਾ ਰੱਖਿਆ ਗਿਆ ਤਾਂ ਸੇਲ ਜ਼ਿਆਦਾ ਹੋਏਗੀ ਜਾਂ ਫਿਰ ਕੋਈ ਹੋਰ ਤਰੀਕੇ ਦੇ ਨਾਲ ਸਾਡੇ ਕੋਲੋਂ ਉਥੋਂ ਪੈਸਾ ਆਏਗਾ ਪੰਜਾਬ ਦੇ ਖਜ਼ਾਨੇ ਵਿੱਚ ਦੇਖੋ ਪਹਿਲਾ ਜਿਹੜੇ ਸਾਡੇ ਗੁਆਂਢੀ ਸੂਬੇ ਸੀਗੇ ਟਹਿਰਾਣਾ ਚੰਡੀਗੜ੍ਹ ਰਾਜਸਥਾਨ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਈਵਨ ਕੇ ਦਿੱਲੀ ਦੀ ਮੈਂ ਗੱਲ ਕਰਾਂ ਉਥੋਂ ਵੀ ਆਉਂਦੇ ਜਾਂਦੇ ਲੋਕ ਕੁਛ ਨਾ ਕੁਛ ਖਰੀਦ ਲਿਆਉਂਦੇ ਸੀਗੇ ਅੱਜ ਉੱਥੋਂ ਜਿਹੜੀ ਸਮਗਲਿੰਗ ਹੋ ਰਹੀ ਸੀ ਸਾਡੇ ਗੁਆਂਡੀ ਸੂਬਿਆਂ 'ਚੋਂ ਉਹ ਸਮਗਲਿੰਗ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਕੰਜਪਸ਼ਨ ਨਹੀਂ ਵਧੀ ਜਿਹੜੀ ਤੁਸੀਂ ਕੰਜਪਸ਼ਨ ਦੀ ਗੱਲ ਕਰਦੇ ਹੋ ਕੰਜਪਸ਼ਨ ਨਹੀਂ ਵਧੀ ਹੈਗੀ ਜਿਹੜੀ ਸਮਗਲਿੰਗ ਸੀਗੀ ਜਿਹੜੀ ਦੂਜੇ ਸੂਬਿਆਂ 'ਚ ਸਮਗਲਿੰਗ ਸੀ ਉਹ ਬੰਦ ਹੋ ਗਈ ਖਾਸ ਕਰਕੇ ਚੰਡੀਗੜ੍ਹ ਤੇ ਹਰਿਆਣਾ 'ਚ ਅੱਜ ਮੈਨੂੰ ਦੱਸੋ ਕਿ ਚੰਡੀਗੜ੍ਹ ਦੇ ਜਿਹੜੇ ਠੇਕਿਆਂ ਦੇ ਲਈ ਮਾਰਾ ਮਾਰੀ ਹੁੰਦੀ ਸੀ ਮਾਰਾ ਮਾਰੀ ਹੁੰਦੀ ਸੀ ਨਾ ਕਿ ਉਹ ਜੀ 800 ਕਰੋੜ ਦਾ ਚੜ ਗਿਆ 800 ਕਰੋੜ ਦਾ ਚੜ ਗਿਆ ਅਜੋ ਆਕਸ਼ਨ ਕਿਉਂ ਨਹੀਂ ਹੋਈ ਕਿਉਂ ਨਹੀਂ ਹੋਈ ਕਿ ਰੀਅਲ ਕੰਜ਼ਮਪਸ਼ਨ ਤੇ ਆ ਗਿਆ ਮੈਂ ਖੁਦ ਪੜ ਰਿਆ ਸੀਗਾ ਕਿ ਚੰਡੀਗੜ੍ਹ ਦੀ ਪਰ ਕੈਪੀਟਲ ਕੰਜ਼ਮਪਸ਼ਨ ਜਿਹੜੀ ਪੁਰਾਣੀਆਂ ਸਰਕਾਰਾਂ ਦੇ ਸਮੇਂ ਸੀਗੀ ਉਹ ਕਿੰਨੀ ਸੀਗੀ ਕਿ ਹਰ ਇੱਕ ਮੁੱਖ ਦਿੱਲੀ ਦਾ ਸੌਰੀ ਚੰਡੀਗੜ੍ਹ ਦਾ ਹਰ ਇੱਕ ਵਸਿੰਦਾ ਹਰ ਇੱਕ ਨਾਗਰਿਕ ਚਾਹ ਬਜ਼ੁਰਗਾ ਚਾਹ ਬਜ਼ੁਰਗ ਔਰਤਾ ਚਾਹ ਬੱਚਾ ਦਾ ਉਹ ਦੋ ਬੋਤਲਾਂ ਸ਼ਰਾਬ ਦੀਆਂ ਪੀਂਦਾ ਇਹ ਪੋਸੀਬਲ ਹੈ ਇਹਦਾ ਮਤਲਬ ਕੀ ਸੀਗਾ ਇਹ ਇੰਨੀ ਸਮਗਲਿੰਗ ਖਰੀਦ ਹੁੰਦੀ ਸੀ ਉੱਥੋਂ ਜਾਂਦੀ ਕਿਤੇ ਹੋਰ ਜਾਂਦੀ ਕਿਤੇ ਹੋਰ ਸੀਗੀ ਸੋ ਜਿਹੜੀ ਆ ਸਮਗਲਿੰਗ ਖਤਮ ਹੋਈ ਹੈ ਇਸੇ ਕਰਕੇ ਪੰਜਾਬ ਦਾ ਰੈਵਨਿਊ ਵਧਿਆ ਹੈ ਅੱਗੇ ਪੁਰਾਣੇ ਲੀਡਰਾਂ ਦੇ ਹਿੱਸੇਦਾਰੀ ਹੁੰਦੀ ਸੀ ਅੱਗੇ ਪੁਰਾਣੇ ਲੀਡਰ ਸਮਗਲਿੰਗ ਕਰਾਉਂਦੇ ਸੀਗੇ ਜਾ ਕੇ ਜਿਹੜਾ ਸ਼ਰਾਬ ਦਾ ਮਾਫੀਆ ਸੀ ਉਹਨਾਂ ਨਾਲ ਮਿਲੇ ਹੋਏ ਸੀਗੇ ਰਾਜਪੁਰੇ ਦੇ ਵਿੱਚ ਕਿਸ ਤਰ੍ਹਾਂ ਦੇਖੋ ਤੁਸੀਂ ਰਾਜਪੁਰੇ ਦੇ ਵਿੱਚੋਂ ਸ਼ਰਾਬ ਨਕਲੀ ਸ਼ਰਾਬ ਤਿਆਰ ਕਰਕੇ ਕਿੱਥੇ ਗਈ ਸੀ ਤਰੰਤਾਰ ਜੜਿਆਲਾ ਗੁਰੂ 100 ਸਵਾ 100 ਮੌਤ ਹੋ ਗਈ 128 ਮੌਤਾਂ ਹੋ ਜਾਂ ਸੀ ਪੰਜਾਬ ਚ ਕਿਹਦੇ ਸਮੇਂ ਚ ਹੋ ਜਾਂ ਸੀ ਕਾਂਗਰਸ ਪਾਰਟੀ ਦੇ ਸਮੇਂ ਹੋ ਜਾਂ ਸੀ ਸੋ ਅੱਜ ਉਹ ਸਾਰਾ ਕੁਝ ਜੇ ਅਸੀਂ ਖਤਮ ਕੀਤਾਗਾ ਦੇਖੋ ਦੋ ਸਾਲਾਂ ਚ ਇੰਨੇ ਸੁਧਾਰ ਕਰ ਲਏ ਹਜੇ ਤਿੰਨ ਸਾਲ ਬਾਕੀ ਪਏ ਨੇ ਇਸੇ ਸਰਕਾਰ ਦੇ ਸੋ ਉਹਨਾਂ ਚ ਹੋਰ ਵੀ ਵੱਡੇ ਪੱਧਰ ਦੇ ਸੁਧਾਰ ਕਰਾਂਗੇ ਟਰੈਕ ਐਂਡ ਟ੍ਰੇਸ ਸਿਸਟਮ ਅਸੀਂ ਲਾਗੂ ਕੀਤਾ ਕਿ ਮੈਨੂਫੈਕਚਰਿੰਗ ਇੱਥੋਂ ਹੋਈ ਜਿਸ ਤੋਂ ਖਰੀਦੀ ਗਈ ਉਹ ਟਰੈਕ ਐਂਡ ਟ੍ਰੇਸ ਸਿਸਟਮ ਜਿਹੜਾ ਉਹਦੇ ਉੱਤੇ ਲਾਤਾ ਸੀ ਕਿ ਇੱਥੋਂ ਇਹ ਇਹਦੀ ਪੈਕੇਜ ਹੋਈ ਉਹਦੇ ਤੇ ਪੂਰਾ ਬੋਟਲਿੰਗ ਸਹੀ ਕਰਕੇ ਲਾਈਆ ਤਾਂ ਕਿ ਨਕਲੀ ਸ਼ਰਾਬ ਜਿਹੜੀ ਆ ਉਹ ਬਿਲਕੁਲ ਉਹਦੀ ਕੰਜ਼ਮਪਸ਼ਨ ਜ਼ੀਰੋ ਹੋਵੇ ਜੇ ਨਕਲੀ ਸ਼ਰਾਬ ਦੀ ਕੰਜ਼ਮਪਸ਼ਨ ਜ਼ੀਰੋ ਹੋਊਗੀ ਤਾਂ ਮੈਸਵੰਦਾ ਪੰਜਾਬ ਜਿਹੜਾ ਉਹਦਾ ਰੈਵਨਿਊ ਵਧੂਗਾ ਲੋਕ ਇਹ ਵੀ ਸਮਝਣਾ ਚਾਹੁੰਦੇ ਨੇ ਕਿ 4000 ਕਰੋੜ ਦੀ ਸਮਗਲਿੰਗ ਹੋ ਰਹੀ ਸੀ ਰੈਵਨਿਊ 4000 ਕਰੋੜ ਵਧ ਗਿਆ ਬਹੁਤ ਵੱਡੀ ਅਮਾਊਂਟ ਹੈ 4000 ਕਰੋੜ ਕਿੰਨੇ ਵੱਡੇ ਪੱਧਰ ਤੇ ਸਮਗਲਿੰਗ ਹੋ ਰਹੀ ਸੀ ਹੁਣ ਲੋਕਾਂ ਦਾ ਇਹ ਵੀ ਸਵਾਲ ਹੋਏਗਾ ਕਿ ਜੇ 4000 ਕਰੋੜ ਅਸੀਂ ਹਰ ਸਾਲ ਸਮਗਲਿੰਗ ਦੇ ਵਿੱਚ ਗਵਾ ਰਹੇ ਹਾਂ ਸੀ ਪੰਜਾਬ ਪੰਜਾਬ ਦਾ ਖਜ਼ਾਨਾ ਤਾਂ ਕੌਣ ਜ਼ਿੰਮੇਵਾਰ ਹੈ ਨਾ ਉਹਨਾਂ ਨੂੰ ਫੜਿਆ ਤਾਂ ਜਾਵੇ ਕਿ ਹਾਂ ਕੌਣ ਨੇ ਕਿ 4000 ਕਿਹਨਾਂ ਦੀਆਂ ਜੇਬਾਂ ਦੇ ਵਿੱਚ ਚਲਾ ਗਿਆ ਹਰ ਸਾਲ ਜੇ ਪਿਛਲੇ ਸਾਲ 4000 ਕਰੋੜ ਹੋਇਆ ਤਾਂ ਪਿਛਲੇ 10 ਸਾਲ 20 ਸਾਲ ਦੇ ਵਿੱਚ ਮੈਂ 1000 ਕਰੋੜ ਵੀ ਲਗਾ ਲਵਾਂ 10 10 ਸਾਲਾਂ ਦੇ ਵਿੱਚ ਤਾਂ ਇਹ ਬਹੁਤ ਵੱਡੀ ਅਮਾਊਂਟ ਹੋ ਗਈ ਬਿਲਕੁਲ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਸਮਗਲਿੰਗ ਸੀਗੀ ਉਹ ਹੁੰਦੀ ਸੀਗੀ ਇਹ 'ਚ ਕੋਈ ਸ਼ੱਕ ਨਹੀਂ ਜੀਐਸਟੀ ਸਮਗਲਿੰਗ ਬੰਦ ਕੀਤੀ ਹੈ ਤਾਂ ਹੀ ਪੰਜਾਬ ਦਾ ਰੈਵਨਿਊ ਵਧਿਆ ਗਿਆ ਨਵੀਂ ਐਕਸਾਈਜ਼ ਦੀ ਪਾਲਿਸੀ ਆਈ ਹੈ ਜਿਹਦੇ ਨਾਲ ਜਿਹੜੇ ਜਿੱਥੇ-ਜਿੱਥੇ ਚੋਰ ਮੋਰੀਆਂ ਸੀਗੀਆਂ ਉਹ ਸਾਰੀਆਂ ਚੋਰ ਮੋਰੀਆਂ ਬੰਦ ਕੀਤੀਆਂ ਨੇਗੀਆਂ ਸੋ ਬਿਲਕੁਲ ਕਾਫੀਆਂ ਜਿਹੜੀ ਆ ਐਕਸ਼ਨ ਅਸੀਂ ਲਾਏ ਨੇਗੇ ਉਹਨਾਂ ਮਾਫੀਆਂ ਦੇ ਖਿਲਾਫ ਬਹੁਤ ਸਾਰੀਆਂ ਐਫਆਈਆ ਨਾਲ ਪੰਜਾਬ ਚ ਕੀਤੀਆਂ ਨੇ ਰਜਿਸਟਰਡ ਜਿੱਥੇ ਵੀ ਕਿਤੇ ਸਮਗਲ ਹੋਂਦੀ ਸੀ ਉਹ ਅੱਜ ਲਗਭਗ ਬੰਦ ਆ ਮੈਂ ਇੱਕ ਐਕਸਰਸਾਈਜ਼ ਦੇ ਨਾਲ ਜੁੜਿਆ ਹੋਇਆ ਸਵਾਲ ਪੁੱਛਾਂਗਾ 22 ਜਨਵਰੀ ਨੂੰ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਹੈ ਹਰਿਆਣਾ ਨੇ ਉਸ ਦਿਨ ਡਰਾਈ ਡੇ ਐਲਾਨਿਆ ਹੈ ਪੰਜਾਬ ਦੀ ਕੋਈ ਪਲਾਨੀ ਹੈ ਹਰਿਆਣਾ ਨੇ ਡਰਾਈ ਡੇ ਐਲਾਨਿਆ ਹੈਗਾ ਮੈਂ ਇਹਦੇ ਸੰਬੰਧ ਦੇ ਵਿੱਚ ਸਾਡੀ ਜਿਹੜੀ ਮੀਟਿੰਗ ਹੈਗੀ ਸਾਡੀ ਮੇਰੇ ਸੀਨੀਅਰ ਸਾਥੀ ਜਿਹੜੇ ਨੇਗੇ ਉਹਨਾਂ ਨਾਲ ਮੀਟਿੰਗਾਂ ਔਰ ਸਰਦਾਰ ਭਗਵੰਤ ਸਿੰਘ ਮਾਨ जी ਦਾ ਮੀਟਿੰਗ ਜਿਸ ਤਰ੍ਹਾਂ ਵੀ ਸਾਡਾ ਵਿਚਾਰ ਬਣੂਗਾ ਉਸ ਤੋਂ ਬਾਅਦ ਫੈਸਲਾ ਲਵਾਂਗੇ ਠੀਕ ਹੈ ਚਲੋ ਮੈਂ ਇੱਕ ਵਾਰੀ ਆਪਾਂ ਤੁਹਾਡੇ ਜਿਹੜਾ ਫਾਈਨਾਂਸ ਡਿਪਾਰਟਮੈਂਟ ਹੈ ਉਸ ਵਾਲੇ ਪਾਸੇ ਆਜਮਾ 2024 ਦੇ ਵਿੱਚ ਕਿਹੜੇ ਡਿਪਾਰਟਮੈਂਟ ਦੇ ਉੱਤੇ ਤੁਹਾਡਾ ਜ਼ਿਆਦਾ ਫੋਕਸ ਰਹੇਗਾ ਮੈਂ ਇੱਕ ਵਾਰ ਪਹਿਲਾਂ ਵੀ ਤੁਹਾਨੂੰ ਸਵਾਲ ਪੁੱਛਿਆ ਸੀਗਾ ਕਿ ਅਗਲੇ 5 ਸਾਲ ਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਫੋਕਸ ਕਰ ਰਹੇ ਹੋ ਲਾਜ਼ਮੀ ਤੌਰ ਤੇ ਉਹ ਕਹਿੰਦੇ ਨਾ ਕਿ ਇੱਕ ਅੱਖ ਨਾਲ ਦੇਖਣਾ ਪੈਂਦਾ ਹੈ ਫਾਈਨੈਂਸ ਮਿਸਟਰ ਨੂੰ ਤਾਂ ਸਾਰਿਆਂ ਨੂੰ ਪਰ ਫਿਰ ਵੀ ਮੈਂ ਹੈਲਥ ਦੀ ਗੱਲ ਕਰਾਂ ਐਜੂਕੇਸ਼ਨ ਦੀ ਗੱਲ ਕਰਾਂ ਇਹ ਐਸੇ ਡਿਪਾਰਟਮੈਂਟ ਜਾਂ ਐਸੇ ਮੁੱਦੇ ਨੇ ਜੋ 2022 ਦੇ ਇਲੈਕਸ਼ਨਸ ਦੇ ਵਿੱਚ ਤੁਹਾਡੇ ਟਾਪ ਪ੍ਰਾਇੋਰਟੀਜ਼ ਦੇ ਵਿੱਚ ਸੀ 2024 ਦੇ ਵਿੱਚ ਕਿਹੜੇ ਟੌਪਿਕਸ ਜਾਂ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਖਜ਼ਾਨਾ ਮੰਤਰੀ ਦੀ ਖਾਸ ਮਿਹਰਬਾਨੀ ਰਹਿ ਸਕਦੀ ਹੈ ਬਜਟ 'ਚ ਆ ਦੇਖੋ ਮੇਰੇ ਲਈ ਸਾਰੇ ਡਿਪਾਰਟਮੈਂਟ ਬਰਾਬਰ ਨੇਗੇ ਕੋਈ ਵੀ ਡਿਪਾਰਟਮੈਂਟ ਜਿਹੜਾ ਮੇਰੇ ਲਈ ਮੈਂ ਕਿਸੇ ਵੀ ਡਿਪਾਰਟਮੈਂਟ ਦੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਦਾ ਕਿਸੇ ਨਾਲ ਵੀ ਪੱਖਪੇਧ ਨਹੀਂ ਕਰਦਾਗਾ ਮੈਂ ਚਾਹ ਐਜੂਕੇਸ਼ਨ ਡਿਪਾਰਟਮੈਂਟ ਸਾਡੀ ਐਜੂਕੇਸ਼ਨ ਪ੍ਰਾਇੋਰਟੀ ਆ ਆਮ ਆਦਮੀ ਪਾਰਟੀ ਦੀ ਜਿਹੜੀ ਆ ਇਹ ਪ੍ਰਾਇੋਰਟੀ ਹੈ ਕਿ ਹਰ ਨਾਗਰਿਕ ਹਰ ਨਾਗਰਿਕ ਦਾ ਬੱਚਾ ਅੱਛੀ ਐਜੂਕੇਸ਼ਨ ਅੱਛੀ ਤਮਿਲ ਅੱਛੀ ਵਿਦਿਆ ਹਾਸਲ ਕਰੇ ਉਹਦੇ ਲਈ ਅਸੀਂ ਲਗਾਤਾਰ ਯਤਨ ਕਰ ਰਹੇ ਹਾਂ ਇਸੇ ਤਰ੍ਹਾਂ ਹਰ ਨਾਗਰਿਕ ਦਾ ਪਰਮਾਤਮਾ ਨਾ ਕਰੇ ਜੇਕਰ ਕੋਈ ਬਿਮਾਰ ਆਗਾ ਉਹਦਾ ਅੱਛਾ ਇਲਾਜ ਹੋਵੇ ਇਹ ਸਾਡੀ ਪ੍ਰਾਇਓਰਟੀ ਆ ਜੀ ਪੰਜਾਬ ਦੇ ਵਿੱਚ ਅੱਛੇ ਰੋਜ਼ਗਾਰ ਦੇ ਸਾਧਨ ਪੈਦਾ ਹੋਣ ਸਾਡੀ ਪ੍ਰਾਇਓਰਟੀ ਆ ਪੰਜਾਬ ਦਾ ਕਿਸਾਨ ਜਿਹੜਾ ਹੱਡ ਪਨਵੀ ਮਿਹਨਤ ਕਰਦਾਗਾ ਉਹ ਉਨੀ ਸੁਖਾਲੀ ਜਿਹੜੀ ਆਪਣੀ ਰੋਟੀ ਖਾ ਕੇ ਸੌਵੇਂ ਇਹ ਸਾਡੀ ਪ੍ਰਾਇਓਰਟੀ ਆ ਪੰਜਾਬ 'ਚ ਇੰਡਸਟਰੀ ਆਵੇ ਇਹ ਸਾਡੀ ਪ੍ਰਾਇਓਰਟੀ ਆ ਇਹ ਸਾਰੇ ਡਿਪਾਰਟਮੈਂਟ <Sanye> मतलब ए भी कोई डिपार्टमेंट नहीं कोई जेड़ा ਸਾਡੀ ਪ੍ਰਾਇਓਰਟੀ ਤੇ ਨਾ ਹੋਵੇ ਅਸੀਂ ਓਵਰਆਲ ਜਿਹੜੀ ਸਾਰੇ ਪੰਜਾਬ ਦੀ ਡਿਵੈਲਪਮੈਂਟ ਕਰਨੀ ਆ ਤਾਂ ਹੀ ਜਿਹੜਾ ਮੈਂ ਤੁਹਾਡਾ ਸਲੋਗਨ ਆ ਕਿ ਰਾਈジング ਪੰਜਾਬ ਤਾਂ ਹੀ ਪੰਜਾਬ ਜਿਹੜਾ ਕੇ ਵਧੂਗਾ ਜੇਕਰ ਅਸੀਂ ਓਵਰਆਲ ਉਹਦੀ ਡਿਵੈਲਪਮੈਂਟ ਕਰਾਂਗੇ ਅੱਛਾ ਚਿਮਨ ਸਾਹਿਬ ਤੁਸੀਂ ਬਜਟ ਆਉਣ ਵਾਲਾ ਮਾਰਚ ਦੇ ਵਿੱਚ ਹਰ ਵਾਰ ਬਜਟ ਪੇਸ਼ ਕਰਦੇ ਹੋ ਇੱਕ ਟਰਮ ਅਸੀਂ ਸੁਣਦੇ ਆ ਡੈਫਿਸਿਟ ਬਜਟ ਘਾਟੇ ਦਾ ਬਜਟ ਸੋ ਤੁਸੀਂ ਉਮੀਦ ਕਰਦੇ ਹੋ ਕਿ ਤੁਹਾਡੇ ਟਿਨਿਓਰ ਦੇ ਵਿੱਚ ਤੁਸੀਂ ਇਸ ਡੈਫਿਸਿਟ ਬਜਟ ਨੂੰ ਖਤਮ ਕਰਕੇ ਇਹ ਵਾਅਦੇ ਦਾ ਬਜਟ ਵੀ ਸੁਣ ਸਕਦੇ ਪਿਛਲੇ 25 ਸਾਲਾਂ ਤੋਂ ਲਗਭਗ 25 ਜਾਂ 30 ਸਾਲਾਂ ਤੋਂ ਲਗਾਤਾਰ ਡੈਫੀਸਿਟ ਬਜਟ ਪੇਸ਼ ਹੋ ਰਿਹਾ ਜੀ ਪਿਛਲੇ 25 30 ਸਾਲਾਂ ਤੋਂ ਪੰਜਾਬ ਚ ਘਾਟੇ ਵਾਲਾ ਬਜਟ ਪੇਸ਼ ਕੀਤਾ ਜਾ ਰਿਹਾ ਸੋ ਇਹ ਪੋਸੀਬਲ ਨਹੀਂ ਹੈ ਕਿ ਦੋ ਸਾਲਾਂ ਚ ਠੀਕ ਹੋ ਜੇ ਪਰ ਲੇਕਿਨ ਅਸੀਂ ਇਹਨੂੰ ਵਾਧੇ ਵਾਲੇ ਬਜਟ ਲੈ ਕੇ ਜਾਣ ਦੇ ਲਈ ਕਿਵੇਂ ਵਾਧੇ ਵਾਲਾ ਬਜਟ ਬਣਾਉਣਾ ਹੈ ਉਹਦੇ ਲਈ ਲਗਾਤਾਰ ਯਤਨ ਕਰ ਰਹੇ ਹਾਂ ਕਿ ਹਾਂ ਡੈਫੀਸਿਟ ਜਿਹੜਾ ਉਹ ਘਟਾ ਰਹੇ ਹਾਂਗੇ ਜਦੋਂ ਘਟੀ ਜਾਊਗਾ ਜਿਉਂ-ਜਿਉਂ ਘਟੀ ਜਾਊਗਾ ਤੇ ਉਦੋਂ ਮੈਂ ਸਮਝਦਾ ਪੰਜਾਬ ਬੱਦੇ ਵਾਲਾ ਬਜਟ ਬੜੀ ਜਲਦੀ ਤੁਹਾਨੂੰ ਦੇਖਣ ਨੂੰ ਮਿਲੂਗਾ ਮੈਂ ਹੁਣ ਕਰਜ਼ੇ ਦੇ ਉੱਤੇ ਆਨਾ ਤੁਸੀਂ ਪਹਿਲਾਂ ਕਰਜ਼ੇ ਦੇ ਉੱਤੇ ਜ਼ਿਕਰ ਕੀਤਾ ਸੀ ਮੰਤਰੀ ਸਾਹਿਬ ਥੋੜਾ ਜਿਹਾ ਦੇ ਕੇ ਆਮ ਲੋਕਾਂ ਨੂੰ ਅਸੀਂ ਸੌਖੇ ਸ਼ਬਦਾਂ ਦੇ ਵਿੱਚ ਸਮਝਾ ਸਕੀਏ ਹਮ ਕਿ ਕਰਜ਼ਾ ਲੈਣਾ ਕਿਉਂ ਲੈਣਾ ਕਿ ਮਜਬੂਰੀ ਬਣਦੀ ਹੈ ਦੇਖੋ ਗੱਲ ਇਹ ਹੈ ਕਿ ਆਮ ਤੌਰ ਤੇ ਤੁਸੀਂ ਕਿਹਾ ਨਾ ਕਿ ਆਪਾਂ ਘਰ ਦੇ ਵਿੱਚ ਵੀ ਪਾਈ ਪਾਈ ਜੋੜਦੇ ਹਾਂ ਉਸ ਤੋਂ ਬਾਅਦ ਹੀ ਤਰੱਕੀ ਕਰਦਾ ਪਰਿਵਾਰ ਹੁਣ ਪਰਿਵਾਰ ਦੇ ਵਿੱਚ ਇਹ ਵੀ ਗੱਲ ਹੁੰਦੀ ਹੈ ਕਿ ਇੱਕ ਆਲਰੇਡੀ ਕਰਜ਼ਾ ਹੈ ਮੈਂ ਇੱਕ ਹੋਰ ਕਰਜ਼ਾ ਚੱਕ ਲਵਾਂ ਇੱਕ ਮੈਂ ਏਸੀ ਈਐਮਆਈ ਦੇ ਉੱਤੇ ਲਿੱਤਾ ਹੋਇਆ ਹੁਣ ਮੈਂ ਇੱਕ ਗੱਡੀ ਲੈ ਲਵਾਂ ਤੇ ਫਿਰ ਮੈਂ ਇੱਕ ਘਰ ਹੋ ਮਤਲਬ ਇਹ ਨਹੀਂ ਪੋਸਿਬਿਲਿਟੀ ਕੱਟ ਹੁੰਦੀ ਹੈ ਇਹ ਇਹ ਕਰਜ਼ਾ ਲੈਣਾ ਕਿਉਂ ਪੈਂਦਾ ਇਸ ਦਾ ਕੀ ਮੈਕੈਨਿਜ਼ਮ ਹੈ ਕਿ ਕਿਵੇਂ ਕੱਟ ਹੋਏਗਾ ਇਹ ਤਾਂ ਹੁਣ ਆਪਾਂ ਸੁਣਦੇ ਆ ਰਹੇ ਹਾਂ ਉਹ ਤੁਹਾਡੇ ਵਿਰੁੱਧ ਦੀ ਗੱਨੇ 40000 50000 ਕਰੋੜ ਦਾ ਕਰਜ਼ਾ ਲੈ ਲਿਆ ਤੁਸੀਂ ਪਿਛਲੀਆਂ ਸਰਕਾਰਾਂ ਤੋਂ ਜ਼ਿਆਦਾ ਕਰਜ਼ਾ ਲੈ ਲਿਆ ਥੋੜਾ ਜਿਹਾ ਚਾਨਣਾ ਪਾਓ ਕਿ ਆਖਿਰ ਕਰਜ਼ਾ ਲੈਣਾ ਕਿਉਂ ਪੈਂਦਾ ਕਿ ਕਿਸੇ ਪੁਆਇੰਟ ਦੇ ਉੱਤੇ ਜਾ ਕੇ ਕੋਈ ਐਸਾ ਦਿਨ ਆ ਸਕਦਾ ਜਦੋਂ ਕਰਜ਼ਾ ਬੰਦ ਹੋ ਜਵੇ ਲੈਣਾ ਤੇ ਉਸ ਤੋਂ ਬਾਅਦ ਘਟਣਾ ਸ਼ੁਰੂ ਹੋ ਜਵੇ ਇਹ ਤਾਂ ਇਹ ਤਾਂ ਮਤਲਬ ਐਂਡਲੈਸ ਲੱਗ ਰਿਹਾ ਕਿ ਜੁੜਦਾ ਜਾਏਗਾ ਜੁੜਦਾ ਜਾਏਗਾ ਜੁੜਦਾ ਜਾਏਗਾ ਸਾਲ ਦਰ ਸਾਲ ਦੇਖੋ ਕਰਜ਼ਾ ਲੈਣਾ ਇਕੱਲਾ ਇਹ ਨਹੀਂ ਕਿ ਪੰਜਾਬ ਹੀ ਕਰਜ਼ਾ ਲੈ ਰਿਹਾਗਾ ਜਿਵੇਂ ਗੱਲ ਕਰਾਂ ਹਰਿਆਣੇ ਦੀ ਗੱਲ ਕਰਾਂ ਯੂਪੀ ਦੀ ਗੱਲ ਕਰਾਂ ਤਾਮਿਲਨਾਡੂ ਦੀ ਗੱਲ ਕਰਾਂ ਕੇਰਲਾ ਦੀ ਇਨਫੈਕਟ ਜਿੰਨੇ ਵੀ ਜਿੰਨੇ ਵੀ ਡੋਮੈਂਟ ਆਫ ਇੰਡੀਆ ਵੀ ਕਰਜ਼ਾ ਲੈਂਦੀ ਜਿੰਨੇ ਵੀ ਸਟੇਟ ਨੇਗੇ ਦੇਸ਼ ਦੇ ਜਿੰਨੇ ਸਟੇਟ ਨੇ ਜਾਂ ਦੇਸ਼ ਭਾਰਤ ਹਮ ਸਾਰੇ ਦੇ ਸਾਰੇ ਇਸਟਮੇ ਮੈਂ ਸਮਝਦਾ ਉਹ ਕਰਜ਼ੇ ਤੇ ਚੱਲ ਰਹੇ ਨੇਗੇ ਸਾਰਿਆਂ ਦੀ ਇਕਨੋਮੀ ਜਿਹੜੀ ਆ ਉਹ ਕਰਜ਼ੇ ਤੇ ਡਿਪੈਂਡ ਕਰ ਰਹੀ ਹੈ ਕਰਜ਼ਾ ਲੈਣਾ ਪੈ ਰਿਹਾ ਕਰਜ਼ਾ ਮੋੜੀ ਜਾ ਰਹੇ ਨੇਗੇ ਪਰ ਲੇਕਿਨ ਮੈਂ ਸਮਝਦਾ ਕਰਜ਼ਾ ਲੈਣਾ ਕੋਈ ਤੇ ਕੋਈ ਬਾੜੀ ਗੱਲ ਨਹੀਂ ਹੁੰਦੀ ਜੇ ਤੁਸੀਂ ਡਿਵੈਲਪਮੈਂਟ ਕਰਦੇ ਹੋ ਡਿਵੈਲਪਮੈਂਟ ਕਰਕੇ ਕਰਜ਼ਾ ਲੈਣੇ ਤੁਸੀਂ ਘਰ ਬਣਾਉਣ ਲੱਗੇ ਹੋ ਤੁਸੀਂ ਅੱਜ ਘਰ ਬਣਾਉਣ ਲਈ ਕਰਜ਼ਾ ਲੈ ਲਿਆ 25 ਲੱਖ ਰੁਪਇਆ ਮੰਨ ਲਓ 25 ਲੱਖ ਲੈ ਲਿਆ ਤੁਹਾਡੀ ਸਿਹਦਰੀ ਐਨੀ ਹੈ ਤੁਸੀਂ ਰਾਮ ਨਾਲ ਕਿਸ਼ਤਾ ਮੋੜੀ ਜਾ ਰਹੇ ਹੋ ਮੋੜੀ ਜਾ ਰਹੇ ਹੋ ਤਾਂ ਮੈਨੂੰ ਲੱਗਦਾ 10-12 ਸਾਲਾਂ ਬਾਅਦ 10 ਸਾਲਾਂ ਬਾਅਦ ਜਾਂ 15 ਸਾਲਾਂ ਬਾਅਦ ਤੁਹਾਡਾ ਘਰ ਜਿਹੜਾ ਉਹ ਇੰਡੀਪੈਂਡੈਂਟ ਹੋ ਜਾਊਗਾ ਤੁਸੀਂ ਕਰਜ਼ਾ ਮੁਕਤ ਹੋ ਜਾਓਗੇ ਸੋ ਬਿਲਕੁਲ ਉਹ ਉਹ ਆਉਣੀ ਚਾਹੀਦੀ ਸਿਚੁਏਸ਼ਨ ਪਰ ਲੇਕਿਨ ਕਿਤਨੇ ਕਿਤੇ ਪੁਰਾਣੀਆਂ ਸਰ ਉਹਨਾਂ ਨੇ ਕਰਜ਼ਾ ਜ਼ਿਆਦਾ ਵਧਾਇਆਗਾ ਸੋ ਇਸੇ ਗੱਲ ਕਰਕੇ ਅੱਜ ਸਾਨੂੰ ਉਸ ਕਰਜ਼ੇ ਦਾ ਵਿਆਹ ਜਿਹੜਾਗਾ ਉਸ ਕਰਜ਼ੇ ਦੇ ਵਿਆਸ ਦੀ ਪੰਡ ਭਾਰੀ ਹੋਗੀ ਉਸ ਕਰਜ਼ੇ ਤੇ ਵਿਆਜ ਦੀ ਵੰਡ ਭਾਰੀ ਹੋਗੀ ਸੋ ਇਸੇ ਗੱਲ ਕਰਕੇ ਸਾਨੂੰ ਕਰਜ਼ਾ ਲੈਣਾ ਪੈ ਰਿਹਾ ਪਰ ਲੇਕਿਨ ਸਾਡੇ ਕਮਿਟਮੈਂਟ ਆ ਕਿ ਕਰਜ਼ਾ ਜਿਹੜਾਗਾ ਆਉਣ ਵਾਲੇ ਸਮੇਂ ਚ ਲਗਾਤਾਰ ਘਟੂਗਾ ਲਗਾਤਾਰ ਅਸੀਂ ਨੂੰ ਘਟਾਉਣ ਲਈ ਯਤਨ ਕਰਦਾ ਅਸੀਂ ਲਗਾਤਾਰ ਆਪਣੀ ਕਮਾਈ ਦੇ ਵਿੱਚ ਵਾਧਾ ਕਰ ਰਹੇ ਆ ਲਗਾਤਾਰ ਜਿੱਥੇ ਕਿਤੇ ਚੋਰੀਆਂ ਹੋ ਰਹੀਆਂ ਨੇ ਜਿੱਥੇ ਕਿਤੇ ਹੋ ਰਹੀਆਂ ਸੀ ਪੁਰਾਣੀਆਂ ਸਰਕਾਰਾਂ ਦੇ ਸਮੇਂ ਜਿਹੜੇ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਮਾਫੀਆ ਰਾਜ ਸੀ ਜਿਹੜਾ ਅੱਜ ਤੁਹਾਨੂੰ ਮਾਫੀਆ ਰਾਜ ਦੇਖਣ ਨੂੰ ਨਹੀਂ ਮਿਲ ਰਿਹਾ ਉਹ ਮਾਫੀਆ ਰਾਜ ਦਾ ਖਤਮ ਹੋ ਚੁੱਕਿਆ ਇਸੇ ਕਰਕੇ ਦੇਖੋ 2 ਸਾਲਾਂ ਦੇ ਵਿੱਚ ਇਹ ਨਹੀਂ ਕਿ ਕਿ 3 ਲੱਖ ਕਰੋੜ ਦਾ ਕਰਜ਼ਾ ਲੈ ਲਵੋ ਜਿਹੜਾ 30 ਸਾਲਾਂ ਚੜਾਇਆਗਾ ਉਹਨੂੰ ਲਾਉਣ ਲਈ ਵੀ ਸਮਾਂ ਲੱਗਦਾਗਾ ਪਰ ਲੇਕਿਨ ਅਸੀਂ ਕਮਿਟਡ ਆਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਕਰਜ਼ੇ ਦਾ ਭਾਰ ਆ ਜਿਹੜਾ ਉਹ ਕਟੂਗਾ ਮੈਂ ਕਰਜ਼ੇ ਦੇ ਉੱਤੇ ਹੀ ਇੱਕ ਸਵਾਲ ਜ਼ਰੂਰ ਲੈਣਾ ਚਾਹ ਰਿਹਾ ਸੀ ਤੁਸੀਂ ਕਿਹਾ ਕਿ ਕਰਜ਼ਾ ਘਟੇਗਾ ਕਿਸ ਸੈਂਟਰ ਦਾ ਸਪੈਸ਼ਲ ਪੈਕੇਜ ਕੋਈ ਪੰਜਾਬ ਦੇ ਖਜ਼ਾਨੇ ਦੇ ਲਈ ਸਪੈਸ਼ਲੀ ਕਰਜ਼ੇ ਦੇ ਲਈ ਕੋਈ ਸੰਜੀਰਨੀ ਸਾਬਿਤ ਹੋ ਸਕਦਾ ਤੁਹਾਡਾ ਡਿਪਾਰਟਮੈਂਟ ਹੈ ਸਪੈਸ਼ਲ ਪੈਕੇਜ ਦਾ ਬਹੁਤ ਜ਼ਿਕਰ ਹੁੰਦਾ ਹੈ ਉਹ ਕਿਵੇਂ ਮਿਲਦਾ ਹੈ ਤੇ ਪੰਜਾਬ ਨੂੰ ਕਿਉਂ ਨਹੀਂ ਮਿਲਦਾ ਦੇਖੋ ਜਦੋਂ ਸੀਸੀਲ ਲਿਮਿਟ ਜਿਹੜੀ ਜਿਹੜਾ 31000 ਕਰੋੜ ਦਾ ਕਰਜ਼ਾ ਇੱਕ ਵਾਰ ਚ ਹੀ ਪੰਜਾਬ ਦੇ ਕਰਜ਼ੇ ਸ਼ਾਮਿਲ ਹੋਇਆ ਸੀ 2017 ਚ ਜਾਂਦੇ ਜਾਂਦੇ ਸ਼ਰਮਣੇ ਅਕਾਲੀ ਦਲ ਭਾਜਪਾ ਦੀ ਸਰਕਾਰ ਨੇ 31000 ਕਰੋੜ ਰੁਪਈਆ ਸਾਡਾ ਜਿਹੜਾ ਹੈਗਾ ਬੋਰਿੰਗ ਚ ਬਦਲਦਾ ਸੀਗਾ ਉਹਦੇ ਬਾਰੇ ਇੱਕ ਕਮੇਟੀ ਬਣੀ ਸੀਗੀ ਡਾਕਟਰ ਰਮੇਸ਼ ਚੰਦਰ ਜੀ ਦੀ ਕਮੇਟੀ ਬਣੀ ਸੀ ਗਵਰਨਮੈਂਟ ਆਫ ਇੰਡੀਆ ਨੇ ਕਮੇਟੀ ਬਣਾਈ ਸੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੇ ਕਮੇਟੀ ਬਣਾਈ ਸੀਗੀ ਕਿ ਇਹਦੇ ਤੇ ਜਿਹੜੀ ਜਾਂਚ ਕਰੋ ਇਹ ਕਰਜ਼ਾ ਇਹ 31000 ਕਰੋੜ ਰੁਪਏ ਦਾ ਮਾਜਰਾ ਕੀ ਆ ਤਾਂ ਉਸ ਸਮੇਂ ਕੀ ਹੋਇਆ ਕਿ ਉਹ ਉਹਦਾ ਇਹ ਕਿਹਾ ਗਿਆ ਕਿ ਪੰਜਾਬ ਸੈਂਟਰ ਸਰਕਾਰ ਔਰ ਬੈਂਕ ਤਿੰਨੇ ਜਿਹੜੇ ਹੈਗੇ ਇਹਨਾਂ ਨੂੰ ਵੰਡ ਲੈਣਾ ਮਿਲ ਕੇ ਚੱਲਣਾ ਮਿਲ ਕੇ ਚੱਲਣਾ ਵੰਡ ਲੈਣ ਔਰ ਕੇਂਦਰ ਸਰਕਾਰ ਨੇ ਵਾਅਦਾ ਕੀਤਾ ਸੀ ਉਸ ਕਮੇਟੀ ਦੇ ਵਿੱਚ ਕਿ 6500 ਕਰੋੜ ਰੁਪਇਆ 6500 ਕਰੋੜ ਰੁਪਇਆ ਸੈਂਟਰ ਸਰਕਾਰ ਜਿਹੜਾ ਉਹ ਪੰਜਾਬ ਨੂੰ ਦੇਊਗੀ ਠੀਕ ਹੈ ਤਾਂ ਉਸ ਤੋਂ ਬਾਅਦ 10 ਸਾਲ ਹਮ 10 ਸਾਲਾਂ ਲੰਘ ਗਏ ਜੋ 6500 ਕਰੋੜ ਰੁਪਇਆ 6500 ਕਰੋੜ ਰੁਪਇਆ ਉਸੇ ਸਮੇਂ ਦਿੱਤਾ ਹੁੰਦਾ ਤਾਂ ਜੋ 6500 ਕਰੋੜ ਰੁਪਇਆ ਦਾ ਵਿਆਜ ਜੇ ਮੈਂ ਜ਼ਿਆਦਾ ਨਾ કહਾਂ ਤਾਂ 1500 ਕਰੋੜ ਰੁਪਇਆ ਐਡ ਕਰ ਲੀਏ 1500 ਕਰੋੜ ਰੁਪਇਆ ਐਡ ਕਰ ਲੇ ਜਿਆਦਾ ਨਹੀਂ ਮੈਂ ਘੱਟ ਤੋਂ ਘੱਟ ਲਾਏਗਾ ਤਾਂ ਕਿੰਨਾ ਹੋ ਗਿਆ 8000 ਕਰੋੜ 8000 ਕਰੋੜ ਤਾਂ ਘਟਿਆ ਹੁੰਦਾ ਨਾ ਤਾਂ ਕੇਂਦਰ ਸਰਕਾਰ ਵਿੱਤ ਕ੍ਰਾਣੀ ਤਾਂ ਫਿਰ ਹੋਰ ਕੀ ਹੈ ਇਹ ਝਾਫੜਾ ਪਾਰਟ ਨਮਾਉਣ ਤੋਂ ਕਿਉਂ ਕਰ ਕੇਂਦਰ ਸਰਕਾਰ ਭੱਜੀ ਜੇ ਅੱਜ 5000 ਕਰੋੜ ਰੁਪਇਆ ਸਾਡਾ आरडीएफ ਦਾ ਰੁਕਿਆ ਹੋਇਆਗਾ ਉਹ ਪੰਜਾਬ ਦੀ ਡਿਵੈਲਪਮੈਂਟ ਚ ਪੈਣਾ ਸੀ ਪੰਜਾਬ ਦੇ ਬੇਸਿਕ ਇਨਫਰਾਸਟ੍ਰਕਚਰ ਚ ਚੀਵਾ ਸਾਹਿਬ ਜਿਹੜਾ ਤੁਸੀਂ 31000 ਕਰੋੜ ਦਾ ਜ਼ਿਕਰ ਕੀਤਾ ਇਹਦੇ ਚ ਕਿੰਨੀ ਸੱਚਾਈ ਹੈ ਕਿ ਇਹ ਪਿਛਲੇ 10-15 ਸਾਲ ਦਾ ਉਹ ਹਿਸਾਬ ਸੀ ਜੋ ਪੰਜਾਬ ਵੱਲੋਂ ਸੀਸੀਐਲ ਦਾ ਕੇਂਦਰ ਨੂੰ ਨਹੀਂ ਦਿੱਤਾ ਗਿਆ ਸੀ ਤੇ ਇੱਕ ਜਗ੍ਹਾ ਤੇ ਆ ਕੇ ਉਹ 31000 ਕਰੋੜ ਬਣ ਗਿਆ ਬਿਲਕੁਲ ਜਿਹੜਾ ਸੀਸੀਐਲ ਦਾ ਗੈਪ ਆ ਜੋ ਕੇਂਦਰ ਸਰਕਾਰ ਸਾਨੂੰ ਪੈਸਾ ਦਿੰਦੀ ਆ ਮਿਨਿਮਮ ਸਪੋਰਟ ਪ੍ਰਾਈਸ ਤੇ ਫਸਲਾਂ ਖਰੀਦਣ ਦਾ ਉਹ ਜਿਹੜੇ ਪ੍ਰਾਈਸ ਤੋਂ ਵੱਧ ਪੈਸੇ ਖਰਚ ਕੀਤੇ ਜਾਂਦੇ ਨੇਗੇ ਠੀਕ ਹੈ ਉਹਦੇ ਤੋਂ ਵੱਧ ਖਰਚਾ ਆ ਜਾਂਦਾ ਚਾਹ ਢੋਆ ਠਵਾਈ ਦਾ ਖਰਚਾ ਜਾਂ ਹੋਰ ਸਾਰਾ ਟੈਂਡਰ ਟਰਾਂਸਪੋਰਟ ਦੇ ਟੈਂਡਰ ਟਰਾਂਸਪੋਰਟ ਦੇ ਟੈਂਡਰ ਹੋਰ ਬਹੁਤ ਸਾਰੀਆਂ ਜਗ੍ਹਾ ਨੇ ਗਿਆ ਮੰਡੀਆਂ ਦਾ ਉਹ ਸਾਰੀ ਕਾਸਟ ਜਿਹੜੀ ਆ ਉਹ ਕਈ ਸਾਲਾਂ ਦੀ ਇਕੱਠੀ ਹੋਈ ਕਈ ਸਾਲਾਂ ਦੀ ਵਾਧਦੀ ਗਈ ਵਾਧਦੀ ਗਈ ਕਿਸੇ ਨੇ ਧਿਆਨ ਨਹੀਂ ਦਿੱਤਾ ਉਹਦੇ ਚ ਗੜਵੜੀਆਂ ਟੈਂਡਰਾਂ ਚ ਬੇਨਿਜ਼ਮੀਆਂ ਟੈਂਡਰਾਂ ਟ੍ਰਾਂਸਪੋਰਟ ਚ ਬੇਨਿਜ਼ਮੀਆਂ ਉਹ ਲਗਾਤਾਰ ਜਾਰੀ ਸੀਗੀਆਂ ਠੀਕ ਹੈ ਉਹਨਾਂ ਬੇਨਿਜ਼ਮੀਆਂ ਦੇ ਕਾਰ ਲਗਾਤਾਰ ਜਿਹੜਾ ਉਹ ਵਾਧਾ 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 31000 ਕਰੋੜ ਰੁਪਏ ਹੋ ਗਿਆ ਜੇ ਇਹੀ ਸਿਸਟਮ ਜੇ ਮੈਂ ਗੱਲ ਕਰਾਂ ਪ੍ਰਧਾਨ ਸਾਹਿਬ ਜੇ ਜਦੋਂ 15 ਸਾਲ ਪਹਿਲਾਂ ਤੋਂ ਧਿਆਨ ਦਿੱਤਾ ਹੁੰਦਾ ਜੇ ਸ਼੍ਰੋਮਣੀ ਅਕਾਲੀ ਦਰ ਬੀਜੇਪੀ ਵਾਲੇ ਧਿਆਨ ਦਿੰਦੇ ਜਿਹੜੇ ਅੱਜ ਗੱਲਾਂ ਕਰਦੇ ਨੇਗੇ ਜੋ ਕਾਂਗਰਸ ਪਾਰਟੀ ਵਾਲੇ ਧਿਆਨ ਦੇਦੇ ਜਿਹੜੇ ਅੱਜ ਗੱਲਾਂ ਕਰਦੇ ਨੇਗੇ ਤੋ 31000 ਕਰੋੜ ਰੁਪਈਆ ਪੰਜਾਬ ਦੇ ਕਰਜ਼ੇ 'ਚ ਐਡ ਨਹੀਂ ਹੋਣਾ ਸੀ ਨਹੀਂ ਹੋਣਾ ਸੀਗਾ ਸੋ ਅੱਜ ਪਤਾ ਨਹੀਂ ਕਿਹੜੇ ਮੂੰਹੋਂ ਬੋਲੀ ਜਾਂਦੇ ਨੇ ਮੇਰੇ ਸਾਲਾ ਇਹਨਾਂ ਨੂੰ ਸੰਗ ਸ਼ਰਮ ਹੈ ਹੀ ਨਹੀਂ ਕੋਈ ਤੁਸੀਂ ਸਮਝਦੇ ਹੋ ਕਿ ਜਿਹੜੀਆਂ ਓਨਾ ਸਾਲਾਂ ਦੇ ਵਿੱਚ ਬੇਰਿਜਮੀਆਂ ਹੋਈਆਂ ਜਿਹਦੇ ਕਰਕੇ 31000 ਕਰੋੜ ਬਣਿਆ ਉਹਦੀ ਜਾਂਚ ਹੋਣੀ ਚਾਹੀਦੀ ਆ ਕਰਾਉਂਗੇ ਬਿਲਕੁਲ ਉਹਦੀ ਬਹੁਤ ਸਾਰੇ ਜਾਂਚ ਚੱਲ ਰਹੀ ਆ ਜਿਹੜਾ ਪਿਛਲੇ ਟੈਂਡਰ ਘੁਟਾਲਾ ਹੋਇਆ ਸੀਗਾ ਕਿ ਸਾਬਕਾ ਮੰਤਰੀ ਜੇਲ੍ਹ 'ਚ ਰਹਿ ਕੇ ਆਇਆਗਾ ਅਸੀਂ ਤਾਂ ਸਾਰਿਆਂ ਦੀ ਜਾਂਚ ਕਰਾ ਰਹੇ ਆ ਜਿੱਥੇ ਵੀ ਕਿਸੇ ਨੇ ਬੇਨਿਜ਼ਮੀਆਂ ਕੀਤੀਆਂ ਨੇਗੀਆਂ ਜਿੱਥੇ ਵੀ ਕਪੜੇ ਕੀਤੇ ਨੇਗੀਆਂ ਉਹਦੀ ਜਾਂਚ ਸਾਡਾ ਵਿਜੀਲੈਂਸ ਡਿਪਾਰਟਮੈਂਟ ਕਰ ਰਿਹਾ ਹੈਗਾ ਲਗਾਤਾਰ ਬਹੁਤ ਸਾਰੇ ਮੰਤਰੀ ਜ਼ਿਲ੍ਹਿਆਂ 'ਚ ਕਿਉਂ ਜਾ ਰਹੇ ਨੇਗੇ ਕਿ ਉਹਨਾਂ ਨੇ ਧਿਆਨ ਨਹੀਂ ਦਿੱਤਾ ਹੈਗਾ ਲਗਾਤਾਰ ਉਹਨਾਂ ਨੇ ਬੇਰਹਿਸ਼ਮੀਆਂ ਕੀਤੀਆਂ ਲਗਾਤਾਰ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਲਗਾਤਾਰ ਪੰਜਾਬ ਨੂੰ ਬਰਬਾਦ ਕਰਨ 'ਚ ਉਹਨਾਂ ਨੇ ਹਿੱਸਾ ਪਾਇਆ ਲਗਾਤਾਰ ਉਹਨਾਂ ਦੀਆਂ ਪ੍ਰਾਪਰਟੀਆਂ ਦੇ 5-5000 ਗੁਣਾ ਵਧ ਗਈਆਂ ਬਹੁਤ ਸਾਰੇ ਮਨਿਸਟਰਾਂ ਦੀਆਂ ਪ੍ਰਾਪਰਟੀਆਂ 5-5000 ਗੁਣਾ ਵਧ ਗਈਆਂ ਔਰ ਪੰਜਾਬ ਤੇ 10000 ਗੁਣਾ ਕਰੋੜ ਦਾ ਕਰਜ਼ਾ ਵਧ ਗਿਆ ਤੇ ਮੇਰਾ ਕਹਿੰਦਾ ਬਾਪ ਚਾਰ ਗੁਣਾ ਕਰਜ਼ੇ ਦੀ ਸਪੀਡ ਵਧਾਈ ਗਈ ਆਪਣੀਆਂ ਪ੍ਰਾਪਰਟੀਆਂ ਇਕੱਠੀਆਂ ਕਰੀ ਗਈ ਇਹ ਵਿਤਕਰਾ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਹੀ ਪੰਜਾਬ ਦੇ ਨਾਲ ਹੋ ਰਿਹਾ ਜੋ ਤੁਸੀਂ ਇਲਜ਼ਾਮ ਲਗਾ ਰਹੇ ਹੋ ਸੈਂਟਰ ਦੇ ਵੱਲੋਂ ਜਾਂ ਇਹ ਕਾਂਗਰਸ ਦੀ ਸਰਕਾਰ ਦੇ ਸਮੇਂ ਜਾਂ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਵੀ ਹੁੰਦਾ ਸੀ ਮੈਂ ਇਸ ਕਰਕੇ ਪੁੱਛ ਰਿਹਾ ਕਿਉਂਕਿ ਬਹੁਤ ਸਾਰਾ ਟਾਈਮ ਐਸਾ ਰਿਹਾ ਜਦੋਂ ਸਟੇਟ ਤੇ ਸੈਂਟਰ ਦੇ ਵਿੱਚ ਕਈ ਸਾਲ ਸੇਮ ਸਰਕਾਰ ਰਹੀ ਜਿਵੇਂ 2014 ਤੋਂ ਲੈ ਕੇ 2017 ਤੱਕ ਇੱਥੇ ਅਕਾਲੀ ਭਾਜਪਾ ਦੀ ਸਰਕਾਰ ਸੀ ਸੈਂਟਰ ਦੇ ਵਿੱਚ ਬੀਜੇਪੀ ਦੀ ਐਨਡੀਆ ਦੀ ਸਰਕਾਰ ਬਣ ਚੁੱਕੀ ਸੀ ਐਲਾਈਅੰਸ ਪਾਰਟਨਰ ਅਕਾਲੀ ਦਲ ਵੀ ਸੀ ਤੁਹਾਨੂੰ ਲੱਗਦਾ ਕਿ ਉਸ ਸਮੇਂ ਇਨਫੈਕਟ ਜਿਹੜਾ ਸੀਸੀਐਲ ਦਾ ਆਪਾਂ ਜ਼ਿਕਰ ਕਰ ਰਹੇ ਹਾਂ 30000 31000 ਕਰੋੜ ਦਾ ਇਹ 2016 17 ਦਾ ਹੀ ਪੂਰਾ ਰੌਲਾ ਹੈ ਜਦੋਂ ਅਕਾਲੀ ਭਾਜਪਾ ਸਰਕਾਰ ਜਾ ਰਹੀ ਸੀ ਜਾਂ ਕਾਂਗਰਸ ਦੀ ਆਈ ਹੈ 2017 ਚ ਇਹ ਸਾਰਾ ਪੁਰਾਣੇ ਸਮੇਂ ਦਾ ਰੌਲਾ ਹੈਗਾ ਪੁਰਾਣੇ ਸਮੇਂ ਦੇ ਪੈਸੇ ਸੀਗੇ 31000 ਕਰੋੜ ਰੁਪਏ ਇੱਕ ਸਾਲ ਦਾ ਨਹੀਂ ਹੈਗਾ ਕਾਫੀ ਲੰਬੇ ਅਰਸ਼ੇ ਦਾ ਰੌਲਾ ਸੀਗਾ ਇਹ ਚਾਹੇ ਕੇਂਦਰ ਸਰਕਾਰ ਚ ਬੀਜੇਪੀ ਜਿੰਦ ਸਰਕਾਰ ਚ ਹੋਵੇ ਪੰਜਾਬ ਚ ਬੀਜੇਪੀ ਕਾਲੀਦਲ ਦੀ ਸਰਕਾਰ ਹੋਵੇ ਔਰ ਜਦੋਂ ਕੇਂਦਰ ਦੇ ਨਾਲ ਜਿੰਨੇ ਮਸਲੇ ਸੀਗੇ ਜਿਹੜੇ ਕੇਂਦਰ ਨਾਲ ਸੰਬੰਧਿਤ ਮਾਮਲੇ ਸੀਗੇ ਉਦੋਂ ਕਿਉਂ ਨਹੀਂ ਠਿੱਕੇਗਾ ਉਦੋਂ ਕਿਉਂ ਨਹੀਂ ਉਹਨਾਂ ਦਾ ਹੱਲ ਕੀਤਾ ਗਿਆ ਜਦੋਂ ਕੇਂਦਰ ਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਪੰਜਾਬ ਦੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਦੋਂ ਬਹੁਤ ਸਾਰੇ ਮਸਲੇ ਕਿਉਂ ਨਹੀਂ ਹੱਲ ਕੀਤੇ ਗਏ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੋਈ ਵੀ ਮਾਮਲਾ ਹੱਲ ਨਹੀਂ ਕੀਤਾ ਪੈਂਡਿੰਗ ਰੱਖਿਆ ਗਿਆ ਅਸੀਂ ਲਗਾਤਾਰ ਇੱਕ ਇੱਕ ਕਰਕੇ ਬਹੁਤ ਸਾਰੇ ਮਾਮਲਿਆਂ ਦਾ ਹੱਲ ਕਰ ਰਹੇ ਹਾਂਗੇ ਤਾਂ ਕਿ ਜਿਹੜੇ ਪੁਰਾਣੇ ਮੁੱਦੇ ਨੇ ਸਾਰੇ ਖਤਮ ਹੋ ਜਾਣ ਔਰ ਪੰਜਾਬ ਜਿਹੜਾ ਤਰੱਕੀ ਦੀਆਂ ਲੀਹਾਂ ਤੇ ਜਿਸ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਦੀ ਜਵਾਈ ਚੱਲ ਰਿਹਾ ਚੱਲਦਾ ਰਹੇ ਇਹਦੀ ਸੱਚਾਈ ਹੈ ਕਿ ਉਸ ਪੈਸੇ ਦਾ ਸੈਂਟਰ ਗਵਰਨਮੈਂਟ ਨੇ ਬੈਂਕਾਂ ਨੂੰ ਕਿਹਾ ਸੀ ਕਿ ਤੁਸੀਂ ਐਨਪੀਏ ਡਿਕਲੇਅਰ ਕਰ ਦੋ ਜਿਹੜਾ ਇਹ 31000 ਕਰੋੜ ਦਾ ਬਿਲਕੁਲ ਬੈਂਕਾਂ ਨੇ ਅਲਟੀਮੇਟਲੀ ਕਰਨੇ ਸੀ ਪੰਜਾਬ ਨੂੰ ਹੂੰ ਦੇਖੋ ਐਨਪੀਏ ਡਿਕਲੇਅਰ ਕਰ ਹੀ ਦੇਣਾ ਸੀ ਉਹਨਾਂ ਨੇ ਇਹਦੇ ਕੋਈ ਸ਼ੱਕ ਨਹੀਂ ਜਦੋਂ ਜਦੋਂ ਪੈਸਾ ਨਹੀਂ ਪਰਾਂਗੇ ਪੈਸਾ ਨਹੀਂ ਜਾਊਗਾ ਤਾਂ ਐਨਪੀਏ ਡਿਕਲੇਅਰ ਹੋਵਾਂਗੇ ਅਸੀਂ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਐਂਟਾਈਟੀਆਂ ਨੇ ਜਿਹੜੇ ਬਹੁਤ ਸਾਰੀਆਂ ਸਾਡੀਆਂ ਆਧਾਰੇ ਨੇਗੇ ਜਿਹੜੇ ਘਾਟੇ ਜਾ ਰਹੇ ਸੀ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਐਨਪੀਏ ਹੋਣ ਤੇ ਕਗਾਰ ਤੇ ਸੀ ਕੋਪਰੇਟ ਜਿਹੜੀ ਕੋਪਰੇਟ ਬੈਂਕ ਦੀ ਮੈਂ ਗੱਲ ਪਹਿਲਾਂ ਦੱਸੀ ਆ ਤੁਹਾਨੂੰ ਕਿ 800 ਕਰੋੜ ਰੁਪਇਆ 800 ਕਰੋੜ ਰੁਪਇਆ ਅਸੀਂ ਉਸ ਬੈਂਕ ਨੂੰ ਸਹਾਇਤਾ ਕੀਤੀ ਤਾਂ ਉਹ ਬੈਂਕ ਜਿਹੜਾ ਐਨਪੀਏ ਹੋਣ ਤੋਂ ਬਚਿਆਗਾ ਨਹੀਂ ਤਾਂ ਸਾਡਾ ਬੈਂਕ ਹੀ ਬੰਦ ਹੋ ਜਾਣਾ ਸੀਗਾ ਕੀਤਾ ਕਿਉਂ ਨਹੀਂ ਕਿਸੇ ਤਰ੍ਹਾਂ ਪੰਜਾਬ ਦੇ ਸਰ ਪੈ ਗਿਆ ਕਿਸੇ ਤਰ੍ਹਾਂ ਮੰਡੀ ਬੋਰਡ ਦੇ ਪੈਸੇ ਸੀਗੇ ਜਿਹੜਾ ਜਿਹੜਾ ਪੈਸਾ ਕਰਜ਼ਾ ਲੈ ਕੇ ਮੰਡੀ ਬੋਰਡ ਤੇ ਕਰਜ਼ਾ ਲੈ ਕੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਸੀਗਾ ਉਹ ਹੁਣ ਪਿੱਛੇ ਡਿਫਾਲਟ ਹੋ ਜਾਣਾ ਸੀਗਾ 550 ਕਰੋੜ ਦੀ ਕਿਸ਼ਤ ਸੀਗੀ ਪਿਛਲੇ ਸਾਲ ਉਹ ਦੇ ਕੇ ਹਟਿਆ ਨਵੀਂ ਆਉਣ ਵਾਲੀ ਖੜੀ ਉਹ ਵੀ ਦੇਵਾਂਗੇ ਅਸੀਂ ਸਾਡੀ ਲਾਇਬਿਲਟੀ ਵਧ ਗਈ ਉਦੋਂ ਕੀਤਾ ਕਿਉਂ ਨਹੀਂ ਕਿਉਂ ਪੰਜਾਬ ਸਰ ਪੈ ਗਿਆ ਉਹ ਕੋਈ ਇਹਦੀ ਖੋਜ ਕੱਢੀ ਤੁਸੀਂ ਦੇਖੋ ਕਮੇਟੀ ਬਣੀ ਸੀ ਕਮੇਟੀ ਨੇ ਜਿਹੜੀ ਆ ਉਹ ਸ਼ੇਅਰ ਕੀਤਾ ਸੀਗਾ ਹੁਣ ਤੱਕ ਕਿਉਂਕਿ ਓਵਰ ਹੋ ਚੁੱਕਿਆ ਇਸ਼ੂ ਕਿ ਆ ਅਸੀਂ 650 ਕਰੋੜ ਰੁਪਏ ਸੈਂਟਰ ਦੇ ਦੇਣਾਗਾ ਪੰਜਾਬ ਦੇ ਦੇਣਾਗਾ ਸੋ ਉਹ ਵੀ ਨਹੀਂ ਉਹ ਦੇਣ ਤੋਂ ਮੁੱਕਰ ਗਏ ਸੋ ਬਿਲਕੁਲ ਅਸੀਂ ਤਾਂ ਜੀ ਲਗਾਤਾਰ ਪੰਜਾਬ ਨੂੰ ਮੈਂ ਸਮਝਦਾਗਾ ਬਚਾਉਣ ਦੇ ਲਈ ਆਪਣੇ ਯਤਨ ਸਰਦਾਰ ਭਗਵੰਤ ਸਿੰਘ ਮਾਣਜੀ ਦੀ ਗਵਾਹੀ ਚ ਕਰ ਰਹੇ ਆਂਗੇ ਸੋ ਇੱਕ ਇੱਕ ਕਰਕੇ ਕਿਤੋਂ ਕਿਤੋਂ ਪੈਸਾ ਬਚਾ ਰਹਾਂ ਕਿਤੇ ਆਮਦਨ ਚ ਵਾਦਾ ਕਰ ਰਹਾਂ ਕਿਤੇ ਖਰਚੇ ਘੱਟ ਕਰ ਰਹਾਂ ਕਿਤੇ ਆਮਦਨ ਵਧਾ ਰਹਾਂ ਤਾਂ ਹੀ ਜਾ ਕੇ ਮੈਂ ਸਮਝਦਾ ਪੰਜਾਬ ਤੰਦਰੁਸਤ ਆਪਣੇ ਕੋ ਸਮਾਂ ਖਤਮ ਹੋ ਗਿਆ ਮੈਂ ਇੱਕ ਆਖਰੀ ਸਵਾਲ ਤੁਹਾਡੇ ਤੋਂ ਪੁੱਛੂੰਗਾ ਨੌਕਰੀਆਂ ਦਾ ਬਹੁਤ ਜ਼ਿਕਰ ਹੋ ਰਿਹਾ ਤੁਸੀਂ ਨਿਯੁਕਤੀ ਪੱਤਰ ਮੁੱਖ ਮੰਤਰੀ ਸਾਹਿਬ ਬਹੁਤ ਸਾਰੀਆਂ ਥਾਵਾਂ ਤੇ ਵੰਡ ਰਹੀਆਂ ਹਨ ਦੋ ਸਵਾਲ ਇਨਫੈਕਟ ਛੋਟਾ ਛੋਟਾ ਜਵਾਬ ਦੇ ਸਕਾਂ ਇੱਕ ਤਾਂ ਪੇ ਕਮਿਸ਼ਨ ਨੂੰ ਲੈ ਕੇ ਬਹੁਤ ਸਾਰੇ EMPLOYEES ਦੀ ਕੁਇਰੀ ਹੈਗੀ ਹੈ ਕਿ ਉਹ ਸਾਨੂੰ ਕਦੋਂ ਮਿਲੇਗਾ ਕੁਝ ਡਿਪਾਰਟਮੈਂਟਸ ਤੱਕ ਨਹੀਂ ਪਹੁੰਚਿਆ ਦੂਜਾ ਇਲੈਕਸ਼ਨ ਈਅਰ ਹੈ ਹਜ਼ਾਰ ਹਜ਼ਾਰ ਰੁਪਏ ਵਾਲਾ ਜਿਹੜਾ ਮਹਿਲਾਵਾਂ ਦੇ ਲਈ ਐਲਾਨ ਸੀ ਉਹ ਪਾਈਪਲਾਈਨ 'ਚ ਹੈ ਇਲੈਕਸ਼ਨ ਤੋਂ ਪਹਿਲਾਂ ਮਿਲਣ ਦੀ ਉਮੀਦ ਹੈ ਦੇਖੋ ਬਲਾਜਮਾਂ ਦੀ ਪੇ ਕਮਿਸ਼ਨ ਦੀ ਗੱਲ ਆ ਉਹ ਕਿਤੇ ਇੱਕ ਅੱਧਾ ਕੋਈ ਡਿਪਾਰਟਮੈਂਟ ਸੀ ਰਹਿ ਗਿਆ ਸੀਗਾ ਕੋਆਪਰੇਟਿਵ ਡਿਪਾਰਟਮੈਂਟ ਦੀ ਮੈਂ ਗੱਲ ਕਰ ਰਿਹਾ ਰਹਿ ਗਿਆ ਸੀ ਉਹਦੇ ਖਾਸ ਕਰਕੇ ਮਿਲਾਂ ਜਿਹੜੀਆਂ ਸਾਡੀ ਗੱਲਾਂ ਮਿਲਦੇ ਉਹਨਾਂ ਦੇ EMPLYE ਰਹਿ ਗਏ ਸੀ ਉਹ ਵੀ ਮੈਂ ਪਿਛਲੇ ਮਹੀਨੇ ਲਾਗੂ ਕਰ ਦਿੱਤੀ ਐਸ ਸਮੇਂ ਕਿਸੇ ਵੀ ਬਲਾਜਮ ਦੀ ਜਿਹੜੀ ਆ ਪੇ ਕਮਿਸ਼ਨ ਲੈ ਕੇ ਕੁਝ ਡਿਮਾਂਡ ਬਾਕੀ ਨਹੀਂ ਹੈਗੀ ਬਟ ਇਹ ਸਾਨੂੰ ਨਹੀਂ ਰੱਖਿਆ ਗਿਆ ਉਹਦੇ ਵਿੱਚ ਨਹੀਂ ਟੀਚਰ ਐਸੋਸੀਏਸ਼ਨ ਜਿਹੜੀ ਆ ਪਹਿਲੀ ਵਾਰ ਹੋਇਆ ਕਿ ਅਸੀਂ ਉਹਨਾਂ ਦੀ 6000 ਤੋਂ ਵਧਾ ਕੇ 25000 ਤਨਖਾਹ ਕੀਤੀ ਹੈ ਇੱਕ ਵਾਰ ਇਹ ਨਹੀਂ ਕਿ ਅਸੀਂ 8000 ਦਿੱਤਾ ਜਾਂ 10000 ਕਰਤਾ ਅਸੀਂ ਇਹ ਬਹੁਤ ਵੱਡਾ ਵਾਅਦਾ ਹੈਗਾ ਉਹਨਾਂ ਨੂੰ ਪੱਕੇ ਕੀਤਾ ਹੈਗਾ ਇਹ ਬਹੁਤ ਵੱਡੀ ਮੈਂ ਸਮਝਦਾ ਸਰਕਾਰ ਦੀ ਪ੍ਰਾਪਤੀ ਹੈਗੀ ਇਹਦੇ ਨਾਲ ਵੀ ਜੇ ਕੋਈ ਛੋਟਾ ਮੋਟਾ ਕਿਤੇ ਰਹਿੰਦਾ ਸੀ ਉਹ ਕਰ ਰਹੇ ਹਾਂ ਪਰ ਮੇਰੇ ਹਿਸਾਬ ਦੇ ਨਾਲ ਮੈਨੂੰ ਚੱਲਣਾ ਪਤਾ ਹੈ ਕਿ EMPLOYES ਦਾ ਦੇ ਕੋਈ ਨਾ ਜਿਹੜਾ ਬਕਾਏ ਪੁਰਾਣੇ ਬਕਾਏ ਪਏ ਨੇ ਅਸੀਂ ਉਹਦਾ ਇੱਕ ਮੈਕੈਨਿਜ਼ਮ ਤਿਆਰ ਕਰ ਰਹੇ ਹਾਂ ਜਿਹੜੇ ਮੁਲਾਜ਼ਮਾਂ ਦੇ ਬਕਾਏ ਪਏ ਨੇ ਇਸ ਕੋਈ ਸ਼ੱਕ ਨਹੀਂ ਪੁਰਾਣੀਆਂ ਸਰਕਾਰਾਂ ਦੇ ਬਕਾਏ ਪਏ ਨੇ ਫਿਰ ਤੁਸੀਂ ਕਹੋਗੇ ਕਿ ਪ politcal ਗੱਲ ਕਰਦਾ ਅਕਾਲੀ ਦਲ ਵੀ ਬਹੁਤ ਆਂਦੇ ਰਹਿੰਦੇ ਆ ਅਕਾਲੀ ਦਲ ਭਾਜਪਾ ਕਾਂਗਰਸ ਪਾਰਟੀ ਦੀ ਸਮੇਂ ਦੇ ਬਕਾਇਏ ਪਏ ਨੇਗੇ ਉਹ ਬਕਾਇਆ ਨੂੰ ਅਸੀਂ ਠੀਕ ਕਰਨ ਦੇ ਲਈ ਦੁਰਸਤ ਕਰਨ ਦੇ ਲਈ ਕਿ ਉਹਨਾਂ ਨੂੰ ਕਿਸ ਤਰ੍ਹਾਂ ਬਣਾਉਣਾਗਾ ਬਸ ਨੇ ਰੈਟ ਪਟੀਸ਼ਨ ਵੀ ਹੌਨਰੇਬਲ ਹਾਈ ਕੋਰਟ ਚ ਪਈਆਂ ਰਹਿਗੀਆਂ ਉਹਨੂੰ ਠੀਕ ਕਰਨ ਦੇ ਲਈ ਅਸੀਂ ਆਪਣਾ ਇੱਕ ਸਿਸਟਮ ਬਣਾ ਰਿਹਾ ਕਿ ਹੌਲੀ ਹੌਲੀ ਕਰਕੇ ਉਹ ਵੀ ਅਸੀਂ ਜਿਹੜਾ ਮਲਾਜਮਾਂ ਦਾ ਦੇ ਦਈਏ ਤਾਂ ਕਿ ਜਿਹੜਾ ਮਲਾਜਮ ਜਿਹੜੇ ਨੇ ਹਜ਼ਾਰ ਹਜ਼ਾਰ ਪਰ ਦੇ ਵੀ ਦੇ ਦੋ ਕੋਈ ਸਟੇਟਮੈਂਟ ਕੋਈ ਖ਼ਬਰ ਹੀ ਦੇ ਦੋ ਨਾ ਸਾਨੂੰ ਇਸ ਪੂਰੀ ਇੰਟਰਵਿਊ ਦੇ ਵਿੱਚ ਦੇਖੋ ਸਾਡੀਆਂ ਜਿੰਨੀਆਂ ਵੀ ਜਿੰਨੀਆਂ ਵੀ ਜਿੰਨੀਆਂ ਵੀ ਸਾਡੀਆਂ ਕਮਿਟਮੈਂਟਸ ਨੇ ਜਿੰਨੀਆਂ ਵੀ ਸਾਡੀਆਂ ਗਰੰਟੀਆਂ ਨੇ ਜਿਹੜੇ ਸਾਡੇ ਸਪਰੀਮੋ ਰਵਿੰਦਰ ਕੇਜਰੀਬਾਲ ਜੀ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਿੱਤੀਆਂ ਨੇਗੀਆਂ ਉਹ ਇੱਕ ਇੱਕ ਕਰਕੇ ਬਹੁਤ ਸਾਰੀਆਂ ਪੂਰੀਆਂ ਹੋ ਗਈਆਂ ਬਹੁਤ ਸਾਰੀਆਂ ਗਰੰਟੀਆਂ ਸਾਡੀਆਂ ਪੂਰੀਆਂ ਹੋ ਚੁੱਕੀਆਂ ਨੇਗੀਆਂ ਸਾਰੀਆਂ ਗਰੰਟੀਆਂ ਨੂੰ ਪੂਰਾ ਕਰਨ ਦੇ ਲਈ ਜੇ ਆਪਾਂ ਕਹਦੇ ਕਿ 24 ਘੰਟਿਆਂ ਚ ਕੰਮ ਹੋ ਜੂ ਪੋਸੀਬਲ ਨਹੀਂ ਹੁੰਦਾ ਹੈਗਾ ਸੋ ਲੇਕਿਨ ਅਸੀਂ ਸਾਡੀਆਂ ਗਰੰਟੀਆਂ ਪੂਰੀਆਂ ਕਰਾਂਗੇ ਸ਼ੁਕਰੀਆ। ਸਭ ਨੂੰ ਸ਼ੁਕਰੀਆ ਬਹੁਤ-ਬਹੁਤ ਧੰਨਵਾਦੀ ਸਾਠ ਨਾਲ ਛੋਣ ਲਈ ਇਸ ਪੂਰੀ ਗੱਲਬਾਤ ਦੇ ਲਈ। ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੁਹਾਡੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ। ਉਮੀਦ ਕਰਦੇ ਹਾਂ ਕਿ ਜਿਹੜਾ ਖਜ਼ਾਨੇ ਦੇ ਜ਼ਰੀਏ ਲੋਕਾਂ ਤੱਕ ਰਾਹਤ ਪਹੁੰਚਣ ਦਾ ਸਿਲਸਿਲਾ ਉਹ ਜਾਰੀ ਰਹੇਗਾ ਖਾਸ ਤੌਰ ਤੇ 2024 ਦੇ ਵਿੱਚ। ਬਹੁਤ-ਬਹੁਤ ਸ਼ੁਕਰੀਆ। ਵਾਪਸ ਰੁੱਕ ਕਰਦੇ ਹਾਂ ਨਪਿੰਦਰ ਔਰ ਸਰਬਜੋਤ। ਪਿਆਸੀ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਜੀ ਜਿਨ੍ਹਾਂ ਦੇ ਮੋਢਿਆਂ ਤੇ ਕਾਫੀ ਵੱਡੀ ਜ਼ਿੰਮੇਵਾਰੀ ਹੈ। ਤੇ ਨਾਓ ਆਈ ਵੁੱਡ ਰਿਕਵੈਸਟ ਮਾਈ ਕੋ ਆਰ ਆਨਰੇਬਲ ਫਾਈਨੈਂਸ ਮਿਨਿਸਟਰ ਜੀ ਤਾਂ ਬਿਲਕੁਲ ਖਜ਼ਾਨਾ ਮੰਤਰੀ ਜੀ ਤੇ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਆਪਦੇ ਵਿਭਾਗਮ ਦੇ ਨਾਲ-ਨਾਲ ਕਿਉਂਕਿ ਬੈਲੈਂਸ ਬੜਾ ਕਰਨਾ ਹੈ ਘਰ ਦੇ ਵਿੱਚ ਵੀ ਜਦੇ ਜਿਹਦੇ ਕੋਲੇ ਖਜ਼ਾਨੇ ਦੀ ਪੂੰਜੀ ਹੁੰਦੀ ਆ ਉਹ ਤੇ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਉਸੇ ਤਰ੍ਹਾਂ ਚਿਮਾਜੀ ਤੇ ਜ਼ਿੰਮੇਵਾਰੀ ਆ ਕਿ ਬਾਕੀ ਵਿਭਾਗਾਂ ਦੇ ਵਿੱਚ ਕਿੱਦਾਂ ਬੈਲੈਂਸ ਕਰਨਾ ਹੈ ਕਿ ਪੰਜਾਬ ਨੇ ਫੇਰ ਹੀ ਤਰੱਕੀ ਦੇ ਰਾਹਾਂ ਤੇ ਜਾਣਾ ਹੈ ਜਿੰਨੇ ਵੀ ਵਿਕਾਸ ਦੇ ਕੰਮ ਹੋਣੇ ਨੇ ਉਹ ਪੈਸੇ ਨਾਲ ਹੀ ਹੋਣੇ ਨੇ ਤੇ ਉਹ ਜ਼ਿੰਮੇਵਾਰੀ ਸਰਪਾਲ ਸਿੰਘ ਚਿਮਾ ਜੀ ਤੇ ਆ ਬਹੁਤ-ਬਹੁਤ ਸ਼ੁਕਰੀਆ ਚਿਮਾ ਸਾਹਿਬ